ਸੰਗਤ ਜੀ, ਆਪਾਂ ਧੰਨ ਧੰਨ ਸੰਤ ਬਾਬਾ ਬਹਾਦਰ ਸਿੰਘ ਜੀ ਮਸਤੂਆਣਿਆਂ ਵਾਲਿਆਂ ਦਾ ਜੋ ਉਹਨਾਂ ਦੀ ਜੀਵਨੀ ਹੈ ਉਹਦੇ ਉੱਪਰ ਥੋੜ੍ਹੀ ਜਿਹੀ ਰੋਸ਼ਨੀ ਪਾ ਰਹੇ ਹਾਂ ਜੀ। ਇੰਜ ਜਾਪਦਾ ਕਿ ਜਿੰਨੇ ਵੀ ਉੱਚ ਕੋਟੀ ਦੇ ਮਹਾਂਪੁਰਸ਼ ਇਸ ਦੁਨੀਆਂ ਵਿੱਚ ਆਉਂਦੇ ਨੇ ਉਹਨਾਂ ਦੀ ਪਹਿਲੀ ਕਮਾਈ ਬਹੁਤ ਕਾਫੀ ਹੁੰਦੀ ਹੈ ਅਤੇ ਕਿਸੇ ਇੱਕ ਅੱਧੇ ਕਾਰਜ ਦੀ ਪੂਰਤੀ ਲਈ ਜਾਂ ਕਿਸੇ ਇੱਕ ਖਾਸ ਮੰਤਵ ਲਈ ਉਹ ਵਾਹਿਗੁਰੂ ਜੀ ਵੱਲੋਂ ਦੁਨੀਆਂ ਦੇ ਵਿੱਚ ਭੇਜੇ ਜਾਂਦੇ ਹਨ। ਇਸੇ ਕਰਕੇ ਬਾਲਪਣ ਤੋਂ ਹੀ ਉਹ ਬਾਕੀਆਂ ਨਾਲੋਂ ਵੱਖਰੇ ਦਿਸਦੇ ਨੇ ਤੇ ਬਹੁਤ ਛੇਤੀ ਹੀ ਸਿੱਧਤਾ ਪ੍ਰਾਪਤ ਕਰ ਲੈਂਦੇ ਹਨ। ਉਹਨਾਂ ਦੇ ਮਨ ਦੀ ਅਵਸਥਾ ਤਾਂ ਉਹੀ ਜਾਣਦੇ ਨੇ ਜਾਂ ਉਹਨਾਂ ਤੋਂ ਉੱਚ ਜਾਂ ਜੋ ਫਿਰ ਉਹਨਾਂ ਤੋਂ ਉੱਚੇ ਹੋਣ ਜਾਂ ਉਹ ਸਮਝ ਸਕਦੇ ਨੇ। ਆਮ ਦੁਨੀਆਦਾਰ ਜਾਂ ਉਹਨਾਂ ਦੇ ਸ਼ਰਧਾਲੂ ਜੋ ਕੁਝ ਦੇਖਦੇ ਸੁਣਦੇ ਹਨ ਉਹ ਆਪਣੀ ਬੁੱਧੀ ਅਨੁਸਾਰ ਅੰਕਿਤ ਕਰ ਲੈਂਦੇ ਹਨ। ਸੰਤ ਅਤਰ ਸਿੰਘ ਜੀ ਮਹਾਰਾਜ ਜੀ ਦਾ ਜੀਵਨ ਤਾਂ ਕਾਫੀ ਵੇਰਵੇ ਨਾਲ ਪ੍ਰੇਮੀਆਂ ਦੇ ਸਾਹਮਣੇ ਆ ਚੁੱਕਾ ਹੈ ਕਿਉਂਕਿ ਜਿਨ੍ਹਾਂ ਸੇਵਾਦਾਰਾਂ ਨੂੰ ਆਪ ਦੇ ਨਾਲ ਵਿਚਰਨ ਦਾ ਸੁਭਾਗ ਪ੍ਰਾਪਤ ਸੀ ਉਹ ਰੋਜ਼ ਦੇ ਹਾਲਾਤ ਲਿਖੀ ਜਾਂਦੇ ਸਨ। ਆਪ ਦੇ ਜੀਵਨ ਸਮਾਚਾਰ ਕੁਝ ਪੁਸਤਕਾਂ ਰਸਾਲਿਆਂ ਆਦਿ ਕੋਈ ਛਪ ਚੁੱਕੇ ਨੇ। ਅਸੀਂ ਕੇਵਲ ਪ੍ਰੇਮ ਭੇਟਾ ਵਜੋਂ ਉਹਨਾਂ ਦਾ ਇੱਕ ਸੰਖੇਪ ਜੀਵਨ ਸੁਣਾ ਰਹੇ ਹਾਂ ਜੀ। ਵਾਹਿਗੁਰੂ ਜੀ ਭੁੱਲਾਂ ਬਖਸ਼ਣਹਾਰ ਹਨ, ਇੱਕ ਛੋਟਾ ਜਿਹਾ ਤਾਰਾ ਸੂਰਜ ਨੂੰ ਕੀ ਬਿਆਨ ਕਰ ਸਕਦਾ, ਜਿਵੇਂ ਬਾਣੀ ਦਾ ਫਰਮਾਨ ਹੈ, ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸੁਮਨ। ਸੰਤ ਅਤਰ ਸਿੰਘ ਜੀ ਦਾ ਜਨਮ ਸੰਨ 1866 ਈਸਵੀ ਵਿੱਚ ਪਿੰਡ ਚੀਮਾ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਆਪ ਦੇ ਪਿਤਾ ਭਾਈ ਕਰਮ ਸਿੰਘ ਜੀ ਤੇ ਮਾਤਾ ਮਾਈ ਭੋਲੀ ਜੀ ਸੀ। ਆਪ ਜੀ ਦੇ ਪਿਤਾ ਜੀ ਚੀਮਾ ਪਿੰਡ ਵਿੱਚ ਜ਼ਿਮੀਂਦਾਰ ਸਨ, ਜੋ ਸੁਭਾਅ ਦੇ ਬਹੁਤ ਨਿਰਮਾਣ, ਸਾਧਾ ਸੰਤਾਂ ਦੀ ਸੇਵਾ ਕਰਨ ਵਾਲੇ ਤੇ ਭਜਨ ਪਾਠ ਕਰਨ ਵਾਲੇ ਸਨ। ਆਪ ਜੀ ਨੇ 4-5 ਸਾਲ ਦੀ ਆਯੂ ਵਿੱਚ ਹੀ ਗੁਰਮੁਖੀ ਪੜ੍ਹਨੀ ਸਿੱਖ ਲਈ। ਇਤਨੀ ਛੋਟੀ ਅਵਸਥਾ ਵਿੱਚ ਹੀ ਆਪ ਜੀ ਪਿੰਡ ਦੇ ਗੁਰਦੁਆਰੇ ਸਵੇਰੇ ਸ਼ਾਮ ਜਾਣ ਲੱਗ ਪਏ ਸਨ ਅਤੇ ਕਥਾ ਕੀਰਤਨ ਬਹੁਤ ਧਿਆਨ ਨਾਲ ਸੁਣਦੇ। ਆਪ ਜੀ ਦੇ ਮਨ ਵਿੱਚ ਗੁਰਬਾਣੀ ਲਈ ਬਹੁਤ ਹੀ ਖਿੱਚ ਸੀ। ਸਕੂਲ ਦੀ ਪੜ੍ਹਾਈ ਕਰਨ ਤੋਂ ਆਪ ਨੇ ਇਨਕਾਰ ਕਰ ਦਿੱਤਾ ਅਤੇ ਆਪਣੇ ਪਿਤਾ ਜੀ ਤੋਂ ਆਗਿਆ ਲੈ ਕੇ ਪਿੰਡ ਦੇ ਗ੍ਰੰਥੀ ਸਿੰਘ ਪਾਸੋਂ ਗੁਰਬਾਣੀ ਦਾ ਪਾਠ ਸਿੱਖਣ ਲਈ ਜਾਣਾ ਸ਼ੁਰੂ ਕਰ ਦਿੱਤਾ। ਬਾਲਪਨ ਵਿੱਚ ਹੀ ਆਪ ਦਾ ਸੁਭਾਅ ਆਮ ਬੱਚਿਆਂ ਨਾਲੋਂ ਵੱਖਰਾ ਸੀ। ਬਚਨ ਬਹੁਤ ਘੱਟ ਕਰਦੇ ਸਨ ਅਤੇ ਬੋਲ ਚਾਲ ਵਿੱਚ ਝੂਠ ਜਾਂ ਫਰੇਬ ਆਦਿਕ ਦੀ ਲੇਸ ਤੱਕ ਨਹੀਂ ਸੀ। ਆਪ ਜੀ ਦੇ ਸ਼ੌਂਕ ਤੇ ਰੁਚੀ ਵੀ ਵੱਖਰੀ ਭਾਂਤ ਦੀ ਸੀ। ਚਿੱਤ ਵਿੱਚ ਕੁਝ ਉਦਾਸ ਜਿਹੇ ਰਹਿੰਦੇ ਸਨ ਅਤੇ ਬਿਨਾਂ ਗੁਰਬਾਣੀ ਤੋਂ ਹੋਰ ਕਿਸੇ ਪਾਸੇ ਦੀ ਉਹਨਾਂ ਦਾ ਚਿੱਤ ਨਹੀਂ ਸੀ ਲੱਗਦਾ। ਗੁਰਬਾਣੀ ਬਹੁਤ ਚਾਓ ਨਾਲ ਸਿੱਖਦੇ ਤੇ ਪੜ੍ਹਦੇ, ਗ੍ਰੰਥੀ ਜੀ ਪਾਸੋਂ ਅਰਥ ਪੁੱਛਦੇ ਤੇ ਸਿਮਰਨ ਸੰਬੰਧੀ ਵੀ ਕੁਝ ਨਾ ਕੁਝ ਪੁੱਛਦੇ ਰਹਿੰਦੇ। ਥੋੜੇ ਸਮੇਂ ਵਿੱਚ ਹੀ ਗੁਰਬਾਣੀ ਵਿੱਚੋਂ ਕਈ ਸ਼ਬਦ ਕੰਠ ਕਰ ਲਏ ਅਤੇ ਬਹੁਤ ਪ੍ਰੇਮ ਨਾਲ ਉਚਾਰਨ ਕਰਦੇ। 2-4 ਸਾਲ ਵਿੱਚ ਹੀ ਆਪ ਜੀ ਦੇ ਅੰਦਰ ਨਾਮ ਦੀ ਇੱਕ ਲਗਨ ਪ੍ਰਤੀਤ ਹੋਣ ਲੱਗ ਪਈ ਅਤੇ ਆਪ ਇਕਾਂਤ ਵਿੱਚ ਬੈਠ ਕੇ ਧਿਆਨ ਜੋੜਨ ਲੱਗੇ। ਦਿਨ ਨੂੰ ਆਪ ਨੇ ਬਾਹਰ ਕਿਸੇ ਇਕਾਂਤ ਵਿੱਚ ਜਾ ਬੈਠਣਾ ਤੇ ਚੋਖਾ ਸਮਾਂ ਉੱਥੇ ਹੀ ਲੰਘ ਜਾਣਾ। ਆਪ ਦੇ ਮਨ ਵਿੱਚ ਸਾਧੂਆਂ ਲਈ ਪ੍ਰੇਮ ਸੀ, ਕਦੇ ਕੋਈ ਸਾਧੂ ਸੰਤ ਮਿਲ ਜਾਏ ਤਾਂ ਕਈ ਵਾਰ ਉਹਦੇ ਨਾਲ ਹੀ ਤੁਰ ਪੈਣਾ ਅਤੇ ਆਪ ਦੇ ਪਿਤਾ ਜੀ ਨੇ ਢੂੰਡ ਕੇ ਵਾਪਸ ਕਰ ਲਿਆਉਣਾ। ਕਦੇ ਆਪ ਜੀ ਨੇ ਖੇਡ ਵਿੱਚ ਸਾਧੂਆਂ ਵਾਂਗ ਕੱਪੜੇ ਪਾ ਲੈਣੇ ਅਤੇ ਸਿਮਰਨ ਕਰਨ ਲੱਗ ਪੈਣਾ। ਜਦੋਂ ਆਪ 9 ਸਾਲ ਦੇ ਹੋਏ ਤਾਂ ਆਪ ਜੀ ਦੇ ਪਿਤਾ ਜੀ ਨੇ ਡੰਗਰਾਂ ਨੂੰ ਬਾਹਰ ਲਿਜਾ ਕੇ ਚਾਰਨ ਲਈ ਆਖਿਆ, ਜੋ ਆਪ ਜੀ ਨੇ ਮੰਨ ਲਿਆ ਅਤੇ ਡੰਗਰਾਂ ਨਾਲ ਬਾਹਰ ਜਾਣ ਲੱਗੇ। ਉੱਥੇ ਹੋਰ ਬੱਚੇ ਵੀ ਇਕੱਠੇ ਹੋ ਜਾਂਦੇ ਸਨ
ਜੋ ਆਪਣੇ ਆਪਣੇ ਘਰਾਂ ਦੇ ਡੰਗਰ ਲੈ ਕੇ ਜਾਂਦੇ ਸਨ। ਆਪ ਨੇ ਉਹਨਾਂ ਵਿੱਚ ਬੈਠ ਕੇ ਸ਼ਬਦ ਪੜ੍ਹਨੇ ਅਤੇ ਉਹਨਾਂ ਤੋਂ ਵੀ ਉਚਾਰਨ ਕਰਵਾਉਣੇ ਅਤੇ ਕਦੇ ਕੁਝ ਨਾ ਕੁਝ ਚੰਗੀ ਸਿੱਖਿਆ ਵੀ ਦਿੰਦੇ ਰਹਿਣਾ। ਕੁਵਚਨ ਜਾਂ ਭੈੜੀਆਂ ਗੱਲਾਂ ਨਾ ਆਪ ਕਰਦੇ ਸੀ ਤੇ ਨਾ ਹੀ ਕਰਨ ਦਿੰਦੇ ਸਨ। ਪਸ਼ੂਆਂ ਨੂੰ ਲਾਠੀ ਕਦੀ ਨਹੀਂ ਸਨ ਮਾਰਦੇ। ਇਹਨਾਂ ਦਿਨਾਂ ਦੇ ਆਪ ਦੇ ਕਈ ਅਨੋਖੇ ਕੌਤਕ ਸੁਣੇ ਜਾਂਦੇ ਨੇ, ਜਿਸ ਤੋਂ ਅਨੁਮਾਨ ਹੁੰਦਾ ਕਿ ਆਪ ਦੀ ਦ੍ਰਿਸ਼ਟੀ ਆਤਮਕ ਮੰਡਲਾਂ ਵਿੱਚ ਚੌਖੀ ਖੁੱਲਦੀ ਜਾ ਰਹੀ ਸੀ। ਜਿਤਨੀ ਆਜੂ ਵਿੱਚ ਆਪ ਵੱਡੇ ਹੁੰਦੇ ਗਏ, ਆਪ ਨੇ ਹੋਰ ਘੱਟ ਬੋਲਣਾ, ਗੰਭੀਰ ਹੁੰਦੇ ਗਏ ਅਤੇ ਇਕਾਂਤ ਵਿੱਚ ਵਧੇਰੇ ਸਮਾਂ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਆਪ ਧਿਆਨ ਵਿੱਚ ਲੀਨ ਰਹਿੰਦੇ ਸਨ, ਕਈ ਵਾਰ ਦੋ ਦੋ ਤਿੰਨ ਤਿੰਨ ਦਿਨ ਵੀ ਇਸੇ ਤਰ੍ਹਾਂ ਇੱਕੇ ਥਾਂ ਬੈਠੇ ਲੰਘ ਜਾਂਦੇ ਸਨ, ਜਦਕਿ ਆਪ ਦੇ ਪਿਤਾ ਜੀ ਆਪ ਨੂੰ ਤਲਾਸ਼ ਕਰਕੇ ਫਿਰ ਘਰ ਲੈ ਕੇ ਆਉਂਦੇ। ਆਪ ਦੇ ਝੁਕਾਅ ਨੂੰ ਦੇਖ ਕੇ ਆਪ ਦੇ ਪਿਤਾ ਜੀ ਬਹੁਤ ਘੱਟ ਦਖਲ ਦਿੰਦੇ ਸਨ। ਜੋ ਕਦੇ ਚਿੱਤ ਵਿੱਚ ਆਵੇ ਤਾਂ ਸੰਤ ਜੀ ਆਪ ਹੀ ਭਾਵੇਂ ਖੇਤ ਵਿੱਚ ਜਾ ਕੇ ਕੁਝ ਕੰਮ ਕਰ ਲੈਣ, ਪਰ ਉਹਨਾਂ ਦੇ ਪਿਤਾ ਜੀ ਕਦੀ ਨਹੀਂ ਆਖਦੇ ਸਨ। ਇਸੇ ਤਰ੍ਹਾਂ ਕੁਝ ਹੋਰ ਸਮਾਂ ਲੰਘ ਗਿਆ। ਹੁਣ ਆਪ ਦਾ ਕੱਦ ਲੰਮਾ, ਸਰੀਰ ਸ਼ਡੋਲ ਤੇ ਭਰਮਾ ਸੀ, ਚਿਹਰਾ ਨੂਰਾਨੀ ਤੇ ਪ੍ਰਭਾਵਸ਼ਾਲੀ ਸੀ। ਬਚਨ ਆਪ ਦੇ ਨਿਮਰਤਾ ਵਾਲੇ, ਮਿੱਠੇ ਅਤੇ ਸਰੋਤੇ ਪਰ ਪ੍ਰਭਾਵ ਪਾਉਣ ਵਾਲੇ ਸਨ। ਆਵਾਜ਼ ਉੱਚੀ ਤੇ ਭਰਮੀ ਸੀ। ਆਪ ਦੇ ਮਨ ਵਿੱਚ ਸੰਬੰਧੀਆਂ ਲਈ ਕੋਈ ਮੋਹ ਨਹੀਂ ਸੀ ਅਤੇ ਨਾ ਹੀ ਦੁਨੀਆਂ ਦੇ ਕਿਸੇ ਕੰਮ ਵੱਲ ਹੀ ਰੁਚੀ ਸੀ। ਸੰਨ 1884 ਦੀ ਗੱਲ ਹੈ ਕਿ ਚੀਮਾ ਪਿੰਡ ਦੇ ਇੱਕ ਸੱਜਣ ਜੋ ਸਿੱਖ ਪਲਟਣ ਵਿੱਚ ਸੂਬੇਦਾਰ ਸਨ, ਉਹ ਕੁਹਾੜ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਆਏ। ਉਸ ਨੂੰ ਮਿਲ ਕੇ ਸੰਤ ਅਤਰ ਸਿੰਘ ਜੀ ਦੇ ਮਨ ਵਿੱਚ ਫੁਰਨਾ ਹੋਇਆ ਕਿ ਉਹ ਵੀ ਫੌਜ ਵਿੱਚ ਭਰਤੀ ਹੋ ਜਾਣ ਤਾਂ ਜੋ ਘਰ ਦੇ ਮਮਤਾ ਦੇ ਜਾਲ ਤੋਂ ਦੂਰ ਹੋ ਜਾਣ ਅਤੇ ਆਪਣੀ ਕਿਰਤ ਕਮਾਈ ਕਰਕੇ ਭਜਨ ਤੇ ਅਭਿਆਸ ਵੱਲ ਵਧੇਰੇ ਧਿਆਨ ਦੇਣ। ਆਪ ਜੀ ਦੇ ਪਿਤਾ ਜੀ ਤੋਂ ਫੌਜ ਵਿੱਚ ਨੌਕਰੀ ਕਰਨ ਲਈ ਆਪ ਜੀ ਨੇ ਪਿਤਾ ਜੀ ਤੋਂ ਫੌਜ ਨੌਕਰੀ ਕਰਨ ਲਈ ਆਗਿਆ ਮੰਗੀ। ਘਰ ਦੀ ਜ਼ਮੀਨ ਕਾਫੀ ਸੀ, ਪਰ ਉਹਨਾਂ ਸੋਚਿਆ ਕਿ ਨੌਕਰੀ ਕਰਕੇ ਸ਼ਾਇਦ ਉਹਨਾਂ ਦੇ ਸਪੁੱਤਰ ਦਾ ਖਿਆਲ ਦੁਨੀਆਂਦਾਰੀ ਵੱਲ ਆ ਜਾਵੇ। ਆਪ ਨੇ ਸੰਤਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਰਜ਼ਾਮੰਦੀ ਦੇ ਦਿੱਤੀ। ਇਸ ਪਰ ਸੰਤ ਜੀ ਫੌਜ ਵਿੱਚ ਭਰਤੀ ਹੋ ਗਏ ਅਤੇ ਇੱਕ ਦੋ ਪਲਟਣਾਂ ਵਿੱਚ ਕੁਝ ਸਮਾਂ ਕੱਟ ਕੇ ਕੁਹਾਟ 51 ਸਿੱਖ ਪਲਟਣ ਵਿੱਚ ਬਦਲ ਕੇ ਆ ਗਏ, ਜਿਸ ਵਿੱਚ ਕਿ ਚੀਮਾ ਪਿੰਡ ਦੇ ਸੂਬੇਦਾਰ ਵੀ ਸਨ। ਅੰਗਰੇਜ਼ਾਂ ਦੇ ਸਮੇਂ ਇਹ ਵੀ ਨਿਯਮ ਸੀ ਕਿ ਸਿੱਖ ਫੌਜੀਆਂ ਨੂੰ ਅੰਮ੍ਰਿਤਪਾਨ ਕਰਵਾਇਆ ਜਾਂਦਾ ਸੀ, ਕਿਉਂਕਿ ਉਹਨਾਂ ਦਾ ਤਜਰਬਾ ਸੀ ਕਿ ਜੋ ਸਿੱਖ ਆਪਣੇ ਧਰਮ ਵਿੱਚ ਪੱਕਾ ਹੋਵੇਗਾ ਉਹ ਵਧੇਰੇ ਬਹਾਦਰ, ਵਫ਼ਾਦਾਰ ਤੇ ਨੇਕ ਹੋਵੇਗਾ। ਫੌਜੀ ਵਿੱਚ ਅੰਮ੍ਰਿਤ ਛਕਾਉਣ ਲਈ ਆਪ ਤੋਂ ਆਮ ਤੌਰ ਤੇ ਗਿਆਨੀ ਠਾਕੁਰ ਸਿੰਘ ਅੰਮ੍ਰਿਤਸਰ ਵਾਲੇ ਜਾਇਆ ਕਰਦੇ ਸਨ। ਜਦ ਇਸ ਕਾਰਜ ਲਈ ਗਿਆਨੀ ਜੀ ਕੁਹਾਟ ਆਏ ਤਾਂ ਹੋਰ ਰੰਗਰੂਟਾਂ ਦੇ ਨਾਲ ਸੰਤ ਅਤਰ ਸਿੰਘ ਜੀ ਨੇ ਵੀ ਅੰਮ੍ਰਿਤਪਾਨ ਕੀਤਾ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਪੰਜ ਪਿਆਰੇ ਪੂਰੇ ਕਰਨ ਵਿੱਚ ਇੱਕ ਦੀ ਕਮੀ ਸੀ। ਉਸ ਵੇਲੇ ਅਚਾਨਕ ਹੀ ਇੱਕ ਨਿਹੰਗ ਸਿੰਘ ਮੌਕੇ ਪਰ ਆ ਪਹੁੰਚੇ। ਉਹਨਾਂ ਦੇ ਚਿਹਰੇ ਤੋਂ ਰੱਬੀ ਜਲਾਲ ਟਪਕਦਾ ਸੀ। ਉਹਨਾਂ ਨੇ ਬਚਨ ਕੀਤਾ ਕਿ ਅਸੀਂ ਵਾਹਿਗੁਰੂ ਜੀ ਦੇ ਹੁਕਮ ਵਿੱਚ ਇਸੇ ਕਾਰਜ ਲਈ ਆਏ ਹਾਂ। ਅੰਮ੍ਰਿਤ ਛਕਾਉਣ ਸਮੇਂ ਰਹਿਤ ਸੁਣਾਈ ਗਈ, ਕੇਵਲ ਇੱਕ ਗੁਰੂ ਪਰਮੇਸ਼ਰ ਦੀ ਪੂਜਾ ਕਰਨੀ, ਅੰਮ੍ਰਿਤ ਵੇਲੇ ਉੱਠ ਕੇ ਗੁਰਮੰਤਰ ਜਪਣਾ, ਪੰਜ ਬਾਣੀਆਂ ਦਾ ਨਿਤਨੇਮ ਕਰਨਾ, ਅਰਦਾਸ ਕਰਨੀ, ਪੰਜ ਕਕਾਰ ਸਦਾ ਅੰਗ ਸੰਗ ਰੱਖਣੇ, ਚਾਰ ਕਰਹਿਤਾਂ ਭੁੱਲ ਕੇ ਵੀ ਨਹੀਂ ਕਰਨੀਆਂ, ਇਸ ਤੋਂ ਬਿਨਾਂ ਪੰਜ ਗੱਲਾਂ ਖਾਸ ਤੌਰ ਪਰ ਯਾਦ ਰੱਖਣ ਲਈ ਦੱਸੀਆਂ। ਉਹ ਕਿਹੜੀਆਂ ਸੀ ਕਿ ਕੋਈ ਸੰਗਤ ਨਹੀਂ ਕਰਨੀ, ਹੱਥਾਂ ਪੈਰਾਂ ਦੇ ਨਾਲ ਚੋਰੀ ਜਾਰੀ ਨਹੀਂ ਕਰਨੀ, ਕੰਨਾਂ ਦੇ ਨਾਲ ਨਿੰਦਾ ਨਹੀਂ ਸੁਣਨੀ, ਜੀਭ ਦੇ ਨਾਲ ਝੂਠ, ਨਿੰਦਾ ਤੇ ਕੁਵਚਨ ਨਹੀਂ ਬੋਲਣੇ,
ਅੱਖਾਂ ਦੇ ਨਾਲ ਪਰਾਇਆ ਤਨ ਤੇ ਪਰਾਇਆ ਧਨ ਨਾ ਦੇਖਣਾ। ਸੰਤਾਂ ਦੇ ਮਨ ਵਿੱਚ ਤਾਂ ਇਹ ਗੱਲਾਂ ਪਹਿਲਾਂ ਹੀ ਦ੍ਰਿੜ ਸਨ, ਹੁਣ ਤਾਂ ਆਪ ਆਪਣੇ ਸਿਮਰਨ ਤੇ ਅਭਿਆਸ ਵਿੱਚ ਹੋਰ ਉੱਚਾ ਜਾਣਾ ਲੋਚਦੇ ਸਨ। ਪਰ ਇੱਕ ਰੁਕਾਵਟ ਸੀ ਕਿ ਡਿਊਟੀ ਸਖਤ ਹੋਣ ਕਰਕੇ ਸਮਾਂ ਘੱਟ ਮਿਲਦਾ ਸੀ। ਆਪ ਆਪਣੇ ਸਾਥੀਆਂ ਅਤੇ ਅਫਸਰਾਂ ਦੇ ਵਿੱਚ ਬਹੁਤ ਸਤਿਕਾਰੇ ਜਾਂਦੇ ਸਨ। ਇਹਨਾਂ ਦੇ ਪਿੰਡ ਦੇ ਸੂਬੇਦਾਰ ਨੇ ਕੋਸ਼ਿਸ਼ ਕਰਕੇ ਆਪ ਦੀ ਡਿਊਟੀ ਮੁਆਫ ਕਰਾ ਦਿੱਤੀ। ਹੁਣ ਕੇਵਲ ਸਵੇਰ ਨੂੰ ਪਰੇਡ ਕਰਨ ਲਈ ਜਾਣਾ ਪੈਂਦਾ ਸੀ ਜਾਂ ਕਦੀ ਚਾਂਦਮਾਰੀ ਲਈ। ਆਪ ਦਾ ਨਿਸ਼ਾਨਾ ਹਮੇਸ਼ਾ ਅਚੁੱਕ ਹੁੰਦਾ ਸੀ। ਇੱਕ ਵਾਰ ਸਰਬ ਹਿੰਦ ਟਰੱਸਟ ਵਿੱਚ ਅਵਲ ਆਏ ਸਨ। ਹੁਣ ਆਪ ਪਲਟਣ ਦੇ ਗੁਰਦੁਆਰੇ ਵਿੱਚ ਹੀ ਅਟਕੇ। ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਨ ਮਗਰੋਂ ਸਿਮਰਨ ਦੇ ਵਿੱਚ ਜੁੜ ਜਾਣਾ ਅਤੇ ਪਰੇਡ ਲਈ ਜਾਣ ਤੋਂ ਪਹਿਲਾਂ ਨਿਤਨੇਮ ਪੂਰਾ ਕਰ ਲੈਣਾ। ਦਿਨ ਭਰ ਗੁਰਦੁਆਰੇ ਦੀ ਸੇਵਾ ਸਫਾਈ ਕਰਨੀ, ਗੁਰਬਾਣੀ ਦੀ ਵਿਚਾਰ ਕਰਨੀ ਅਤੇ ਆਏ ਗਏ ਸਾਥੀਆਂ ਨੂੰ ਵੀ ਨਾਮ ਬਾਣੀ ਦੇ ਵੱਲ ਪ੍ਰੇਰਨਾ। ਗੁਰਦੁਆਰੇ ਦੇ ਗ੍ਰੰਥ ਇੱਕ ਚੰਗੇ ਅਭਿਆਸੀ ਸਿੰਘ ਸਨ। ਸੰਤਾਂ ਨੇ ਉਹਨਾਂ ਨੂੰ ਵੀ ਪ੍ਰਸ਼ਾਦਾ ਆਪ ਸਜਾ ਕੇ ਛਕਾਉਣਾ ਤੇ ਟਹਿਲ ਕਰਨੀ। ਗ੍ਰੰਥੀ ਸਿੰਘ ਕਾਫੀ ਦੇਰ ਧਿਆਨ ਸਥਿਤ ਰਹਿੰਦੇ ਸਨ ਅਤੇ ਉਹਨਾਂ ਨੇ ਸੰਤਾਂ ਨੂੰ ਵੀ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜਨ ਦੀ ਯੁਕਤ ਦੱਸ ਦਿੱਤੀ। ਸੰਤ ਜੀ ਨੀਂਦ ਬਹੁਤ ਘੱਟ ਲੈਂਦੇ ਸਨ, ਕਈ ਵਾਰ ਸਾਰੀ ਰਾਤ ਹੀ ਸਿਮਰਨ ਵਿੱਚ ਲੰਘ ਜਾਂਦੀ ਸੀ। ਇਹਨਾਂ ਦਿਨਾਂ ਵਿੱਚ ਹੀ ਆਪ ਲਈ ਕੁੜਮਾਈ ਆਉਣ ਦੀ ਚਿੱਠੀ ਘਰ ਤੋਂ ਮਿਲੀ, ਪਰ ਆਪ ਨੇ ਇਸ ਝੰਬੇਲੇ ਵਿੱਚ ਪੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਫਿਰ ਆਪ ਜੀ ਦੇ ਪਿਤਾ ਜੀ ਚੜ੍ਹਾਈ ਕਰ ਗਏ ਅਤੇ ਮਾਤਾ ਨੌਕਰੀ ਛੱਡ ਕੇ ਪਿੰਡ ਆ ਜਾਣ ਲਈ ਮਾਤਾ ਜੀ ਨੇ ਲਿਖਿਆ, ਪਰ ਆਪ ਜੀ ਨਹੀਂ ਗਏ। ਇਸ ਤਰ੍ਹਾਂ ਫੌਜ ਨੌਕਰੀ ਕਰਦਿਆਂ ਆਪ ਨੂੰ ਲਗਭਗ 4 ਸਾਲ ਹੋ ਗਏ। ਇਸ ਸਮੇਂ ਤੱਕ ਆਪ ਨਾਮ ਬਾਣੀ ਅਭਿਆਸ ਵਿੱਚ ਚੌਖੀ ਉੱਨਤੀ ਕਰ ਗਏ ਅਤੇ ਹੋਰ ਕਈਆਂ ਨੂੰ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜਿਆ। ਆਤਮਕ ਰਸ ਮਾਣਦੇ ਹੋਏ ਸੰਤ ਅਤਰ ਸਿੰਘ ਜੀ ਦਾ ਮਨ ਹੁਣ ਦੁਨੀਆਂ ਦੇ ਕਿਸੇ ਕੰਮ ਕਾਜ ਵਿੱਚ ਵੀ ਨਾ ਲੱਗਾ ਅਤੇ ਹੋਰ ਆਤਮਕ ਉੱਨਤੀ ਕਰਨ ਦੀ ਲਗਨ ਲੱਗ ਗਈ। ਆਪ ਨੇ ਫੌਜ ਦੇ ਕਰਨਲ ਪਾਸ ਅਸਤੀਫਾ ਦੇ ਦਿੱਤਾ, ਪਰ ਉਹ ਆਪ ਦਾ ਨਾਂ ਫੌਜ ਵਿੱਚ ਕੱਟਣ ਲਈ ਨਾ ਮੰਨਿਆ ਅਤੇ ਹੋਰ ਸਹੂਲਤਾਂ ਤੇ ਤਰੱਕੀ ਦੇਣ ਦਾ ਲਾਲਚ ਦਿੱਤਾ। ਪਰ ਸੰਤਾਂ ਦੇ ਮਨ ਵਿੱਚ ਬੈਰਾਗ ਦੇ ਉਛਾਲੇ ਆ ਰਹੇ ਸਨ। ਇੱਕ ਜਵਾਰ ਭਾਟਾ ਸੀ ਜੋ ਵਾਹਿਗੁਰੂ ਜੀ ਦੇ ਮਿਲਾਪ ਤੋਂ ਬਿਨਾਂ ਰੁਕਣ ਵਾਲਾ ਨਹੀਂ ਸੀ। ਆਪ ਚੁੱਪ ਚੁਪੀਤੇ ਹੀ ਕੁਹਾਟ ਤੋਂ ਹਜੂਰ ਸਾਹਿਬ ਵੱਲ ਪੈਦਲ ਹੀ ਚੱਲ ਪਏ। ਇਹ ਸੰਨ 1888 ਦੀ ਗੱਲ ਹੈ। ਯਾਤਰਾ ਦਾ ਥੋੜਾ ਹਿੱਸਾ ਆਪਨੇ ਰੇਲ ਗੱਡੀ ਵਿੱਚ ਕੀਤਾ, ਬਾਕੀ ਸਾਰਾ ਰਸਤਾ ਆਪਣੀ ਲਗਨ ਵਿੱਚ ਜੁੜੇ ਹੋਏ ਪੈਦਲ ਹੀ ਤੈਅ ਕੀਤਾ। ਦਸ਼ਮੇਸ਼ ਪਿਤਾ ਜੀ ਦਾ ਧਿਆਨ ਧਰਦੇ ਹੋਏ ਪੜਾਓ ਪੜਾਓ ਕਰਦੇ ਆਪ ਇੱਕ ਸ਼ਾਮ ਹਜੂਰ ਸਾਹਿਬ ਪਹੁੰਚ ਗਏ ਅਤੇ ਸੱਚਖੰਡ ਦੇ ਗੁਰਦੁਆਰੇ ਜਾ ਹਾਜ਼ਰੀ ਭਰੀ। ਭਾਈ ਨਾਨੂ ਸਿੰਘ ਜੀ ਹੈੱਡ ਪੁਜਾਰੀ ਸੱਚਖੰਡ ਆਪ ਨੂੰ ਮਿਲੇ ਅਤੇ ਪ੍ਰਭਾਵਿਤ ਹੋ ਕੇ ਆਪ ਨੂੰ ਗੋਦਾਵਰੀ ਦਰਿਆ ਦੇ ਕੰਢੇ ਆਪਣੇ ਬੁੰਗੇ ਦੇ ਵਿੱਚ ਠਹਿਰਨ ਲਈ ਜਗ੍ਹਾ ਦੇ ਦਿੱਤੀ। ਹਜੂਰ ਸਾਹਿਬ ਪਹੁੰਚ ਕੇ ਸੰਤਾਂ ਨੇ ਤਨ ਮਨ ਕਰਕੇ ਤਪ ਸਾਧਨ ਦੀ ਠਾਣੀ। ਸੀਸ ਪਰ ਇੱਕ ਛੋਟਾ ਜਿਹਾ ਦਸਤਾਰਾ, ਤੇਲ ਕਸ਼ਹਿਰਾ ਅਤੇ ਉੱਪਰ ਲੈਣ ਲਈ ਇੱਕ ਚਾਦਰੀ ਰੱਖੀ ਹੋਈ ਸੀ। ਗੁਰਬਾਣੀ ਦੇ ਸ਼ਬਦ ਦੀ ਆਰਾਧਨਾ ਲਈ ਵੱਧ ਤੋਂ ਵੱਧ ਸਮਾਂ ਦੇਣ ਲੱਗੇ। ਨਗੀਨਾ ਘਾਟ ਗੁਰਦੁਆਰੇ ਦੇ ਨੇੜੇ ਇੱਕ ਕੋਠੜੀ ਹੈ ਜੋ ਖਾਲੀ ਪਈ ਰਹਿੰਦੀ ਸੀ। ਗੌਤਮ ਘਾਟ ਇੱਕ ਪੁਰਾਣੀ ਗੁਫਾ ਬਣੀ ਹੋਈ ਹੈ। ਬੰਦਾ ਘਾਟ ਦੇ ਹੇਠਾਂ ਵੀ ਇੱਕ ਇਕਾਂਤ ਵਾਲੀ ਥਾਂ ਸੀ। ਇਹ ਸਾਰੇ ਸਥਾਨ ਗੋਦਾਵਰੀ ਨਦੀ ਦੇ ਗੋਦਾਵਰੀ ਦਰਿਆ ਦੇ ਕੰਢੇ ਸਨ। ਸੰਤ ਜੀ ਦਿਨ ਵੇਲੇ ਇਹਨਾਂ ਵਿੱਚੋਂ ਕਿਸੇ ਵੀ ਸਥਾਨ ਪਰ ਜਾ ਕੇ ਬੈਠ ਕੇ ਭਜਨ ਕਰਦੇ ਅਤੇ ਰਾਤ ਨੂੰ ਬਾਹਰ ਕਿਸੇ ਥਾਂ ਗੋਦਾਵਰੀ ਦੇ ਕੰਢੇ ਜਾ ਬੈਠਦੇ। ਇਸ ਤਰ੍ਹਾਂ ਦਿਨ ਰਾਤ ਸਿਮਰਨ ਤੇ ਪਾਠ ਵਿੱਚ ਮਨ ਜੋੜਿਆ, ਨੀਂਦ ਬਹੁਤ ਘੱਟ ਲੈਂਦੇ
ਅਤੇ 24 ਘੰਟੇ ਵਿੱਚ ਕੇਵਲ ਇੱਕ ਪ੍ਰਸ਼ਾਦਾ ਛਕਦੇ, ਜੋ ਕਿ ਇੱਕ ਪ੍ਰੇਮੀ ਆਪ ਜੀ ਨੂੰ ਭਾਜਾ ਉੱਪਰ ਰੱਖ ਕੇ ਦੇ ਜਾਂਦਾ ਸੀ। ਇਸ ਤਰ੍ਹਾਂ ਕਠਨ ਤਪ ਕਰਦੇ ਹੋਏ ਆਪ ਜੀ ਨੇ 1.5 ਸਾਲ ਬਤੀਤ ਕੀਤਾ। ਇਸ ਸਮੇਂ ਵਿੱਚ ਆਪ ਨੇ 1 ਲੱਖ ਪਾਠ ਜਪਜੀ ਸਾਹਿਬ ਜੀ ਦਾ ਵੀ ਕੀਤਾ। ਗਿਣਤੀ ਲਈ ਛੋਟੇ ਪੱਥਰ ਪਾਸ ਰੱਖ ਲੈਂਦੇ ਅਤੇ ਇੱਕ ਇੱਕ ਕਰਕੇ ਦਰਿਆ ਵਿੱਚ ਸੁੱਟਦੇ ਜਾਂਦੇ। ਇਸ ਤੋਂ ਬਾਅਦ ਆਪ ਹੀਰਾ ਘਾਟ ਤੇ ਮਾਤਾ ਸਾਹਿਬ ਦੇਵਾਂ ਜੀ ਦੇ ਗੁਰਦੁਆਰੇ ਹੁੰਦੇ ਹੋਏ ਸ਼ਿਕਾਰ ਘਾਟ ਗੁਰਦੁਆਰੇ ਪਹੁੰਚੇ। ਇੱਥੇ 3 ਮਹੀਨੇ ਸਿਮਰਨ ਕੀਤਾ ਅਤੇ 25,000 ਪਾਠ ਜਪਜੀ ਸਾਹਿਬ ਜੀ ਦੇ ਹੋਰ ਕੀਤੇ। ਫਿਰ ਆਪ ਵਾਪਸ ਹਜੂਰ ਸਾਹਿਬ ਆ ਗਏ ਅਤੇ ਆਪਣਾ ਭਜਨ ਪਾਠ ਕੁਝ ਸਮਾਂ ਹੋਰ ਜਾਰੀ ਰੱਖਿਆ। ਇੱਕ ਦਿਨ ਸੰਤ ਜੀ ਆਪਣੇ ਮਨ ਦੇ ਵਿੱਚ ਰੰਗੇ ਹੋਏ 4-5 ਮੀਲ ਕਿਤੇ ਅੱਗੇ ਗੋਦਾਵਰੀ ਦੇ ਕੰਢੇ ਜਾ ਬੈਠੇ। ਆਪ ਨੂੰ ਧਿਆਨ ਵਿੱਚ ਮਗਨ 5-6 ਦਿਨ ਬਿਨਾਂ ਆਹਾਰ ਦੇ ਹੀ ਬੈਠਿਆਂ ਹੋ ਗਏ ਤਾਂ ਸੱਚਖੰਡ ਦੇ ਹੈੱਡ ਪੁਜਾਰੀ ਨੂੰ ਹੁਕਮ ਹੋਇਆ। ਕੋਈ ਕਹਿੰਦਾ ਕਿ ਸੇਵਾ ਕਰਦਿਆਂ ਆਵਾਜ਼ ਆਈ, ਕੋਈ ਕਹਿੰਦਾ ਕਿ ਸੁਪਨੇ ਵਿੱਚ ਹੁਕਮ ਹੋਇਆ ਕਿ ਸਿੰਘ 5-6 ਦਿਨ ਤੋਂ ਭੁੱਖਾ ਬੈਠਾ ਹੈ, ਪ੍ਰਸ਼ਾਦਾ ਪਹੁੰਚਾਓ। ਦੂਜੇ ਦਿਨ ਸਵੇਰੇ ਪੁਜਾਰੀ ਪ੍ਰਸ਼ਾਦਾ ਅਤੇ ਕਸ਼ਹਿਰਾ ਆਦਿਕ ਲੈ ਕੇ ਤਲਾਸ਼ ਕਰਦਾ ਹੋਇਆ ਸੰਤ ਜੀ ਨੂੰ ਜਾ ਮਿਲਿਆ ਤੇ ਭੇਟਾ ਕੀਤੀ ਤੇ ਪ੍ਰਸ਼ਾਦ ਛਕਾਇਆ। ਜਦ ਸੰਤ ਜੀ ਨੂੰ ਹਜੂਰ ਸਾਹਿਬ ਤਪ ਕਰਦਿਆਂ ਕਾਫੀ ਦਿਨ ਹੋ ਗਏ ਅਤੇ ਮਨ ਦਾ ਮਨੋਰਥ ਪੂਰਾ ਹੁੰਦਾ ਨਾ ਦਿਸਿਆ ਤਾਂ ਆਪ ਜੀ ਅਤ ਬੈਰਾਗ ਅਤੇ ਨਿਰਾਸ਼ਤਾ ਦੀ ਦਸ਼ਾ ਵਿੱਚ ਉਹਨਾਂ ਨੇ ਸੋਚਿਆ ਕਿ ਇਸ ਜੀਵਨ ਨਾਲੋਂ ਹੁਣ ਮਰਨਾ ਹੀ ਅੱਛਾ ਹੈ। ਆਪ ਗੋਦਾਵਰੀ ਦੇ ਉਸ ਪਾਸੇ ਜਲ ਵਿੱਚ ਵੱਧਦੇ ਗਏ ਜਿੱਧਰ ਕਿ ਜਲ ਵਧੇਰੇ ਡੂੰਘਾ ਸੀ। ਜਦ ਜਲ ਗਲ ਤੱਕ ਆ ਗਿਆ ਅਤੇ ਅਖੀਰਲੀ ਛਾਲ ਮਾਰਨ ਹੀ ਲੱਗੇ ਸਨ ਤਾਂ ਪਿਛਲੇ ਪਾਸਿਓਂ ਆਵਾਜ਼ ਆਈ, ਕਹਿੰਦੇ ਸਿੱਖਾ ਕੀ ਚਾਹੁੰਦਾ ਹੈ? ਤਾਂ ਉੱਤਰ ਦਿੱਤਾ, ਕਹਿੰਦੇ ਮਹਾਰਾਜ ਆਪ ਜੀ ਦੇ ਦਰਸ਼ਨ। ਫਿਰ ਪੁੱਛ ਹੋਈ ਕਿ ਕਿਸ ਤਰ੍ਹਾਂ ਦੇ ਦਰਸ਼ਨ? ਤਾਂ ਸੰਤ ਜੀ ਨੇ ਉੱਤਰ ਦਿੱਤਾ, ਕਹਿੰਦੇ ਮਹਾਰਾਜ ਜਿਵੇਂ ਆਪ ਦਰਬਾਰ ਸਜਾ ਕੇ ਬੈਠਦੇ ਸੀ। ਫਿਰ ਹੁਕਮ ਹੋਇਆ, ਕਹਿੰਦੇ ਅੱਛਾ ਐਂ ਕਰੀ ਫਿਰ ਅੱਜ ਰਾਤ ਨੂੰ ਨਾ 12 ਵਜੇ ਨਗੀਨਾ ਘਾਟ ਆ ਜਾਵੇ। ਹੁਣ ਸੰਤ ਜੀ ਉਡੀਕ ਵਿੱਚ ਬਹਿਬਲ ਰਾਤ ਦੇ ਸਨਾਟੇ ਵਿੱਚ 12 ਵਜੇ ਨਗੀਨਾ ਘਾਟ ਆ ਪਹੁੰਚੇ ਅਤੇ ਕੀ ਦੇਖਦੇ ਨੇ ਕਿ ਦਸ਼ਮੇਸ਼ ਪਿਤਾ ਜੀ ਦਾ ਦਰਬਾਰ ਸਜਿਆ ਹੋਇਆ, ਆਸੇ ਪਾਸੇ ਸਿੰਘ ਸੂਰਮੇ ਵਿਦਵਾਨ ਚਰਨਾਂ ਤੋਂ ਕੁਰਬਾਨ ਹੋ ਚੁੱਕੇ ਭੋਰੇ ਬੈਠੇ ਹਨ ਅਤੇ ਗੁਰੂ ਸਾਹਿਬ ਤਖ਼ਤ ਪਰ ਬਿਰਾਜਮਾਨ ਹਨ। ਸੰਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੇ, ਅੱਗੇ ਕਿਵੇਂ ਹੋਇਆ ਇਹ ਗੱਲ ਉਹਨਾਂ ਨੇ ਪ੍ਰਗਟ ਨਹੀਂ ਕੀਤੀ, ਪਰ ਇਹ ਪਤਾ ਚੱਲਦਾ ਹੈ ਕਿ ਆਪ ਨੂੰ ਨਾਮ ਬਾਣੀ ਦਾ ਪ੍ਰਚਾਰ ਕਰਨ ਲਈ ਇਸ਼ਾਰਾ ਹੋਇਆ। ਸੱਚੇ ਪਾਤਸ਼ਾਹ ਦਰਸ਼ਨ ਪ੍ਰਾਪਤ ਕਰਕੇ ਸੰਤ ਅਤਰ ਸਿੰਘ ਜੀ ਨੇ ਵਾਪਸ ਪੰਜਾਬ ਦੇ ਵੱਲ ਚਾਲੇ ਪਾ ਦਿੱਤੇ ਅਤੇ ਇਸ ਦਫਾ ਵੀ ਯਾਤਰਾ ਪੈਦਲ ਹੀ ਆਰੰਭੀ। ਜਦ ਆਪ ਖਾਂਡਵਾਂ ਦੇ ਨਜ਼ਦੀਕ ਮੱਧ ਭਾਰਤ ਦੇ ਘਣੇ ਜੰਗਲਾਂ ਵਿੱਚੋਂ ਲੰਘ ਰਹੇ ਸਨ ਤਾਂ ਰਸਤੇ ਵਿੱਚ ਇੱਕ ਭਿਆਨਕ ਸ਼ੇਰ ਦਿਸਿਆ। ਆਪ ਬਿਨਾਂ ਝਿਜਕ ਦੇ ਉਸੀ ਚਾਲ ਚੱਲਦੇ ਗਏ। ਜਦ ਸ਼ੇਰ ਨੇ ਨੇੜੇ ਪਹੁੰਚ ਕੇ ਸੰਤਾਂ ਦੇ ਨਾਲ ਸ਼ੇਰ ਦੀਆਂ ਅੱਖਾਂ 2-4 ਹੋਈਆਂ ਤਾਂ ਉਹ ਪਾਲਤੂ ਕੁੱਤੇ ਵਾਂਗ ਪੂਛ ਨੀਵੀਂ ਕਰਕੇ ਹਿਲਾਉਂਦਾ ਹੋਇਆ ਜੰਗਲ ਵਿੱਚ ਜਾ ਵੜਿਆ। ਸੰਤ ਜੀ ਖਾਂਡਵਾਂ, ਉਜੈਨ, ਪੁਸ਼ਕਰਨਾਥ, ਮਥੁਰਾ ਆਦਿਕ ਥਾਵਾਂ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਤੇ ਫਿਰ ਰਿਸ਼ੀਕੇਸ਼ ਹਰਿਦੁਆਰ ਤੇ ਰਿਸ਼ੀਕੇਸ਼ ਪਹੁੰਚ ਗਏ। ਰਸਤੇ ਵਿੱਚ ਆਪ ਕਈ ਥਾਂ ਨਾਮ ਬਾਣੀ ਦਾ ਉਪਦੇਸ਼ ਕਰਦੇ ਗਏ, ਪਰ ਅਲਪਹਾਰ ਤੋਂ ਬਿਨਾਂ ਆਪ ਨੇ ਮਾਇਆ ਜਾਂ ਕੋਈ ਹੋਰ ਵਸਤੂ ਕਿਸੇ ਪਾਸੋਂ ਗ੍ਰਹਿਣ ਨਹੀਂ ਕੀਤੀ। ਆਪ ਜੀ ਨੇ ਇੱਕ ਵਾਰ ਦੱਸਿਆ ਸੀ ਕਿ ਪੁਰਾਤਨ ਸਮੇਂ ਵਿੱਚ ਸਿੰਘ
ਯੁੱਧ ਆਦਿਕ ਨਾਮ ਦੇ ਆਸਰੇ, ਸਿੰਘ ਯੁੱਧ ਨਾਮ ਆਦਿ ਦੇ ਆਸਰੇ ਕਰਦੇ ਸਨ ਅਤੇ ਪੈਰਾਂ ਦੀ ਚਾਲ ਦੇ ਨਾਲ ਗੁਰਮੰਤਰ ਉਚਾਰਦੇ ਹੋਏ ਰਾਤ ਭਰ ਵਿੱਚ 100-100 ਕੋਹ ਨਿਕਲ ਜਾਂਦੇ ਸਨ। ਭਾਵੇਂ ਸੰਤ ਜੀ ਦੀ ਬਿਰਤੀ ਵਿੱਚ ਇਕਾਗਰਤਾ ਆ ਚੁੱਕੀ ਸੀ ਅਤੇ ਨਾਮ ਵਿੱਚ ਲੀਨ ਰਹਿੰਦੇ ਸੀ, ਪਰ ਆਪ ਦੇ ਮਨ ਵਿੱਚ ਅਜੇ ਹੋਰ ਆਰਾਧਨਾ ਤੇ ਤਪ ਕਰਨ ਦੀ ਉਮੰਗ ਸੀ। ਰਿਸ਼ੀਕੇਸ਼ ਆ ਕੇ ਵੀ ਆਪ ਦਾ ਧਿਆਨ ਇਸੇ ਪਾਸੇ ਰਿਹਾ। ਕਦੀ ਆਪ ਨਦੀ ਦੇ ਕੰਢੇ, ਕਦੀ ਜੰਗਲ ਵਿੱਚ ਜਾ ਕੇ ਭਜਨ ਪਾਠ ਕਰਦੇ ਰਹੇ। ਇੱਕ ਵਾਰ ਜੰਗਲ ਨੂੰ ਜਾਂਦੇ ਹੋਏ ਨਾਲ ਇੱਕ ਹਾਂਡੀ ਤੇ ਦੀਵਾ ਸਲਾਈ ਦੀ ਡੱਬੀ ਵੀ ਲੈ ਲਈ ਤਾਂ ਜੋ ਉੱਥੇ ਹੀ ਲੋੜ ਪੈਣ ਪਰ ਘਾਹ ਪੱਤੇ ਉਬਾਲ ਕੇ ਛਕ ਲਿਆ ਕਰਨ। ਪਰ 2-3 ਦਿਨ ਬਾਅਦ ਹਾਂਡੀ ਉੱਥੇ ਹੀ ਛੱਡ ਕੇ ਵਾਪਸ ਰਿਸ਼ੀਕੇਸ਼ ਆ ਗਏ। ਸਾਧੂ ਮਹਾਤਮਾ ਤੇ ਹੋਰ ਜਗਿਆਸੂ ਜਿਨ੍ਹਾਂ ਨਾਲ ਵੀ ਆਪ ਬਚਨ ਬਿਲਾਸ ਕਰਦੇ ਸਨ, ਉਹਨਾਂ ਪਰ ਆਪ ਦਾ ਬਹੁਤ ਪ੍ਰਭਾਵ ਪੈ ਜਾਂਦਾ ਸੀ। ਸਾਰੇ ਆਪ ਦਾ ਆਦਰ ਸਤਿਕਾਰ ਬਹੁਤ ਕਰਦੇ ਸਨ, ਪਰ ਸੰਤ ਜੀ ਅਜੇ ਵੀ ਸੰਤੁਸ਼ਟ ਨਹੀਂ ਸਨ। ਰਿਸ਼ੀਕੇਸ਼ ਰਹਿੰਦੇ ਹੋਏ 1 ਸਾਲ ਹੋ ਚੁੱਕਾ ਸੀ ਜਦਕਿ ਇੱਕ ਸਾਧੂ ਰਾਮ ਸਿੰਘ ਆਪ ਨੂੰ ਮਿਲਿਆ ਅਤੇ ਉਹਨਾਂ ਨੇ ਸੰਤ ਜੀ ਪਾਸ ਆਪਣੇ ਡੇਰੇ ਸਿਆਲਕੋਟ ਚੱਲਣ ਵਾਸਤੇ ਬੇਨਤੀ ਕੀਤੀ। ਸੰਤ ਜੀ ਪਹਿਲੇ ਹੀ ਕੁਝ ਉਪਰਾਮ ਸਨ, ਆਪ ਨੇ ਮੰਨ ਲਿਆ ਅਤੇ ਸਾਧੂ ਰਾਮ ਸਿੰਘ ਜੀ ਦੇ ਨਾਲ ਪੈਦਲ ਹੀ ਚੱਲ ਕੇ ਪਾਉਂਟਾ ਸਾਹਿਬ ਅਤੇ ਨਾਹਨ ਹੁੰਦੇ ਹੋਏ ਸਿਆਲਕੋਟ ਪਹੁੰਚ ਗਏ। 54 ਸਿੱਖ ਪਲਟਣ ਵੱਲੋਂ ਜਿੱਥੋਂ ਆਪ ਬਿਨਾਂ ਆਗਿਆ ਪ੍ਰਾਪਤ ਕੀਤੇ ਹੀ ਆ ਗਏ ਸਨ, ਆਪ ਜੀ ਦੀ ਤਲਾਸ਼ ਹੋ ਰਹੀ ਸੀ। ਇਸ ਗੱਲ ਤੋਂ ਸੁਤੰਤਰ ਹੋਣ ਲਈ ਸੰਤ ਜੀ ਐਬਟਾਬਾਦ ਆ ਗਏ ਜਿੱਥੇ ਕਿ ਉਸ ਸਮੇਂ ਉਹ ਪਲਟਣ ਸੀ ਅਤੇ ਸਿੱਧੇ ਕਰਨਲ ਦੀ ਕੋਠੀ ਜਾ ਕੇ ਪਲਟਣ ਤੋਂ ਨਹੁੰ ਕੱਟ ਦੇਣ ਲਈ ਕਿਹਾ। ਕਰਨਲ ਦੇ ਮਨ ਵਿੱਚ ਆਪ ਲਈ ਬਹੁਤ ਅੱਛੇ ਖਿਆਲ ਸਨ ਅਤੇ ਉਹ ਨਹੀਂ ਸੀ ਚਾਹੁੰਦਾ ਕਿ ਸੰਤ ਜੀ ਫੌਜ ਛੱਡ ਕੇ ਚਲੇ ਜਾਣ। ਇਸ ਕਰਕੇ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਲਾਲਚ ਵੀ ਦਿੱਤਾ, ਪਰ ਸੰਤ ਜੀ ਨਹੀਂ ਮੰਨੇ। ਇਸ ਪਰ ਕਰਨਲ ਨੇ ਆਪ ਨੂੰ ਕੁਆਟਰ ਗਾਰਦ ਵਿੱਚ ਭੇਜ ਦਿੱਤਾ। ਸੰਤ ਜੀ ਉੱਥੇ ਸਾਰੀ ਰਾਤ ਸਮਾਧੀ ਸਥਿਤ ਰਹੇ। ਉਸ ਪਲਟਣ ਦੇ ਸੂਬੇਦਾਰ ਨੇ ਕਰਨਲ ਪਾਸ ਜਾ ਕੇ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਸੰਤ ਅਤਰ ਸਿੰਘ ਜੀ ਹੁਣ ਪਾਦਰੀ ਹੋ ਗਏ ਹਨ, ਫੌਜ ਦੀ ਨੌਕਰੀ ਕਰਨ ਦੇ ਯੋਗ ਨਹੀਂ ਰਹੇ। ਕਰਨਲ ਨੇ ਆਪ ਕਈ ਵਾਰ ਗਾਰਦ ਵਿੱਚ ਜਾ ਕੇ ਦੇਖਿਆ, ਹਰ ਸਮੇਂ ਸੰਤ ਜੀ ਧਿਆਨ ਵਿੱਚ ਹੀ ਅਡੋਲ ਬੈਠੇ ਰਹਿੰਦੇ। ਆਖਰ ਉਸ ਨੇ ਫੌਜ ਵਿੱਚ ਨਹੁੰ ਕੱਟ ਹੀ ਦਿੱਤਾ। ਹਿਸਾਬ ਕਰਕੇ ਜੋ ਰੁਪਏ ਸੰਤਾਂ ਨੂੰ ਮਿਲੇ ਉਹ ਆਪ ਜੀ ਨੇ ਗਰੀਬਾਂ ਵਿੱਚ ਵੰਡ ਦਿੱਤੇ। ਹੁਣ ਹਰ ਤਰ੍ਹਾਂ ਆਜ਼ਾਦ ਹੋ ਕੇ ਸੰਤ ਜੀ ਐਬਟਾਬਾਦ ਤੋਂ ਉਸੇ ਦਿਨ ਚੱਲ ਪਏ। ਆਪ ਪੋਠੋਹਾਰ ਦੇ ਕੁਝ ਸ਼ਹਿਰਾਂ ਤੋਂ ਹੁੰਦੇ ਹੋਏ ਪੰਜਾ ਸਾਹਿਬ ਤੇ ਫਿਰ ਅੰਮ੍ਰਿਤਸਰ ਆ ਗਏ। ਰਸਤੇ ਵਿੱਚ ਹਰ ਥਾਂ ਆਪ ਨਾਮ ਬਾਣੀ ਦਾ ਉਪਦੇਸ਼ ਕਰਦੇ ਅਤੇ ਜਿੱਥੇ ਕੋਈ ਰਮਣੀਕ ਇਕਾਂਤ ਸਥਾਨ ਦੇਖਣਾ ਉੱਥੇ ਕੁਝ ਸਮਾਂ ਤਪ ਕਰਨਾ। ਇਹਨਾਂ ਦਿਨਾਂ ਵਿੱਚ ਹੀ ਆਪ ਨੂੰ ਪਿੰਡ ਤੋਂ ਮਾਤਾ ਵੱਲੋਂ ਦਰਸ਼ਨ ਦੇਣ ਲਈ ਸੰਦੇਸ਼ਾ ਪਹੁੰਚਿਆ। ਇਸ ਪਰ ਆਪ ਆਪਣੇ ਪਿੰਡ ਚੀਮਾ ਆ ਗਏ, ਪਰ ਘਰ ਨਹੀਂ ਗਏ ਅਤੇ ਪਿੰਡ ਤੋਂ ਬਾਹਰ ਹੀ ਠਹਿਰੇ ਅਤੇ ਭਜਨ ਕਰਦੇ ਰਹੇ। ਆਪ ਜੀ ਦੀ ਮਾਤਾ ਜੀ ਆਪ ਨੂੰ ਬਾਹਰ ਆ ਕੇ ਮਿਲ ਜਾਂਦੀ ਅਤੇ ਪ੍ਰਸ਼ਾਦੇ ਛਕਾ ਜਾਂਦੀ। ਮਾਤਾ ਜੀ ਨੇ ਇੱਕ ਦਿਨ ਬਹੁਤ ਭਰੇ ਦਿਲ ਨਾਲ ਕਿਹਾ ਕਿ ਆਪ ਹੁਣ ਪਿੰਡ ਵਿੱਚ ਹੀ ਰਹੋ, ਭਾਵੇਂ ਭਜਨ ਪਾਠ ਹੀ ਕਰਦੇ ਰਹੋ। ਮਾਤਾ ਜੀ ਦੀ ਆਤੁਰਤਾ ਦੇਖ ਕੇ ਸੰਤਾਂ ਦੇ ਮਨ ਵਿੱਚ ਦਇਆ ਆਈ ਅਤੇ ਬਚਨ ਕੀਤਾ ਕਿ ਅਸੀਂ ਇਸ ਸ਼ਰਤ ਪਰ ਰਹਾਂਗੇ ਕਿ ਸਾਨੂੰ ਤੁਸੀਂ ਵਿਆਹ ਵਾਸਤੇ ਨਾ ਆਖਿਓ। ਮਾਤਾ ਜੀ ਨੇ ਮੰਨ ਲਿਆ। ਸੰਤਾਂ ਨੂੰ ਪਿੰਡ ਵਿੱਚ ਆਇਆ 3 ਮਹੀਨੇ ਹੋ ਗਏ ਸਨ ਕਿ ਮਾਤਾ ਜੀ ਨੂੰ ਉਸ ਸ਼ਰਤ ਦਾ ਖਿਆਲ ਨਾ ਰਿਹਾ ਅਤੇ ਮਮਤਾ ਦੇ ਅਧੀਨ ਇੱਕ ਦਿਨ ਆਪਣੇ ਸਪੁੱਤਰ ਨੂੰ ਆਖਿਆ ਕਿ ਕੈਸਾ ਚੰਗਾ ਹੋਵੇ ਜੇ ਤੂੰ ਵਿਆਹ ਕਰਵਾ ਲਵੇਂ ਅਤੇ ਘਰ ਬਸ ਜਾਏ। ਸੰਤ ਜੀ ਉਸੇ ਰਾਤ ਪਿੰਡ ਤੋਂ ਚੱਲ ਪਏ।
ਕੁਝ ਥਾਵਾਂ ਪਰ ਥੋੜਾ ਸਮਾਂ ਟਿਕਦੇ ਹੋਏ ਆਪ ਸਿਆਲਕੋਟ ਆਪਣੇ ਪ੍ਰੇਮੀ ਸਾਧੂ ਰਾਮ ਸਿੰਘ ਦੇ ਡੇਰੇ ਪਹੁੰਚ ਗਏ। ਇੱਥੇ ਇਹਨਾਂ ਦੱਸਣਾ ਕਾਫੀ ਹੈ ਕਿ ਜਿਨ੍ਹਾਂ ਦਿਨਾਂ ਵਿੱਚ ਸੰਤ ਜੀ ਆਪਣੇ ਪਿੰਡ ਚੀਮਾ ਠਹਿਰੇ, ਆਪ ਆਪਣੀ ਮਾਤਾ ਜੀ ਨੂੰ ਜਪਜੀ ਸਾਹਿਬ ਦੀ ਇੱਕ ਪੌੜੀ ਰੋਜ਼ ਕੰਠ ਕਰਾਉਂਦੇ ਅਤੇ ਨਾਲ ਅਰਥ ਵੀ ਦੱਸਦੇ। ਇਸ ਤਰ੍ਹਾਂ ਇਹ ਸਾਰੀ ਬਾਣੀ ਕੰਠ ਕਰਾਈ ਅਤੇ ਸਿਮਰਨ ਦੀ ਜਾਚ ਵੀ ਦੱਸੀ। ਇਹ ਮਾਤਾ ਜੀ ਵੀ ਕੁਝ ਦਿਨਾਂ ਬਾਅਦ ਕਿਸੇ ਕਾਰਨ ਕਰਕੇ ਪਿੰਡ ਛੱਡ ਕੇ ਆਪਣੇ ਸੰਤ ਸਪੁੱਤਰ ਪਾਸ ਪੋਠੋਹਾਰ ਆ ਗਏ। ਸੰਤ ਜੀ ਨੇ ਇਹਨਾਂ ਨੂੰ ਆਪਣੇ ਇੱਕ ਪ੍ਰੇਮੀ ਦੇ ਪਾਸ ਰਹਿਣ ਲਈ ਸ੍ਰੀ ਅੰਮ੍ਰਿਤਸਰ ਭੇਜ ਦਿੱਤਾ, ਜਿੱਥੇ ਕਿ ਆਪ ਭਜਨ ਪਾਠ ਕਰਦੇ ਰਹੇ। ਮਗਰੋਂ ਇਹ ਮਸਤੂਆਂ ਨੇ ਆ ਟਿਕੇ ਅਤੇ ਆਪਣੇ ਅੰਤ ਸਮੇਂ ਤੱਕ ਇੱਕ ਉੱਚੀ ਆਤਮਕ ਅਵਸਥਾ ਪ੍ਰਾਪਤ ਕੀਤੀ। ਸਾਧੂ ਰਾਮ ਸਿੰਘ ਦੇ ਪਾਸ ਆਪ ਨੇ ਇੱਛਾ ਪ੍ਰਗਟ ਕੀਤੀ ਕਿ ਆਪ ਹੁਣ ਕਿਸੇ ਇਕਾਂਤ ਥਾਂ ਤਪ ਕਰਨਾ ਚਾਹੁੰਦੇ ਹਨ। ਇਸ ਕਾਰਜ ਲਈ ਰਾਮ ਸਿੰਘ ਨੇ ਆਪਣੇ ਜਨਮ ਪਿੰਡ ਥਮਾਲੀ ਦੇ ਨਜ਼ਦੀਕ ਇੱਕ ਪਿੰਡ ਕਨੋਹਾ ਦੀ ਦੱਸ ਪਾਈ। ਸੰਤ ਜੀ ਸਿਆਲਕੋਟ ਤੋਂ ਚੱਲ ਕੇ ਰਾਵਲਪਿੰਡੀ ਅਤੇ ਪੰਜਾ ਸਾਹਿਬ ਹੁੰਦੇ ਹੋਏ ਕਨੋਹਾ ਆ ਗਏ। ਇਸ ਪਿੰਡ ਤੋਂ ਕੁਝ ਫਾਸਲੇ ਪਰ ਘਣੇ ਦਰਖਤਾਂ ਦਾ ਇੱਕ ਵੱਡਾ ਝੁੰਡ ਸੀ, ਜਿਸ ਵਿੱਚ ਇੱਕ ਪਾਣੀ ਦਾ ਚਸ਼ਮਾ ਵੀ ਸੀ। ਇਸ ਝੁੰਡ ਵਿੱਚ ਇੱਕ ਵੱਡਾ ਨਾਗ ਰਹਿੰਦਾ ਸੀ, ਜੋ ਕਿ ਕੱਟਣ ਵਾਸਤੇ ਲੋਕਾਂ ਦੇ ਪਿੱਛੇ ਦੌੜ ਪੈਂਦਾ ਸੀ, ਜਿਸ ਕਰਕੇ ਉੱਧਰ ਆਵਾਜਾਈ ਵੀ ਕਿਸੇ ਦੀ ਬਹੁਤ ਘੱਟ ਹੀ ਸੀ। ਸੰਤ ਜੀ ਨੇ ਇਹ ਥਾਂ ਆਪਣੇ ਤਪ ਸਾਧਨ ਵਾਸਤੇ ਪਸੰਦ ਕੀਤੀ। ਇਹ ਸੰਨ 1893 ਦੀ ਗੱਲ ਹੈ, ਜਦਕਿ ਆਪ ਜੀ ਦੀ ਆਜੂ 27 ਸਾਲ ਦੀ ਸੀ। ਇਸ ਪਿੰਡ ਦੇ ਇੱਕ ਸੱਜਣ ਵਜ਼ੀਰ ਸਿੰਘ ਅਤੇ ਉਹਦੀ ਸੁਪਤਨੀ ਭਾਗ ਭਰੀ ਸੰਤ ਜੀ ਪਰ ਬਹੁਤ ਸ਼ਰਧਾ ਰੱਖਣ ਲੱਗ ਪਏ ਅਤੇ ਜਦ ਤੋਂ ਸੰਤ ਜੀ ਇਸ ਕਨੋਹਾ ਪਿੰਡ ਵਿੱਚ ਆਏ, ਇਹ ਦੰਪਤੀ ਬਹੁਤ ਹੀ ਪ੍ਰੇਮ ਦੇ ਨਾਲ ਆਪ ਜੀ ਦੀ ਸੇਵਾ ਕਰਦੇ ਤੇ ਪ੍ਰਸ਼ਾਦਾ ਛਕਾਉਂਦੇ। ਕੁਝ ਦਿਨ ਕਨੋਹਾ ਦੇ ਗੁਰਦੁਆਰੇ ਠਹਿਰ ਕੇ ਸੰਤ ਜੀ ਪਿੰਡ ਤੋਂ ਬਾਹਰ ਉਸ ਦਰਖਤਾਂ ਦੇ ਝੁੰਡ ਵਿੱਚ ਚਸ਼ਮੇ ਦੇ ਕੰਢੇ ਜਾ ਬੈਠੇ ਅਤੇ ਦਿਨ ਰਾਤ ਉੱਥੇ ਹੀ ਭਜਨ ਪਾਠ ਵਿੱਚ ਲੀਨ ਰਹਿਣ ਲੱਗੇ। ਭਾਈ ਵਜ਼ੀਰ ਸਿੰਘ ਜਾਂ ਉਹਦੀ ਸੁਪਤਨੀ ਭਾਗ ਭਰੀ ਉੱਥੇ ਪ੍ਰਸ਼ਾਦਾ ਲਿਜਾ ਕੇ ਛਕਾ ਆਉਂਦੇ। ਇਸ ਤਰ੍ਹਾਂ ਕੁਝ ਮਹੀਨੇ ਬੀਤੇ ਤਾਂ ਸੰਤ ਜੀ ਨੇ ਹੋਰ ਵਧੇਰੇ ਕਠਿਨ ਸਾਧਨਾ ਸ਼ੁਰੂ ਕਰ ਦਿੱਤੀ। ਭਾਈ ਵਜ਼ੀਰ ਸਿੰਘ ਨੇ ਆਗਿਆ ਲੈ ਕੇ ਉਸੇ ਥਾਂ ਇੱਕ ਕੁਟੀਆ ਬਣਵਾ ਦਿੱਤੀ ਅਤੇ ਵਿੱਚ ਇੱਕ ਤਖਤ ਪੋਸ਼ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਛੋਟੀ ਬੀੜ ਸਥਾਪਨ ਕਰ ਦਿੱਤੀ। ਹੁਣ ਸੰਤ ਜੀ ਨੇ ਕਿਸੇ ਨੂੰ ਵੀ ਮਿਲਣਾ ਤੇ ਬਚਨ ਕਰਨੇ ਛੱਡ ਦਿੱਤੇ, ਕੁਟੀਆ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਚਾਲੀਸਾ ਕੱਟਿਆ। ਫਿਰ ਕੁਝ ਦਿਨ ਠਹਿਰ ਕੇ 6 ਮਹੀਨੇ ਲਈ ਕੁਟੀਆ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਤਪ ਕੀਤਾ। ਛਕਣ ਵਾਸਤੇ ਮਾਈ ਭਾਗ ਭਰੀ ਸਵੇਰ ਨੂੰ ਇੱਕ ਦੁੱਧ ਦਾ ਕਟੋਰਾ ਤੇ ਸ਼ਾਮ ਨੂੰ ਇੱਕ ਕੌਲਾ ਸਬਜ਼ੀ ਦਾ ਕੁਟੀਆ ਦੇ ਬਾਹਰ ਇੱਕ ਆਲੇ ਦੇ ਵਿੱਚ ਰੱਖ ਜਾਂਦੀ, ਜੋ ਕਿ ਸੰਤ ਜੀ ਇੱਛਾ ਦੇ ਅਨੁਸਾਰ ਛਕ ਲੈਂਦੇ। ਇਸ ਤੋਂ ਬਾਅਦ ਕੁਝ ਮਹੀਨੇ ਠਹਿਰ ਕੇ ਸੰਤ ਜੀ ਨੇ ਫਿਰ ਕੁਟੀਆ ਦੇ ਦਰਵਾਜ਼ੇ ਬੰਦ ਕਰ ਲਏ ਅਤੇ ਇਸ ਵਾਰ 1 ਸਾਲ ਅੰਦਰ ਬੈਠ ਕੇ ਤਪ ਕੀਤਾ। ਛਕਣ ਵਾਸਤੇ ਖੁਰਾਕ ਪਹਿਲੇ 6 ਮਹੀਨੇ ਵਾਂਗ ਹੀ ਰੱਖੀ, ਸਵੇਰ ਨੂੰ ਦੁੱਧ ਤੇ ਸ਼ਾਮ ਨੂੰ ਕੇਵਲ ਸਬਜ਼ੀ। ਆਪ ਪਹਿਲੇ ਹੀ ਕਾਫੀ ਪ੍ਰਸਿੱਧ ਹੋ ਚੁੱਕੇ ਸਨ। ਇਸ ਸਾਲ ਭਰ ਦੇ ਤਪ ਦੀ ਖਬਰ ਹੁਣ ਦੂਰ ਦੂਰ ਤੱਕ ਪਹੁੰਚ ਗਈ ਅਤੇ ਸੰਗਤਾਂ ਵਿੱਚ ਆਪ ਦੇ ਲਈ ਸ਼ਰਧਾ ਹੋਰ ਵੀ ਵੱਧ ਗਈ। 1 ਸਾਲ ਦੇ ਬਾਅਦ ਸੰਨ 1896 ਸੰਮਤ 1953 ਦੇ ਵਿਸਾਖੀ ਵਾਲੇ ਦਿਨ, ਜਦੋਂ ਕਿ ਸੰਤ ਜੀ ਨੇ ਕੁਟੀਆ ਦਾ ਦਰਵਾਜ਼ਾ ਖੋਲ੍ਹਣਾ ਸੀ, ਦਰਸ਼ਕਾਂ ਦਾ ਇੱਕ ਭਾਰੀ ਇਕੱਠ ਕੁਟੀਆ ਦੇ ਬਾਹਰ ਇਕੱਠਾ ਹੋ ਗਿਆ। ਰਾਗੀ ਸਿੰਘ ਵੀ ਪਹੁੰਚੇ ਅਤੇ ਲੰਗਰ ਤਿਆਰ ਕੀਤਾ ਗਿਆ। ਜਦ ਕੁਟੀਆ ਦਾ ਦਰਵਾਜ਼ਾ ਸੰਤ ਜੀ ਨੇ ਸੰਗਤ ਦੇ ਜੈਕਾਰਿਆਂ ਵਿੱਚ ਖੋਲ੍ਹਿਆ ਤਾਂ ਸਭ ਨੇ ਦਰਸ਼ਨ ਕੀਤੇ, ਕੀਰਤਨ ਹੋਇਆ ਤੇ ਜੱਗ ਵੀ ਹੋਇਆ। ਸੰਤ ਜੀ ਸਰੀਰ ਕਰਕੇ ਬਹੁਤ ਦੁਬਲੇ ਹੋ ਗਏ ਸਨ, ਪਰ ਚਿਹਰੇ ਪਰ ਇੱਕ ਜਲਾਲ ਸੀ ਅਤੇ ਮਸਤਕ
ਚਮਕਦਾ ਸੀ। ਆਪ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਤੇ ਸ਼ਕਤੀਆਂ ਆ ਚੁੱਕੀਆਂ ਸਨ। ਹਰ ਇੱਕ ਦੇ ਮਨ ਦੀ ਗੱਲ ਆਪ ਜਾਣਦੇ ਸਨ ਤੇ ਭਵਿੱਖ ਦੀ ਸੋਝੀ ਹੋ ਗਈ ਸੀ। ਆਪ ਜੀ ਦੀ ਆਵਾਜ਼ ਤੇ ਬਚਨਾਂ ਵਿੱਚ ਇੱਕ ਖਿੱਚ ਤੇ ਅਸਰ ਸੀ ਅਤੇ ਦਰਸ਼ਨ ਨਾਲ ਹਰ ਇੱਕ ਦੇ ਮਨ ਵਿੱਚ ਪ੍ਰਭਾਵ ਪੈਂਦਾ ਸੀ। ਤਪ ਦੇ ਮਗਰੋਂ ਆਪ ਕਨੂਹਾ ਪਿੰਡ ਵਿੱਚ ਆਏ। ਰਾਤ ਨੂੰ ਭਾਈ ਵਜ਼ੀਰ ਸਿੰਘ ਦੇ ਚੁਬਾਰੇ ਵਿੱਚ ਬਿਰਾਜਦੇ ਅਤੇ ਅੰਮ੍ਰਿਤ ਵੇਲੇ ਕੁਟੀਆ ਵਿੱਚ ਜਾ ਕੇ ਸਾਰਾ ਦਿਨ ਉੱਥੇ ਹੀ ਭਜਨ ਕਰਦੇ। ਇਹਨਾਂ ਦਿਨਾਂ ਵਿੱਚ ਆਪ ਜੀ ਦੀਆਂ ਕਈ ਕਰਾਮਾਤਾਂ ਦੱਸੀਆਂ ਜਾਂਦੀਆਂ ਨੇ। ਸੰਤ ਅਤਰ ਸਿੰਘ ਜੀ ਦੇ ਮਨ ਵਿੱਚ ਅਜੇ ਵੀ ਚਾਅ ਸੀ ਕਿ ਹੋਰ ਤਪੱਸਿਆ ਕਰੀਏ, ਪਰ ਦੂਜੇ ਪਾਸੇ ਸਤਿਗੁਰਾਂ ਦਾ ਹੁਕਮ ਸੀ ਜਿਸ ਦਾ ਇਸ਼ਾਰਾ ਹਜ਼ੂਰ ਸਾਹਿਬ ਵਿੱਚ ਹੋ ਚੁੱਕਾ ਸੀ। ਕੁਝ ਦਿਨ ਕਨੂਹਾ ਹੋਰ ਠਹਿਰ ਕੇ ਆਪ ਜੀ ਨੇ ਦੁਨੀਆਂ ਵਿੱਚ ਵਿਚਰ ਕੇ ਨਾਮ ਬਾਣੀ ਦਾ ਉਪਦੇਸ਼ ਅਤੇ ਸਿੱਖੀ ਦਾ ਪ੍ਰਚਾਰ ਕਰਨ ਦਾ ਫੈਸਲਾ ਕੀਤਾ। ਜਿੱਥੇ ਆਪ ਜੀ ਨੇ ਤਪ ਕੀਤਾ ਸੀ ਉਸ ਕੁਟੀਆ ਦੀ ਥਾਂ ਤੇ ਇੱਕ ਗੁਰਦੁਆਰਾ ਸੰਗਤਾਂ ਨੇ ਥੋੜੇ ਸਮੇਂ ਬਾਅਦ ਹੀ ਤਿਆਰ ਕਰ ਦਿੱਤਾ। ਸੰਤਾਂ ਦੇ ਉਪਦੇਸ਼ ਦਾ ਅਸਰ ਕਨੋਹੇ ਤੋਂ ਹੀ ਸ਼ੁਰੂ ਹੋਣਾ ਹੋ ਗਿਆ ਸੰਤਾਂ ਦੇ ਉਪਦੇਸ਼ ਦਾ ਅਸਰ ਕਨੋਹੇ ਤੋਂ ਹੀ ਹੋਣਾ ਸ਼ੁਰੂ ਹੋ ਗਿਆ। ਆਪ ਇੱਕ ਦਿਨ ਤਪ ਸਥਾਨ ਪਰ ਜਾ ਰਹੇ ਸਨ ਜਦਕਿ ਰਸਤੇ ਵਿੱਚ ਇੱਕ ਪ੍ਰੇਮ ਸਿੰਘ ਨੂੰ ਕੱਪੜੇ ਧੋਂਦੇ ਦੇਖਿਆ। ਆਪ ਨੇ ਬਚਨ ਕੀਤਾ ਕਿ ਸਿੱਖਾ, ਤੂੰ ਲੋਕਾਂ ਦੀ ਮੈਲ ਕਿਉਂ ਧੋਂਦਾ? ਤੂੰ ਤਾਂ ਵਾਹਿਗੁਰੂ ਦੀ ਭਗਤੀ ਕਰਨੀ ਹੈ। ਪ੍ਰੇਮ ਸਿੰਘ ਦੇ ਮਨ ਪਰ ਅਜਿਹਾ ਅਸਰ ਹੋਇਆ ਕਿ ਉਹਨੇ ਲੋਕਾਂ ਦੇ ਕੱਪੜੇ ਵਾਪਸ ਕਰਕੇ ਆਪਣਾ ਸਭ ਕਾਰੋਬਾਰ ਵੇਚ ਦਿੱਤਾ ਤੇ ਸੰਤਾਂ ਦੇ ਪਾਸ ਹਾਜ਼ਰ ਹੋ ਗਿਆ। ਇਹ ਸੱਜਣ ਸੰਤਾਂ ਦੇ ਨਾਲ ਹੀ ਵਿਚਰਦਾ ਰਿਹਾ। ਇਸ ਦੀ ਮਾਇਆ ਦੇ ਨਾਲ ਕਨੋਹੇ ਦੇ ਗੁਰਦੁਆਰੇ ਵਿੱਚ ਇੱਕ ਕਮਰਾ ਪਾ ਦਿੱਤਾ ਗਿਆ। ਕਨੋਹੇ ਦੇ ਨੇੜੇ ਹੀ ਇੱਕ ਕੱਲਰ ਨਾਮੀ ਪਿੰਡ ਹੈ। ਉੱਥੇ ਦਾ ਇੱਕ ਬਜਾਜ ਕਲਿਆਣ ਦਾਸ ਸੰਤਾਂ ਦਾ ਉਪਦੇਸ਼ ਸੁਣ ਕੇ ਸਿੰਘ ਸਜਿਆ ਅਤੇ ਦੁਕਾਨ ਲਟਾ ਕੇ ਇਹ ਕਲਿਆਣ ਸਿੰਘ ਸਾਰੀ ਉਮਰ ਸੰਤਾਂ ਦੀ ਸੇਵਾ ਵਿੱਚ ਹੀ ਰਿਹਾ। ਕਿਸੇ ਪਿੰਡ ਦਾ ਇੱਕ ਹੋਰ ਦੁਕਾਨਦਾਰ ਬਾਜ ਸਿੰਘ ਆਪ ਜੀ ਦੇ ਉਪਦੇਸ਼ ਨਾਲ ਬੈਰਾਗ ਵਿੱਚ ਆ ਕੇ ਆਪਣੀ ਦੁਕਾਨ ਲਟਾ ਕੇ ਭਜਨ ਪਾਠ ਵਿੱਚ ਲੱਗਾ ਅਤੇ ਉਹਨੇ ਵੀ ਉੱਚੀ ਅਵਸਥਾ ਪ੍ਰਾਪਤ ਕੀਤੀ। ਸੰਤਾਂ ਤੋਂ ਪ੍ਰਭਾਵਿਤ ਹੋ ਕੇ ਕਈ ਸੱਜਣ ਸੇਵਾ ਲਈ ਆਪ ਜੀ ਦੇ ਨਾਲ ਵਿਚਰਨ ਲਈ ਤਿਆਰ ਹੋ ਗਏ। ਇਹਨਾਂ ਵਿੱਚੋਂ ਕੁਝ ਕੁ ਕੀਰਤਨ ਵੀ ਜਾਣਦੇ ਸਨ ਤੇ ਇਸ ਤਰ੍ਹਾਂ ਰਾਗੀ ਜਥਾ ਵੀ ਬਣ ਗਿਆ। ਮਗਰੋਂ ਆਪ ਜੀ ਦੇ ਨਾਲ ਕਈ ਸੱਜਣ ਰਲ ਜਾਂਦੇ ਸਨ ਤੇ ਕਈ ਚਲੇ ਵੀ ਜਾਂਦੇ ਸਨ। ਇਹ ਜਥਾ ਘਟਦਾ ਵੱਧਦਾ ਰਹਿੰਦਾ ਸੀ। ਕਈ ਵਾਰ ਆਪ ਜੀ ਦੇ ਵਿਚਰਨ ਦੇ ਲਈ 200 ਬਿਹੰਗਮ ਤੱਕ ਵੀ ਹੋ ਜਾਂਦੇ ਸਨ। ਆਪ ਨੇ ਨਾਲ ਜਾਣ ਵਾਲਿਆਂ ਜਾਂ ਚਲੇ ਜਾਣ ਵਾਲਿਆਂ ਨੂੰ ਨਾ ਕਦੀ ਰੋਕਿਆ ਨਾ ਹੀ ਹਟਾਇਆ ਸੀ। ਹੁਣ ਆਪ ਜੀ ਨੇ ਸਾਰੇ ਦੇਸ਼ ਦਾ ਦੌਰਾ ਕਰਕੇ ਲੋਕਾਂ ਨੂੰ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜਨ ਲਈ ਤਿਆਰੀ ਕੀਤੀ। ਕੁਝ ਸੇਵਾਦਾਰ ਤੇ ਕੀਰਤਨ ਕਰਨ ਵਾਲੇ ਸੰਤ ਜੀ ਦੇ ਨਾਲ ਰਹਿਣ ਵਾਸਤੇ ਤਿਆਰ ਹੋ ਚੁੱਕੇ ਸਨ। ਆਪ ਪੋਠੋਹਾਰ, ਫਰੰਟੀਅਰ ਦਾ ਇਲਾਕਾ ਬਾਰ, ਮਾਝਾ, ਦੁਆਬਾ, ਮੈਣ, ਦੁਆਬ, ਮਾਲਵਾ ਅਤੇ ਨਾਭਾ, ਪਟਿਆਲਾ, ਜੀਂਦ, ਸੰਗਰੂਰ, ਮਲੇਰਕੋਟਲਾ, ਰਿਆਸਤਾਂ ਆਦਿ, ਭਾਵ ਪੰਜਾਬ ਭਰ ਦੇ ਅਨੇਕ ਸ਼ਹਿਰਾਂ, ਨਗਰਾਂ ਤੇ ਪਿੰਡਾਂ ਵਿੱਚ ਪਹੁੰਚੇ। ਇਸ ਤੋਂ ਬਿਨਾਂ ਸਿੰਧ, ਹੈਦਰਾਬਾਦ, ਕਰਾਚੀ, ਮਰਵਾੜ, ਅਜਮੇਰ, ਬੰਬਈ, ਕਲਕੱਤਾ, ਬਿਹਾਰ, ਯੂਪੀ, ਜੰਮੂ ਕਸ਼ਮੀਰ, ਦਿੱਲੀ ਆਦਿ ਭਾਰਤ ਦੇ ਅਨੇਕਾਂ ਥਾਵਾਂ ਦਾ ਦੌਰਾ ਕੀਤਾ। ਆਪ ਨੇ ਸਭ ਥਾਵਾਂ ਪਰ ਨਾਮ ਬਾਣੀ ਦਾ ਉਪਦੇਸ਼ ਦਿੱਤਾ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਅਨੇਕਾਂ ਨੂੰ ਬੁਰਾਈਆਂ ਤੋਂ ਹਟਾ ਕੇ ਸਿੱਧੇ ਰਸਤੇ ਲਾਇਆ। ਆਪ ਆਪਣੀ ਇੱਛਾ ਨਾਲ ਕਿਤੇ ਨਹੀਂ ਗਏ, ਸਗੋਂ ਆਪ ਦਾ ਪ੍ਰੋਗਰਾਮ ਇੱਕ ਅਨੋਖੇ ਤਰੀਕੇ ਦੇ ਨਾਲ ਸੁੱਤੇ ਸੇਧੀ ਬਣਦਾ ਜਾਂਦਾ ਸੀ। ਆਪ ਪ੍ਰਸਿੱਧ ਤਾਂ ਪਹਿਲਾਂ ਹੀ ਦੂਰ ਦੂਰ ਤੱਕ ਹੋ ਚੁੱਕੇ ਸਨ। ਜਿਸ ਸ਼ਹਿਰ ਜਾਂ ਪਿੰਡ ਵਿੱਚ ਜਾਂਦੇ ਉੱਥੇ ਹੋਰ ਥਾਵਾਂ ਤੋਂ ਸੰਗਤਾਂ ਜਾਂ ਵਿਅਕਤੀਆਂ ਦੀਆਂ ਬੇਨਤੀਆਂ ਉਹਨਾਂ ਦੇ ਨਗਰ ਆ ਕੇ ਦਰਸ਼ਨ ਦੇਣ ਲਈ ਪਹੁੰਚ ਜਾਂਦੀਆਂ। ਕੋਈ ਖੁਦ ਆਪ ਨੂੰ ਨਾਲ ਲੈ ਜਾਣ ਵਾਸਤੇ ਆ ਹਾਜ਼ਰ ਹੁੰਦਾ।
ਆਪ ਬਾਰੀ ਸਿਰ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ। ਦੂਰ ਦੁਰੇਡੇ ਸ਼ਹਿਰਾਂ ਤੋਂ ਵੀ ਆਪ ਨੂੰ ਨਾਲ ਲਿਜਾਣ ਵਾਸਤੇ ਪ੍ਰੇਮੀ ਪਹੁੰਚ ਜਾਂਦੇ ਸਨ ਅਤੇ ਉਹਨਾਂ ਦੀ ਸ਼ਰਧਾ ਪ੍ਰੇਮ ਦੇਖ ਕੇ ਸੰਤ ਜੀ ਬੇਨਤੀ ਪ੍ਰਵਾਨ ਕਰ ਲੈਂਦੇ ਸਨ। ਇਸ ਤਰ੍ਹਾਂ ਆਪ ਦੇਸ਼ ਭਰ ਵਿੱਚ ਅਨੇਕਾਂ ਥਾਵਾਂ ਪਰ ਗਏ ਤੇ ਪ੍ਰਚਾਰ ਕੀਤਾ। ਪ੍ਰਚਾਰ ਲਈ ਆਪ ਜੀ ਦਾ ਆਮ ਤੌਰ ਤੇ ਇਹੀ ਤਰੀਕਾ ਹੁੰਦਾ ਸੀ ਕਿ ਜਿੱਥੇ ਵੀ ਆਪ ਜਾਂਦੇ ਸਨ ਉੱਥੇ ਗੁਰਦੁਆਰੇ ਜਾਂ ਕਿਸੇ ਦੇ ਗ੍ਰਹਿ ਵਿਖੇ ਜਾਂ ਬਾਹਰ ਬਾਹਰ ਪੰਡਾਲ ਸਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਵੇਰੇ ਤੋਂ ਸ਼ਾਮ ਨੂੰ ਦੀਵਾਨ ਸਵੇਰੇ ਤੇ ਸ਼ਾਮ ਦੋ ਟਾਈਮ ਦੀਵਾਨ ਸਜਦਾ ਸੀ। ਭਾਵੇਂ ਪਿੰਡ ਹੀ ਹੋਵੇ, ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਸੀ ਕਿਉਂਕਿ ਦੂਰ ਨੇੜੇ ਦੇ ਹੋਰ ਥਾਵਾਂ ਤੋਂ ਪ੍ਰੇਮੀ ਆ ਜਾਂਦੇ ਸਨ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਫਿਰ ਸੰਤ ਜੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠ ਕੇ ਸ਼ਬਦ ਪੜ੍ਹਦੇ ਸਨ ਅਤੇ ਸੰਗਤਾਂ ਪਾਸੋਂ ਪੜ੍ਹਾਉਂਦੇ। ਕਦੇ ਰਾਗੀਆਂ ਦੇ ਨਾਲ ਬੈਠ ਕੇ ਕੀਰਤਨ ਵੀ ਕਰਨਾ। ਆਪ ਦੀ ਆਵਾਜ਼ ਬਹੁਤ ਉੱਚੀ ਤੇ ਸੁਰੀਲੀ ਹੁੰਦੀ ਸੀ ਅਤੇ ਉਸ ਵਿੱਚ ਇੱਕ ਖਿੱਚ ਸੀ ਜੋ ਸਰੋਤੇ ਦੇ ਮਨ ਵਿੱਚ ਜ਼ਰੂਰ ਅਸਰ ਕਰ ਪਾ ਦਿੰਦੀ ਸੀ ਅਤੇ ਮਨ ਜੁੜ ਜਾਂਦੇ ਸਨ। ਆਪ ਇਤਨੀ ਉੱਚੀ ਆਤਮਿਕ ਅਵਸਥਾ ਤੱਕ ਪਹੁੰਚ ਚੁੱਕੇ ਸਨ ਕਿ ਸੰਗਤ ਵਿੱਚ ਬੈਠੇ ਹੋਏ ਆਪ ਦੇ ਮਨ ਅੰਦਰ ਸਾਰੀ ਸੰਗਤ ਦੇ ਮਨਾਂ ਦੀ ਤਾਰ ਵੱਜਦੀ ਸੀ। ਆਪ ਹਰ ਇੱਕ ਦੀ ਅਵਸਥਾ ਤੇ ਲੋੜ ਅਨੁਸਾਰ ਅਜਿਹੇ ਸ਼ਬਦ ਪੜ੍ਹਦੇ ਸਨ ਕਿ ਹਰ ਇੱਕ ਨੂੰ ਬਿਨਾਂ ਬੋਲੇ ਆਪਣਾ ਉੱਤਰ ਮਿਲ ਜਾਂਦਾ ਸੀ ਤੇ ਤਸੱਲੀ ਹੋ ਜਾਂਦੀ ਸੀ। ਆਪ ਬਹੁਤ ਵੱਡੇ ਵਖਿਆਨ ਨਹੀਂ ਸਨ ਕਰਦੇ, ਸ਼ਬਦ ਪੜ੍ਹਨ ਦੇ ਮਗਰੋਂ ਸੰਖੇਪ ਹੀ ਸ਼ਬਦ ਦੀ ਵਿਆਖਿਆ ਕਰਦੇ ਸਨ ਅਤੇ ਥੋੜਾ ਉਪਦੇਸ਼ ਵੀ ਦਿੰਦੇ। ਆਮ ਤੌਰ ਪਰ ਆਪ ਇਹ ਬਚਨ ਕਰਦੇ ਸਨ ਕਿ ਸੰਗਤ ਜੀ, ਦਸ਼ਮੇਸ਼ ਜੀ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ, ਗੁਰੂ ਦੇ ਲੜ ਲੱਗੋ, ਆਪਣਾ ਜਨਮ ਸਫਲ ਕਰੋ। ਸੰਗਤ ਵਿੱਚੋਂ ਬਹੁਤ ਸਾਰੇ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਂਦੇ ਸਨ। ਸਭ ਨੂੰ ਉਸ ਵੇਲੇ ਅੰਮ੍ਰਿਤ ਪਾਨ ਕਰਾ ਦਿੱਤਾ ਜਾਂਦਾ ਸੀ। ਆਪ ਰਹਿਤ ਦੱਸ ਕੇ ਉਸ ਪਰ ਦ੍ਰਿੜ ਰਹਿਣ ਲਈ ਉਪਦੇਸ਼ ਕਰਦੇ ਸਨ ਅਤੇ ਬੁਰਾਈਆਂ ਛੱਡ ਕੇ ਗੁਰਬਾਣੀ ਦਾ ਪਾਠ ਕਰਨ ਅਤੇ ਸਿਮਰਨ ਕਰਨ ਲਈ ਦੱਸਦੇ ਸਨ। ਸ਼ਾਮ ਨੂੰ ਫਿਰ ਦੀਵਾਨ ਸਜਦਾ ਅਤੇ ਕਥਾ ਕੀਰਤਨ ਆਦਿਕ ਹੁੰਦਾ, ਜਿਸ ਦੀ ਕਿ ਸੋਦਰ ਦੇ ਪਾਠ ਤੋਂ ਬਾਅਦ ਸਮਾਪਤੀ ਹੁੰਦੀ। ਆਪ ਦੀ ਪ੍ਰੇਰਨਾ ਦੇ ਨਾਲ ਦੇਸ਼ ਭਰ ਵਿੱਚ ਕਈ ਲੱਖ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਆਪ ਦਾ ਪ੍ਰਭਾਵ ਬਹੁਤ ਮੁਸਲਮਾਨਾਂ ਪਰ ਵੀ ਪਿਆ ਜੋ ਕਿ ਦੀਵਾਨ ਵਿੱਚ ਹਾਜ਼ਰ ਹੋ ਜਾਇਆ ਕਰਦੇ ਸਨ ਅਤੇ ਲਾਭ ਉਠਾਉਂਦੇ ਸਨ। ਲੋੜ ਅਨੁਸਾਰ ਸੰਤ ਜੀ ਨੇ ਇਕੱਲੇ ਦੁਕੱਲੇ ਵੀ ਅਨੇਕਾਂ ਨੂੰ ਉਪਦੇਸ਼ ਦਿੱਤਾ ਅਤੇ ਉਹਨਾਂ ਦੇ ਜੀਵਨ ਤੇ ਖਿਆਲ ਅਵੱਸ਼ ਹੀ ਬਦਲ ਗਏ। ਇਹਨਾਂ ਵਿੱਚ ਕਈ ਗ੍ਰਸਥੀ ਸਾਧੂ, ਬਿਰਕਤ ਤੇ ਤਿਆਗੀ ਵੀ ਸਨ ਜੋ ਕਿ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਹੋਏ। ਆਪ ਜੀ ਦੇ ਪਾਸ ਕਈ ਆਪਣੇ ਸੰਸੇ ਨਿਵਿਰਤ ਕਰਨ ਵਾਸਤੇ ਵੀ ਆਉਂਦੇ ਸਨ। ਉੱਤਰ ਵਿੱਚ ਆਮ ਤੌਰ ਪਰ ਆਪ ਕੋਈ ਗੁਰਬਾਣੀ ਦੀ ਜੋਗ ਤੁਕ ਪੜ੍ਹ ਦਿੰਦੇ ਸਨ, ਜਿਸ ਨਾਲ ਕਿ ਪ੍ਰਸ਼ਨ ਕਰਨ ਵਾਲੇ ਦੀ ਤਸੱਲੀ ਹੋ ਜਾਂਦੀ ਸੀ। ਜਿੱਥੇ ਵੀ ਆਪ ਜੀ ਜਾਂਦੇ ਉੱਥੇ ਲੰਗਰ ਜ਼ਰੂਰ ਸਜਦਾ ਸੀ ਅਤੇ ਅਤੁੱਟ ਵਰਤਦਾ ਸੀ। ਲੰਗਰ ਦੇ ਵਰਤਾਉਣ ਵਿੱਚ ਕਦੇ ਘਾਟਾ ਨਹੀਂ ਪਿਆ ਸੀ। ਕਈ ਵਾਰ ਲੰਗਰ ਤਿਆਰ ਕਰਨ ਵਾਲੇ ਗਰੀਬ ਸਿੱਖ ਵੀ ਹੁੰਦੇ ਸਨ, ਕਦੇ ਸੰਗਤ ਆਸ ਨਾਲੋਂ ਵੱਧ ਇਕੱਠੀ ਹੋ ਜਾਂਦੀ। ਅਜਿਹੇ ਸਮਿਆਂ ਪਰ ਜੇ ਲੰਗਰ ਥੁੜਦਾ ਦੇਖ ਕੇ ਆਪ ਜੀ ਦੇ ਪਾਸ ਬੇਨਤੀ ਕੀਤੀ ਜਾਂਦੀ ਸੀ ਤਾਂ ਆਪ ਪ੍ਰਸ਼ਾਦਿਆਂ ਦੀ ਟੋਕਰੀ ਪਰ ਬਸਤਰ ਪਾ ਕੇ ਆਪ ਪ੍ਰਸ਼ਾਦੇ ਕੱਢ ਕੇ ਦੇਈ ਜਾਂਦੇ ਸਨ। ਸਾਰੀ ਸੰਗਤ ਨੂੰ ਛਕਾ ਕੇ ਫਿਰ ਵੀ ਪ੍ਰਸ਼ਾਦੇ ਬਚ ਰਹਿੰਦੇ ਸਨ। ਆਪ ਕਿਸੇ ਤੋਂ ਮਾਇਆ ਗ੍ਰਹਿਣ ਨਹੀਂ ਸਨ ਕਰਦੇ ਅਤੇ ਨਾ ਹੀ ਕਿਸੇ ਦੇ ਨਾਲ ਵਿਚਰਨ ਵਾਲੇ ਸੇਵਕ ਨੂੰ ਕੁਝ ਲੈਣ ਦੀ ਆਗਿਆ ਸੀ। ਜਿੱਥੇ ਦੀਵਾਨ ਸਜਦਾ ਸੀ ਜੋ ਕੁਝ ਵੀ ਭੇਟਾ ਹੋਵੇ ਆਪ ਉੱਥੇ ਹੀ ਛੱਡ ਜਾਂਦੇ ਸਨ। ਮਗਰੋਂ ਜਦ ਆਪ ਨੇ ਮਸਤੂਆਣਾ ਗੁਰਦੁਆਰਾ, ਗੁਰਸਾਗਰ ਅਤੇ ਦਮਦਮਾ ਸਾਹਿਬ ਗੁਰਦੁਆਰੇ ਦਾ ਕੰਮ ਸ਼ੁਰੂ ਕੀਤਾ ਤਾਂ ਜੋ ਮਾਇਆ ਭੇਟਾ ਹੋਵੇ ਉਹ ਇਹਨਾਂ ਕਾਰਜਾਂ ਪਰ ਲਗਾ ਦਿੰਦੇ ਸਨ। ਇੱਕ ਗੱਲ ਆਪ ਜੀ ਦੇ ਸਾਰੇ ਜੀਵਨ ਵਿੱਚ ਦੇਖੀ ਗਈ ਹੈ ਕਿ ਆਪ ਜੀ ਨੇ ਜਿਸ ਥਾਂ ਤੋਂ ਚੱਲਣਾ ਹੋਵੇ ਆਮ ਤੌਰ ਪਰ ਚੁੱਪ ਚਾਪ ਹੀ ਗੁਪਤ ਚਾਲੇ ਪਾ ਦਿੰਦੇ ਸਨ। ਇਸ ਦੇ ਕਈ ਕਾਰਨ ਸਨ। ਇੱਕ ਤਾਂ
ਆਪ ਕਿਸੇ ਨੂੰ ਨਾ ਨਹੀਂ ਕਹਿਣਾ ਚਾਹੁੰਦੇ ਸਨ। ਆਪਣੀ ਖੁਸ਼ੀ ਨਾਲ ਕੋਈ ਪ੍ਰੇਮੀ ਵਿਦਾ ਹੋਣ ਲਈ ਆਗਿਆ ਘੱਟ ਹੀ ਦਿੰਦਾ ਸੀ। ਕਿਸੇ ਇੱਕ ਨਗਰ ਤੋਂ ਚੱਲਣ ਵੇਲੇ ਆਪ ਸ਼ਹਿਰ ਜਾਂ ਪਿੰਡ ਲੈ ਜਾਣ ਲਈ ਬੇਨਤੀ ਕਰਨ ਵਾਲੇ ਕਈ ਵਾਰ ਇੰਨੇ ਹੋ ਜਾਂਦੇ ਸਨ ਕਿ ਸਭ ਦੀ ਇੱਛਾ ਪੂਰੀ ਕਰਨੀ ਕਠਿਨ ਹੋ ਜਾਂਦੀ ਸੀ। ਇਸ ਤੋਂ ਬਿਨਾਂ ਜੇ ਆਪ ਦੇ ਪ੍ਰੋਗਰਾਮ ਦਾ ਪਤਾ ਲੱਗ ਜਾਏ ਤਾਂ ਰਸਤੇ ਵਿੱਚ ਥਾਂ ਥਾਂ ਦਰਸ਼ਨ ਕਰਨ ਵਾਲੀ ਸੰਗਤ ਦੀ ਭੀੜ ਲੱਗ ਜਾਂਦੀ ਸੀ, ਜਿਸ ਨੂੰ ਆਪ ਸੰਗਤਾਂ ਦੀ ਖੇਚਲ ਸਮਝਦੇ ਸਨ। ਫਿਰ ਰਸਤੇ ਵਿੱਚ ਹੀ ਅਟਕਾ ਲੈਣ ਵਾਲੇ ਵੀ ਕਈ ਪ੍ਰੇਮੀ ਮਿਲ ਜਾਂਦੇ ਸਨ। ਨਾ ਕਰਕੇ ਆਪ ਕਿਸੇ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ ਸਨ ਅਤੇ ਪਹਿਲੇ ਬਣੇ ਪ੍ਰੋਗਰਾਮ ਵਿੱਚ ਵਿਘਨ ਪੈ ਜਾਂਦਾ ਸੀ। ਸੰਤਾ ਜੀ ਨੇ ਆਪਣੇ ਜੀਵਨ ਵਿੱਚ ਆਪਣੇ ਅਨੁਭਵ ਦੁਆਰਾ ਕਈ ਨਵੀਆਂ ਥਾਵਾਂ ਪ੍ਰਗਟ ਕੀਤੀਆਂ। ਜਿੱਥੇ ਕਿ ਗੁਰੂ ਸਾਹਿਬਾਨ ਦੇ ਚਰਨ ਪਏ ਸਨ ਉੱਥੇ ਗੁਰਦੁਆਰੇ ਸਥਾਪਨ ਕੀਤੇ। ਇਸ ਤੋਂ ਬਿਨਾਂ ਆਪ ਜੀ ਨੇ ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗੁਰਦੁਆਰੇ ਅਤੇ ਖਾਲਸਾ ਕਾਲਜ ਬਣਵਾਏ। ਤਨੋਹੇ ਤੋਂ ਚੱਲ ਕੇ ਜਾਂ ਸੰਤ ਜੀ ਨੇ ਪ੍ਰਚਾਰ ਦਾ ਕੰਮ ਆਰੰਭਿਆ ਤਾਂ ਆਪ ਦਾ ਦਿਨ ਭਰ ਦਾ ਪ੍ਰੋਗਰਾਮ ਇਸੇ ਤਰ੍ਹਾਂ ਹੁੰਦਾ ਸੀ। ਆਪ ਰਾਤ ਨੂੰ 12 ਕੁ ਵਜੇ ਉੱਠ ਕੇ ਗੁਰਬਾਣੀ ਦਾ ਨਿਤਨੇਮ ਕਰਦੇ ਜੋ ਚੋਖਾ ਵੱਡਾ ਹੁੰਦਾ ਸੀ। ਫਿਰ 1:30 ਵਜੇ ਸੇਵਕ ਉੱਠ ਕੇ ਗਾਗਰਾਂ ਦੇ ਨਾਲ ਇਸ਼ਨਾਨ ਕਰਾਉਂਦੇ ਅਤੇ ਆਪ ਨਾਮ ਵਿੱਚ ਲਵਲੀਨ ਹੁੰਦੇ। ਆਸਾ ਦੀ ਵਾਰ ਦੇ ਸ਼ੁਰੂ ਹੋਣ ਤੋਂ ਥੋੜੇ ਸਮੇਂ ਮਗਰੋਂ ਹੀ ਦੀਵਾਨ ਵਿੱਚ ਆਉਂਦੇ ਅਤੇ ਕਦੇ ਰਾਗੀਆਂ ਪਾਸ ਬੈਠ ਕੇ ਕੀਰਤਨ ਕਰਦੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਬੈਠ ਜਾਂਦੇ ਤਾਂ ਜੋ ਦਰਬਾਰ ਵਿੱਚ ਕੋਈ ਪ੍ਰੇਮੀ ਆਪ ਜੀ ਦੇ ਚਰਨਾਂ ਨੂੰ ਹੱਥ ਨਾ ਲਾਏ। ਆਸਾ ਜੀ ਦੀ ਵਾਰ ਦੇ ਮਗਰੋਂ ਆਪ ਸ਼ਬਦ ਉਚਾਰਨ ਕਰਦੇ ਅਤੇ ਸੰਗਤਾਂ ਪਾਸੋਂ ਵੀ ਪੜਵਾਉਂਦੇ। ਫਿਰ ਸ਼ਬਦ ਦੀ ਕੁਝ ਵਿਆਖਿਆ ਕਰਕੇ ਸੰਖੇਪ ਸ਼ਬਦਾਂ ਵਿੱਚ ਉਪਦੇਸ਼ ਕਰਕੇ ਅੰਮ੍ਰਿਤ ਪਾਨ ਕਰਨ ਲਈ ਪ੍ਰੇਰਨਾ ਕਰਦੇ। ਇਸ ਤੋਂ ਬਾਅਦ ਅੰਮ੍ਰਿਤ ਅਵਲਾਖੀਆਂ ਨੂੰ ਅੰਮ੍ਰਿਤ ਪਾਨ ਕਰਾ ਕੇ ਗੜਬਈ ਦੇ ਨਾਲ ਲੈ ਕੇ ਟਹਿਲਣ ਲਈ ਬਾਹਰ ਚਲੇ ਜਾਂਦੇ। ਦੁਪਹਿਰ ਦੇ ਲੰਗਰ ਸਮੇਂ ਸੰਗਤਾਂ ਤੋਂ ਜੋਟੀਆਂ ਵਾਲੇ ਸ਼ਬਦ ਪੜਾਉਂਦੇ ਅਤੇ ਸਭ ਦੇ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਦੇ। ਇਸ ਤੋਂ ਬਾਅਦ ਕਿਸੇ ਨਿਵੇਕਲੇ ਕਮਰੇ ਵਿੱਚ ਦਰਵਾਜ਼ਾ ਬੰਦ ਕਰਕੇ ਬੈਠ ਜਾਂਦੇ। ਲੋਡੇ ਵੇਲੇ ਸੌਚ ਇਸ਼ਨਾਨ ਤੋਂ ਬਾਅਦ ਚਾਹ ਪਾਣੀ ਛਕ ਕੇ ਸ਼ਾਮ ਦੇ ਦੀਵਾਨ ਵਿੱਚ ਆ ਜਾਂਦੇ। ਸੋਦਰ ਦੇ ਮਗਰੋਂ ਪ੍ਰਸ਼ਾਦਾ ਛਕ ਕੇ ਆਪਣੇ ਸਥਾਨ ਪਰ ਆਉਂਦੇ। ਇਸ ਵੇਲੇ ਆਪ ਦੇ ਪਾਸ ਕਈ ਪ੍ਰੇਮੀ ਆ ਬੈਠਦੇ ਅਤੇ ਆਪਣੇ ਆਪਣੇ ਸੰਸੇ ਨਿਵਿਰਤ ਕਰਨ ਲਈ ਪ੍ਰਸ਼ਨ ਕਰਦੇ। ਆਪ ਰਾਤ ਨੂੰ 10 ਵਜੇ ਬਿਰਾ ਜਾਂਦੇ। ਨੀਂਦ ਅਤੇ ਭੁੱਖ ਪਰ ਆਪ ਦਾ ਪੂਰਾ ਕਾਬੂ ਸੀ। ਦਿਨ ਵੇਲੇ ਆਪ ਨੂੰ ਕਦੇ ਅਗਲਾਉਂਦੇ ਹੋਏ ਨਹੀਂ ਦੇਖਿਆ ਸੀ, ਪਰ ਸੰਤ ਜੀ ਨੂੰ ਤਪ ਕਰਨ ਦਾ ਇਤਨਾ ਚਾਅ ਸੀ ਕਿ ਜਦ ਵੀ ਮੌਕਾ ਮਿਲਦਾ ਤਾਂ ਕਿਸੇ ਰਮਣੀਕ ਸਥਾਨ ਪਰ, ਕਿਸੇ ਗੁਫਾ ਵਿੱਚ ਜਾਂ ਕਿਸੇ ਪ੍ਰੇਮੀ ਦੇ ਨਿਵੇਕਲੇ ਚੁਬਾਰੇ ਵਿੱਚ ਹੀ ਗੁਪਤ ਹੋ ਕੇ ਤਪ ਅਤੇ ਆਰਾਧਨਾ ਵਿੱਚ ਲੱਗ ਜਾਂਦੇ। ਕਈ ਵਾਰ ਕੁਝ ਮਹੀਨੇ ਤੱਕ ਵੀ ਇਸੇ ਤਰ੍ਹਾਂ ਲੰਘ ਜਾਂਦੇ, ਜਦ ਕੋਈ ਨਾ ਕੋਈ ਪ੍ਰੇਮੀ ਆਪ ਨੂੰ ਤਲਾਸ਼ ਕਰ ਲੈਂਦਾ ਅਤੇ ਨਾ ਚੱਲਣ ਵਾਸਤੇ ਬੇਨਤੀ ਕਰਦਾ ਤਾਂ ਪ੍ਰਚਾਰ ਦਾ ਅਗਲਾ ਪ੍ਰੋਗਰਾਮ ਫਿਰ ਚੱਲ ਪੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਜੀਤ ਕੌਰ ਜੀ ਦੇ ਵਿਆਹ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਜੀ। ਸੰਗਤ ਜੀ ਲੜੀ ਜੋੜਨ ਲਈ ਆਪਾਂ ਥੋੜਾ ਜਿਹਾ ਪਿਛਲਾ ਇਤਿਹਾਸ ਦੁਹਰਾਉਂਦੇ ਹਾਂ। ਕੱਲ ਆਪਾਂ ਸੁਣ ਚੁੱਕੇ ਹਾਂ ਕਿ ਕਿਸ ਤਰ੍ਹਾਂ ਬਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਪਹਿਲੇ ਫੌਜ ਵਿੱਚ ਭਰਤੀ ਹੋਏ। ਫੌਜ ਵਿੱਚ ਜਾ ਕੇ ਵੀ ਆਪ ਜੀ ਨੇ ਨਾਮ ਸਿਮਰਨ ਦੇ ਅਭਿਆਸ ਵਿੱਚ ਜੁੜੇ ਰਹੇ। ਫਿਰ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਤੇ ਗਏ। ਇੱਥੇ ਵੀ ਆਪ ਜੀ ਨੇ ਅਲਪ ਆਹਾਰ ਤੇ ਸੁਲਭ ਸੀ ਨਿੰਦਰਾ ਨੂੰ ਧਾਰਨ ਕਰਦੇ ਹੋਏ 1,25,000 ਜਪਜੀ ਸਾਹਿਬ ਜੀ ਦੇ ਪਾਠ ਕੀਤੇ ਤੇ ਨਾਮ ਸਿਮਰਨ ਅਭਿਆਸ ਵਿੱਚ ਜੁੜੇ ਰਹੇ। ਤੇ ਉੱਥੇ ਨਗੀਨਾ ਘਾਟ ਵਿਖੇ ਦਸ਼ਮੇਸ਼ ਪਿਤਾ ਜੀ ਦੇ ਦਰਬਾਰ ਦੇ ਦਰਸ਼ਨ ਕਰਕੇ ਫਿਰ ਰਿਸ਼ੀਕੇਸ਼ ਆ ਗਏ। ਇੱਥੇ ਆ ਕੇ ਆਪ ਜੀ ਨੇ ਨਦੀ ਦੇ ਕੰਢੇ ਜੰਗਲ ਵਿੱਚ ਜਾ ਕੇ ਫਿਰ ਭਜਨ ਪਾਠ ਸ਼ੁਰੂ ਕੀਤਾ ਤੇ ਨਾਲ ਨਾਲ ਇੱਕ ਹਾਂਡੀ ਤੇ ਇੱਕ ਦੀਆ ਸਲਾਈ ਦੀ ਡੱਬੀ ਲੈ ਕੇ ਗਏ ਤਾਂ ਕਿ ਲੋੜ ਪੈਣ ਤੇ ਦਰਖਤਾਂ ਦੇ ਪੱਤੇ ਉਬਾਲ ਕੇ ਛਕ ਸਕਣ।
ਰਿਸ਼ੀਕੇਸ਼ ਵੀ ਆਪ ਜੀ ਪੂਰਾ 1 ਸਾਲ ਰਹੇ। ਇਸ ਤੋਂ ਬਾਅਦ ਆਪ ਜੀ ਸਿਆਲਕੋਟ ਚਲੇ ਗਏ। ਸਿਆਲਕੋਟ ਤੋਂ ਆਪ ਐਬਟਾਬਾਦ ਗਏ ਤੇ ਉੱਥੋਂ ਆਪਣਾ ਫੌਜ ਵਿੱਚ ਆਪਣਾ ਨਾਮ ਕਟਵਾਇਆ। ਫਿਰ ਸਿਆਲਕੋਟ ਤੋਂ ਬਾਅਦ ਆਪ ਜੀ ਰਾਵਲਪਿੰਡੀ ਹੁੰਦੇ ਹੋਏ ਪੰਜਾ ਸਾਹਿਬ ਤੇ ਅੱਗੇ ਕਨੋਹਾ ਵਿਖੇ ਪਹੁੰਚ ਗਏ। ਕਨੋਹੇ ਵਿੱਚ ਆਪ ਜੀ ਨੇ ਪਹਿਲੇ 7 ਦਿਨਾਂ ਦਾ ਤੇ ਫਿਰ 40 ਦਿਨਾਂ ਲਈ ਫਿਰ 1 ਸਾਲ ਲਈ ਕਠਿਨ ਜਪ ਤਪ ਕੀਤਾ। ਇਸੇ ਪਿੰਡ ਦੇ ਇੱਕ ਸੱਜਣ ਭਾਈ ਵਜੀਰ ਸਿੰਘ ਜੀ ਤੇ ਉਹਨਾਂ ਦੀ ਪਤਨੀ ਬੀਬੀ ਭਾਗ ਭਰੀ ਜੀ ਆਪ ਜੀ ਨੂੰ ਡੇਲੀ 1 ਕਟੋਰਾ ਦੁੱਧ ਦਾ ਤੇ 1 ਕੌਲੀ ਸਬਜ਼ੀ ਦੀ ਦੇ ਜਾਂਦੇ ਸਨ, ਜੋ ਆਪ ਲੋੜ ਪੈਣ ਤੇ ਛਕ ਲੈਂਦੇ। ਕਨੋਹੇ ਪਿੰਡ ਤੋਂ ਹੀ ਆਪ ਜੀ ਨੇ ਹੁਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਆਪ ਜੀ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਪ੍ਰਚਾਰ ਕਰਦੇ, ਕਥਾ ਕੀਰਤਨ ਕਰਦੇ, ਸੰਗਤਾਂ ਨੂੰ ਅੰਮ੍ਰਿਤ ਪਾਨ ਕਰਾਉਂਦੇ। ਆਪ ਜੀ ਨੇ ਬਹੁਤ ਸਾਰੇ ਪਿੰਡਾਂ ਸ਼ਹਿਰਾਂ ਵਿੱਚ ਗੁਰਦੁਆਰੇ ਤੇ ਖਾਲਸਾ ਸਕੂਲ ਬਣਵਾਏ। ਸੰਗਤ ਜੀ ਹੁਣ ਅੱਗੇ ਚੱਲਦੇ ਹਾਂ। ਸੰਤ ਅਤਰ ਸਿੰਘ ਜੀ ਦਸ਼ਮੇਸ਼ ਪਿਤਾ ਜੀ ਦੇ ਅੰਮ੍ਰਿਤ ਦੀ ਸ਼ਕਤੀ ਨੂੰ ਅਨੁਭਵ ਕਰ ਚੁੱਕੇ ਸਨ। ਆਪ ਜੀ ਨੇ ਯਤਨ ਕੀਤਾ ਕਿ ਵੱਧ ਤੋਂ ਵੱਧ ਪ੍ਰਾਣੀ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣਨ ਅਤੇ ਆਪਣਾ ਜਨਮ ਸਫਲ ਕਰਨ। ਆਪ ਜੀ ਨੇ ਆਪਣੇ ਜੀਵਨ ਵਿੱਚ ਕਈ ਲੱਖ ਪੁਰਸ਼ਾਂ ਤੇ ਇਸਤਰੀਆਂ ਨੂੰ ਅੰਮ੍ਰਿਤ ਛਕਾਇਆ, ਜਿਨ੍ਹਾਂ ਵਿੱਚ ਆਰੀਆ ਸਮਾਜੀ, ਬਾਣੀਏ, ਸਿੰਧੀ, ਰਿਆਸਤਾਂ ਦੇ ਰਾਜੇ ਅਤੇ ਹਰ ਮਤ ਦੇ ਹਿੰਦੂ ਸ਼ਾਮਿਲ ਸਨ। ਬਾਲਕ, ਬਿਰਧ, ਗਰੀਬ, ਅਮੀਰ, ਜਦ ਵੀ ਕੋਈ ਅੰਮ੍ਰਿਤ ਛਕਣ ਦੀ ਇੱਛਾ ਪ੍ਰਗਟ ਕਰੇ, ਆਪ ਉਸੇ ਵੇਲੇ ਅੰਮ੍ਰਿਤ ਛਕਾਉਣ ਲਈ ਤਿਆਰ ਹੋ ਜਾਂਦੇ ਸਨ। ਜਿਸ ਪਿੰਡ ਜਾਂ ਸ਼ਹਿਰ ਵਿੱਚ ਆਪ ਜਾਂਦੇ, ਦੀਵਾਨ ਦੀ ਸਮਾਪਤੀ ਤੋਂ ਮਗਰੋਂ ਬਹੁਤ ਲੋਕ ਅੰਮ੍ਰਿਤ ਪਾਨ ਕਰਨ ਲਈ ਤਿਆਰ ਹੋ ਜਾਂਦੇ ਸਨ। ਖਾਸ ਸਮਾਗਮਾਂ ਵਿੱਚ ਤਾਂ ਇਹ ਗਿਣਤੀ ਹਜ਼ਾਰਾਂ ਤੱਕ ਪਹੁੰਚ ਜਾਂਦੀ ਸੀ। ਕਿਸੇ ਥਾਂ ਸਾਰੇ ਦਾ ਸਾਰਾ ਪਿੰਡ ਹੀ ਅੰਮ੍ਰਿਤ ਛਕ ਲੈਂਦਾ ਸੀ। ਸੰਤ ਜੀ ਦੇ ਅੰਮ੍ਰਿਤ ਪ੍ਰੇਮ ਨੂੰ ਦਰਸਾਉਣ ਲਈ ਕੁਝ ਕੁਚੇਚੀਆਂ ਘਟਨਾਵਾਂ ਪਾਠਕਾਂ ਦੀ ਦਿਲਚਸਪੀ ਲਈ ਰੱਖਦੇ ਹਾਂ। ਇੱਕ ਵਾਰ ਜਦੋਂ ਸੰਤ ਜੀ ਫਰੀਦਕੋਟ ਸਨ ਤਾਂ ਜੇਲ੍ਹ ਦੇ ਕੈਦੀਆਂ ਨੇ ਦਰਸ਼ਨ ਦੇਣ ਲਈ ਸੰਤ ਜੀ ਦੇ ਪਾਸ ਬੇਨਤੀ ਕੀਤੀ। ਰਾਜਾ ਅਤੇ ਅਹਿਲਕਾਰ ਸੰਤਾਂ ਦੇ ਸੇਵਕ ਸਨ। ਸੰਤ ਜੀ ਕੁਝ ਅਹਿਲਕਾਰ ਨਾਲ ਲੈ ਕੇ ਜੇਲ੍ਹ ਵਿੱਚ ਪਹੁੰਚੇ। ਸਾਹਿਬਾਨ ਸਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾ ਦਿੱਤਾ ਗਿਆ ਅਤੇ ਕੀਰਤਨ ਹੋਇਆ। 140 ਕੈਦੀ ਮੌਜੂਦ ਸਨ। ਸਭ ਨੇ ਖੜੇ ਹੋ ਕੇ ਅੰਮ੍ਰਿਤ ਲਈ ਜਾਚਨਾ ਕੀਤੀ, ਜੋ ਸੰਤ ਜੀ ਨੇ ਅੰਮ੍ਰਿਤ ਪਾਨ ਕਰਾਇਆ ਤੇ ਸਭ ਕੈਦੀਆਂ ਦੇ ਕਕਾਰ ਪੂਰੇ ਰੱਖਣ ਦੀ ਜ਼ਿੰਮੇਵਾਰੀ ਜੇਲ੍ਹ ਦੇ ਇੱਕ ਸਿੱਖ ਅਧਿਕਾਰੀ ਨੇ ਲਈ। ਇੱਕ ਵਾਰ ਫਿਰ ਨਾਭੇ ਰਿਆਸਤ ਵਿੱਚ ਇੱਕ ਪਿੰਡ ਦੇ ਬਾਹਰ ਬਾਰ ਪੰਡਾਲ ਵਿੱਚ ਦੀਵਾਨ ਦੀ ਸਮਾਪਤੀ ਦੇ ਬਾਅਦ ਸੰਗਤ ਵਿੱਚ ਅੰਮ੍ਰਿਤ ਛਕਾਇਆ ਜਾ ਰਿਹਾ ਸੀ। ਉਸ ਸਮੇਂ ਪੰਡਾਲ ਦੇ ਪਾਸ ਤੋਂ ਇੱਕ ਚੋਰ ਨੂੰ ਸਿਪਾਹੀ ਹੱਥਕੜੀ ਲਗਾ ਕੇ ਲਈ ਜਾਂਦੇ ਸਨ। ਉਸ ਚੋਰ ਨੇ ਵੀ ਖੜੇ ਹੋ ਕੇ ਅੰਮ੍ਰਿਤ ਵਾਸਤੇ ਬੇਨਤੀ ਕੀਤੀ। ਸੰਤ ਜੀ ਨੇ ਹੱਥਕੜੀ ਉਤਰਵਾ ਕੇ ਉਹਨੂੰ ਵੀ ਅੰਮ੍ਰਿਤ ਪਾਨ ਕਰਵਾਇਆ। ਇਹ ਚੋਰ ਮਗਰੋਂ ਅਪੀਲ ਕਰਨ ਪਰ ਬਰੀ ਹੋ ਗਿਆ ਅਤੇ ਇਹਨੇ ਵੀ ਆਪਣੀ ਸੰਗਤ ਦੀ ਸੇਵਾ ਕਰਦੇ ਹੋਏ ਜਨਮ ਸਫਲ ਕੀਤਾ। ਗੁਰਸਾਗਰ ਸਾਹਿਬ ਗੁਰਦੁਆਰੇ ਵਿੱਚ ਇੱਕ ਦਿਨ ਬਹੁਤ ਸੰਗਤ ਆਈ ਤੇ ਅੰਮ੍ਰਿਤ ਛਕਾਏ ਜਾਣ ਲਈ ਸੰਤਾਂ ਪਾਸ ਬੇਨਤੀ ਕੀਤੀ, ਜਿਸਦਾ ਪ੍ਰਬੰਧ ਕਰ ਦਿੱਤਾ ਗਿਆ। ਉਸ ਸੰਗਤ ਵਿੱਚ ਇੱਕ ਲੜਕਾ ਵੀ ਸੀ, ਜਿਹਨੇ ਇਹ ਦੇਖ ਕੇ ਕਿ ਪੰਜ ਪਿਆਰਿਆਂ ਵਿੱਚ ਸੰਤ ਜੀ ਸ਼ਾਮਲ ਨਹੀਂ ਹਨ, ਲੜਕੇ ਨੇ ਵੇਖਿਆ ਕਿ ਪੰਜ ਪਿਆਰਿਆਂ ਵਿੱਚ ਸੰਤ ਜੀ ਸ਼ਾਮਲ ਨਹੀਂ ਹਨ, ਉਹ ਨੱਸ ਗਿਆ। ਫਿਰ ਬਾਅਦ 'ਚ ਇੱਕ ਦਿਨ ਇਹ ਲੜਕਾ ਸੰਤ ਜੀ ਦੀ ਨਜ਼ਰ ਪੈ ਗਿਆ ਤਾਂ ਆਪ ਜੀ ਨੇ ਉਸ ਲੜਕੇ ਤੋਂ ਉਸੇ ਦਿਨ ਚਲੇ ਜਾਣ ਦਾ ਕਾਰਨ ਪੁੱਛਿਆ, ਜੋ ਕਿ ਉਸਨੇ ਠੀਕ ਹੀ ਦੱਸ ਦਿੱਤਾ।
ਉਹਨੇ ਸੰਤ ਜੀ ਨੇ ਉਸ ਉਹਦੀ ਇੱਛਾ ਅਨੁਸਾਰ ਅੰਮ੍ਰਿਤ ਤਿਆਰ ਕਰਕੇ ਉਹਨੂੰ ਅੰਮ੍ਰਿਤ ਛਕਾਇਆ। ਪੋਠੋਹਾਰ ਦੇ ਇੱਕ ਪਿੰਡ ਵਿੱਚ ਇੱਕ ਬੀਬੀ ਸੰਤਾਂ ਦੇ ਸਜਾਏ ਹੋਏ ਦੀਵਾਨ ਵਿੱਚ ਰੋਜ਼ ਆਉਂਦੀ ਸੀ ਅਤੇ ਉਹਦੇ ਮਨ ਵਿੱਚ ਉਤਸ਼ਾਹ ਹੋਇਆ ਕਿ ਅੰਮ੍ਰਿਤ ਪਾਨ ਕਰੇ। ਪਰ ਉਹਦਾ ਕੱਟੜ ਆਰੀਆ ਸਮਾਜੀ ਪਤੀ ਅਜਿਹੀ ਗੱਲ ਸੁਣਨ ਵਾਸਤੇ ਵੀ ਤਿਆਰ ਨਹੀਂ ਸੀ। ਇੱਕ ਦਿਨ ਇਸ ਬੀਬੀ ਨੇ ਸੰਤ ਜੀ ਦੇ ਪਾਸ ਆਪਣੀ ਮਿੱਥਿਆ ਸੁਣਾਈ। ਸੰਤ ਜੀ ਨੇ ਸੁਣ ਕੇ ਕਿਹਾ ਕਿ ਅੱਛਾ, ਕੱਲ ਨੂੰ ਆਪਣੇ ਪਤੀ ਨੂੰ ਕਿਸੇ ਤਰ੍ਹਾਂ ਆਪਣੇ ਨਾਲ ਦੀਵਾਨ ਵਿੱਚ ਲੈ ਕੇ ਆਵੀਂ। ਦੂਜੇ ਦਿਨ ਉਹ ਬੀਬੀ ਆਪਣੇ ਪਤੀ ਨੂੰ ਕਿਸੇ ਤਰ੍ਹਾਂ ਸਮਝਾ ਬੁਝਾ ਕੇ ਮੁਸ਼ਕਲ ਦੇ ਨਾਲ ਦੀਵਾਨ ਵਿੱਚ ਲੈ ਆਈ। ਕੀਰਤਨ ਹੋ ਰਿਹਾ ਸੀ। ਸੰਤਾਂ ਨੇ ਉਸ ਆਰੀਆ ਸਮਾਜੀ ਸੱਜਣ ਦੇ ਮਨ ਵੱਲ ਆਪਣੀ ਸੁਰਤੀ ਜੋੜ ਕੇ ਇੱਕ ਸ਼ਬਦ ਉਚਾਰਨ ਕੀਤਾ ਜਿਸ ਨਾਲ ਕਿ ਉਸਦਾ ਮਨ ਦਰਬ ਗਿਆ, ਕੱਟੜਪੁਣੇ ਤੋਂ ਸਾਫ਼ ਹੋ ਕੇ ਸ਼ਰਧਾ ਪੈਦਾ ਹੋ ਗਈ ਅਤੇ ਅੰਮ੍ਰਿਤਪਾਨ ਕਰਨ ਦੀ ਇੱਛਾ ਉਹਦੀ ਵੀ ਹੋ ਗਈ। ਇਸ ਦੰਪਤੀ ਨੇ ਅੰਮ੍ਰਿਤਪਾਨ ਕੀਤਾ, ਮਗਰੋਂ ਉੱਚੇ ਜੀਵਨ ਵਾਲੇ ਬਣੇ। ਪੋਠੋਹਾਰ ਦੇ ਭੌਣ ਨਾਮੀ ਇੱਕ ਪਿੰਡ ਦੀ ਗੱਲ ਹੈ ਕਿ ਕੀਰਤਨ ਦੀ ਸਮਾਪਤੀ ਮਗਰੋਂ ਅੰਮ੍ਰਿਤ ਪ੍ਰਚਾਰ ਹੋਣ ਲੱਗਾ। ਦੀਵਾਨ ਵਿੱਚ ਇੱਕ ਸੁਨਿਆਰੇ ਦਾ ਲੜਕਾ ਵੀ ਬੈਠਾ ਸੀ। ਉਹਦੇ ਮਨ ਵਿੱਚ ਵੀ ਉਤਸ਼ਾਹ ਹੋਇਆ ਅਤੇ ਅੰਮ੍ਰਿਤ ਛਕਣ ਵਾਲਿਆਂ ਵਿੱਚ ਉਹ ਲੜਕਾ ਵੀ ਆ ਬੈਠਾ। ਉਸ ਲੜਕੇ ਦੀ ਮਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਦੀਵਾਨ ਅਸਥਾਨ ਵਿੱਚ ਆ ਕੇ ਉਹ ਆਪਣੇ ਪੁੱਤਰ ਨੂੰ ਪਕੜ ਕੇ ਘਰ ਲੈ ਗਈ। ਨੇਤ ਐਸੀ ਹੋਈ ਕਿ ਇਹ ਲੜਕਾ ਉਸੇ ਰਾਤ ਨੂੰ ਮਰ ਗਿਆ। ਸਵੇਰ ਨੂੰ ਪਿੰਡ ਦੇ ਹਿੰਦੂ ਇਸ ਲੜਕੇ ਦਾ ਸੰਸਕਾਰ ਕਰਨ ਲਈ ਲਿਜਾਂਦੇ ਹੋਏ ਪਹਿਲਾਂ ਦੀਵਾਨ ਵਿੱਚ ਹਾਜ਼ਰ ਹੋਏ ਅਤੇ ਸੰਤਾਂ ਦੇ ਪਾਸ ਉਸ ਦੀ ਮਾਤਾ ਦੀ ਗਲਤੀ ਬਖਸ਼ਾਉਣ ਲਈ ਬੇਨਤੀ ਕੀਤੀ। ਸੰਤਾਂ ਨੇ ਮ੍ਰਿਤਕ ਲੜਕੇ ਨੂੰ 5 ਕਕਾਰ ਪਹਿਨਾਏ ਅਤੇ ਅੰਮ੍ਰਿਤ ਤਿਆਰ ਕਰਕੇ ਉਹਦੇ ਮੂੰਹ ਵਿੱਚ ਪਾਇਆ। ਜਦੋਂ ਸੰਤਾਂ ਨੇ ਅੰਮ੍ਰਿਤ ਦੇ ਛਿੱਟੇ ਉਸ ਲੜਕੇ ਦੇ ਸਿਰ ਪਰ ਮਾਰੇ ਤਾਂ ਲੜਕੇ ਦੇ ਦਸਮ ਦੁਆਰ ਫਟਣ ਦੀ ਆਵਾਜ਼ ਆਈ। ਸੰਤਾਂ ਨੇ ਬਚਨ ਕੀਤਾ ਕਿ ਅੰਮ੍ਰਿਤ ਦੀ ਸ਼ਕਤੀ ਦਾ ਬਿਆਨ ਨਹੀਂ ਹੋ ਸਕਦਾ। ਅੰਮ੍ਰਿਤ ਛਕਣ ਦੀ ਇੱਛਾ ਕਰਕੇ ਇਸ ਲੜਕੇ ਦੇ ਪ੍ਰਾਣ ਦਸਮ ਦੁਆਰ ਵਿੱਚ ਅਟਕ ਗਏ ਸਨ। ਇਸ ਦੀ ਬਾਸ਼ਨਾ ਪੂਰੀ ਹੋ ਗਈ ਹੈ ਅਤੇ ਹੁਣ ਇਹ ਦਸ਼ਮੇਸ਼ ਦੇ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਸੰਤ ਜੀ ਤਰਨ ਤਾਰਨ ਬਹੁਤ ਵਾਰੀ ਗਏ। ਹਰ ਵਾਰ ਹਜ਼ਾਰਾਂ ਦੀ ਗਿਣਤੀ ਵਿੱਚ ਅੰਮ੍ਰਿਤ ਅਭਿਲਾਖਿਆਂ ਨੂੰ ਅੰਮ੍ਰਿਤ ਪਾਨ ਕਰਵਾਇਆ। ਲਾਲਚ ਦੇ ਅਧੀਨ ਇੱਕ ਵਾਰ ਪੁਰਾਣੇ ਪੁਜਾਰੀਆਂ ਨੇ ਦੀਵਾਨ ਵਿੱਚ ਆ ਕੇ ਸੰਤਾਂ ਨੂੰ ਬੇਨਤੀ ਕੀਤੀ। ਕਹਿੰਦੇ ਹਰ ਅੰਮ੍ਰਿਤ ਛਕਾਉਣ ਵਾਲੇ ਤੋਂ 125 ਰੁਪਈਆ ਲੈ ਕੇ ਗੁਰੂ ਦੀ ਗੋਲਕ ਲਈ ਭੇਜ ਦਿਆ ਕਰੋ। ਆਪ ਜੀ ਨੇ ਉੱਤਰ ਦਿੱਤਾ, ਕਹਿੰਦੇ ਅਸੀਂ ਅੰਮ੍ਰਿਤ ਦਾ ਮੁੱਲ 125 ਰੁਪਇਆ ਨਹੀਂ ਸੁਣਾ ਸਕਦੇ। ਇਹ ਅਮੋਲਕ ਵਸਤੂ ਹੈ, 9 ਖੰਡ ਪ੍ਰਿਥਵੀ ਦਾ ਰਾਜ ਵੀ ਇਸ ਦਾ ਮੁੱਲ ਨਹੀਂ ਹੈ। ਇਹ ਸਿਰ ਦਿੱਤਿਆਂ ਮਿਲਦੀ ਹੈ। ਆਪਣੀ ਸ਼ਰਧਾ ਦੇ ਨਾਲ ਭਾਵੇਂ ਕੋਈ ਤਨ ਮਨ ਧਨ ਗੁਰਦੁਆਰੇ ਅਰਪਣ ਕਰ ਦੇਵੇ। ਜੇ ਸੰਤ ਜੀ ਪਾਸ ਕਿਸੇ ਦੀ ਕੋਈ ਸ਼ਿਕਾਇਤ ਪਹੁੰਚੇ ਤਾਂ ਆਪ ਦੰਡ ਆਮ ਤੌਰ ਤੇ ਇਹੀ ਲਾਉਂਦੇ ਸਨ ਕਿ ਅੰਮ੍ਰਿਤ ਛਕਣਾ, ਬਾਣੀ ਪੜ੍ਹਨੀ ਤੇ ਰਹਿਤ ਰੱਖਣੀ। ਮਾਲਵੇ ਦਾ ਇੱਕ ਪਿੰਡ ਧਮੋਟ, ਉੱਥੇ ਇੱਕ ਜੱਟ ਨੇ ਅਨਮਤੀਆਂ ਦੇ ਉਕਸਾਏ ਹੋਏ ਨੇ ਇੱਕ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾ ਰਹੀ ਸਵਾਰੀ ਦੇ ਵੱਲ ਨਾ ਲਾਠੀ ਚੁੱਕ ਲਈ। ਸੰਗਤ ਨੇ ਉਸਨੂੰ ਸੰਤ ਜੀ ਦੇ ਲਗਾਏ ਹੋਏ ਦੀਵਾਨ ਵਿੱਚ ਪੇਸ਼ ਕੀਤਾ। ਸੰਤਾਂ ਨੇ ਬਚਨ ਕੀਤਾ ਕਿ ਗੁਰੂ ਘਰ ਵਿੱਚ ਬੜੇ ਬੜੇ ਅਪਰਾਧੀ ਬਖਸ਼ੇ ਗਏ ਹਨ, ਸੰਗਤ ਇਸ ਨੂੰ ਬਖਸ਼ ਦੇਵੇ ਅਤੇ ਦੰਡ ਲਾਵੇ। ਸੰਗਤ ਨੇ ਇਹ ਗੱਲ ਵੀ ਆਪ ਪਰੀ ਛੱਡ ਦਿੱਤੀ।
ਇਸ ਪ੍ਰਸੰਤਾ ਨੇ ਇਹ ਡੰਡ ਲਾਇਆ ਕਿ ਪਰਿਵਾਰ ਸਮੇਤ ਅੰਮ੍ਰਿਤ ਛਕੇ, ਅਖੰਡ ਪਾਠ ਕਰਵਾਵੇ, ਗੁਰਮੁਖੀ ਪੜ੍ਹ ਕੇ ਸਾਰਾ ਨਿਤਨੇਮ ਅਤੇ ਪੂਰਾ ਆਨੰਦ ਸਾਹਿਬ ਕੰਠ ਕਰੇ। ਨਾਲ ਹੀ ਇਹ ਵਚਨ ਵੀ ਕੀਤਾ ਕਿ ਇਹ ਸੱਚੀ ਦਰਗਾਹ ਹੈ, ਇੱਥੇ ਉਹੀ ਗੱਲ ਮੰਨੋ ਜੋ ਕਰ ਸਕਦੇ ਹੋ, ਨਹੀਂ ਤਾਂ ਦੀਨ ਅਤੇ ਦੁਨੀਆ ਦੋਹੀ ਥਾਈ ਮੂੰਹ ਕਾਲਾ ਹੋਵੇਗਾ। ਉਸ ਜੱਟ ਨੇ ਫਿਰ ਮੰਨਿਆ ਅਤੇ ਉਸੇ ਤਰ੍ਹਾਂ ਹੀ ਕੀਤਾ। ਦਸ਼ਮੇਸ਼ ਪਿਤਾ ਜੀ ਦਾ ਆਪਣਾ ਫੁਰਮਾਨ ਹੈ ਕਿ ਗੁਰੂ ਨੂੰ ਰਹਿਤ ਪਿਆਰੀ ਹੈ, ਸਿੱਖ ਤਾਂ ਮਲ ਮੂਤਰ ਦਾ ਭਰਿਆ ਹੋਇਆ ਸਰੀਰ ਪਿਆਰਾ ਨਹੀਂ। ਇਸ ਲਈ ਸੰਤ ਜੀ ਰਹਿਤ ਪਰ ਕਾਇਮ ਰਹਿਣ ਲਈ ਬਹੁਤ ਜ਼ੋਰ ਦਿੰਦੇ ਸਨ। ਆਪ ਨੇ ਇਸ ਗੱਲ ਨੂੰ ਕਈ ਵੇਰ ਪ੍ਰਗਟ ਕੀਤਾ ਹੈ ਕਿ ਜਿਹੜੇ ਸਿੱਖ ਰਹਿਤ ਪਰ ਦ੍ਰਿੜ ਰਹਿੰਦੇ ਨੇ ਅਤੇ ਆਪਣੇ ਹਿਰਦੇ ਵਿੱਚ ਗੁਰੂ ਸਾਹਿਬ ਲਈ ਪ੍ਰੇਮ ਵਸਾਉਂਦੇ ਹਨ, ਉਹਨਾਂ ਦੇ ਅੰਦਰ ਥੋੜੇ ਸਮੇਂ ਵਿੱਚ ਹੀ ਨਾਮ ਦੀ ਜਿਹੜੀ ਰੌਹ ਹੈ ਉਹ ਚੱਲ ਪੈਂਦੀ ਹੈ। ਅੱਜ ਕੱਲ੍ਹ ਕਈਆਂ ਲਈ ਅੰਮ੍ਰਿਤ ਛਕ ਲੈਣਾ ਇੱਕ ਰਿਵਾਜ ਜਿਹਾ ਹੀ ਬਣ ਗਿਆ। ਸੰਤ ਅਤਰ ਸਿੰਘ ਜੀ ਮਹਾਰਾਜ ਦੇ ਉਪਰੋਕਤ ਬਚਨ ਕਿ ਅੰਮ੍ਰਿਤ ਧਾਰੀਆਂ ਲਈ ਬਹੁਤ ਅਮੋਲਕ ਚੇਤਾਵਨੀ ਹੈ, ਨਿਰੰਕਾਰ ਦੇ ਦੇਸ਼ ਵਿੱਚ ਜ਼ਾਹਰਦਾਰੀ ਤੇ ਪਖੰਡ ਨਹੀਂ ਚੱਲਦੇ। ਅੰਮ੍ਰਿਤਧਾਰੀ ਵੀਰ ਤੇ ਭੈਣਾਂ ਆਪਣੇ ਆਪਣੇ ਮਨ ਵੱਲ ਝਾਤੀ ਮਾਰਨ ਕਿ ਅੰਮ੍ਰਿਤ ਪਾਨ ਕਰਕੇ ਕੀ ਉਹਨਾਂ ਦੇ ਖਿਆਲ ਤੇ ਜੀਵਨ ਵਿੱਚ ਪਰਿਵਰਤਨ ਆਇਆ ਜਾਂ ਕੁਝ ਪ੍ਰਾਪਤੀ ਹੋਈ ਹੈ, ਜਾਂ ਪਹਿਲੇ ਵਾਂਗ ਵੈਸੇ ਦੇ ਵੈਸੇ ਹੀ ਨੇ। ਜੇ ਖਾਲੀ ਪੰਜ ਕਕਾਰ ਧਾਰ ਲੈਣ ਤੋਂ ਬਿਨਾਂ ਹੋਰ ਕੁਝ ਹਾਸਲ ਨਹੀਂ ਹੋਇਆ ਤਾਂ ਹੁਣ ਨਵੇਂ ਸਿਰੋਂ ਆਪਣੇ ਮਨ ਵਿੱਚ ਦ੍ਰਿੜਤਾ ਲਿਆਉਣ, 24 ਘੰਟੇ ਆਪਣੇ ਮਨ ਵਿੱਚ ਵਰਤ ਰਹੇ ਖਿਆਲਾਂ ਦੀ ਪੜਚੋਲ ਕਰਨ, ਆਪਣਾ ਘਾਟਾ ਲੱਭਣ ਅਤੇ ਨਵੇਂ ਸਿਰੇ ਤੋਂ ਪੱਕਾ ਇਰਾਦਾ ਕਰਕੇ ਆਪਣੇ ਖਿਆਲ ਅਤੇ ਜੀਵਨ ਬਦਲਣ, ਤਾਂ ਜੋ ਸ੍ਰੀ ਕਲਗੀਆਂ ਵਾਲੇ ਦੀ ਖੁਸ਼ੀ ਪ੍ਰਾਪਤ ਕਰਕੇ ਉਹਨਾਂ ਦੇ ਬਖਸ਼ੇ ਹੋਏ ਅੰਮ੍ਰਿਤ ਦੀ ਪੂਰੀ ਕੀਮਤ ਪਵੇ। ਪੰਜ ਬਾਣੀਆਂ ਤੋਤੇ ਵਾਂਗ ਪੜ੍ਹ ਕੇ ਬਿਨਾਂ ਭਾਵ ਸਮਝੇ ਅਤੇ ਕੁਝ ਅਮਲ ਕੀਤੇ ਪੰਜ ਕਕਾਰ ਰੱਖ ਲੈਣੇ ਹੀ ਕਾਫੀ ਨਹੀਂ ਹਨ। ਮਨੁੱਖ ਦਾ ਅਸਲੀ ਨਿਸ਼ਾਨਾ ਨਾਮ ਦੀ ਪ੍ਰਾਪਤੀ ਹੈ, ਜਿਸ ਲਈ ਕਿਸੇ ਹੋਰ ਪਿਛੋਕੜ ਦੀ ਲੋੜ ਹੈ। ਬਿਨਾਂ ਹਿਰਦਾ ਰੂਪੀ ਧਰਤੀ ਸ਼ੁੱਧ ਕੀਤੇ ਨਾਮ ਦਾ ਬੀਜ ਪ੍ਰਫੁੱਲਿਤ ਨਹੀਂ ਹੁੰਦਾ। ਚਾਰ ਵੱਡੀਆਂ ਕੁਰਹਿਤਾਂ ਤਾਂ ਹਰ ਇੱਕ ਅੰਮ੍ਰਿਤਧਾਰੀ ਜਾਣਦਾ ਹੀ ਹੈ। ਅਸੀਂ ਇੱਥੇ ਕੁਝ ਹੋਰ ਗੱਲਾਂ ਦੱਸਦੇ ਹਾਂ ਜੋ ਮਨ ਸ਼ੁੱਧ ਕਰਨ ਲਈ ਗੁਰਬਾਣੀ ਦੱਸਦੀ ਹੈ ਅਤੇ ਸੰਤ ਜੀ ਸੰਗਤ ਨੂੰ ਚਿਤਾਰਦੇ ਰਹਿੰਦੇ ਸਨ। ਆਮ ਤੌਰ ਪਰ ਅੰਮ੍ਰਿਤ ਛਕਾਉਣ ਦੇ ਸਮੇਂ ਵੀ ਆਪ ਜੀ ਇਹੀ ਉਪਦੇਸ਼ ਕਰਦੇ ਸਨ। ਸੰਗਤ ਜੀ ਧਿਆਨ ਨਾਲ ਸੁਣਨਾ, ਕਹਿੰਦੇ ਤੁਹਾਡਾ ਹੁਣ ਗੁਰੂ ਘਰ ਵਿੱਚ ਜਨਮ ਹੋਇਆ, ਭਾਵ ਅੱਜ ਤੋਂ ਤੁਸੀਂ ਗੁਰੂ ਵਾਲੀ ਬਣੇ ਹੋ ਅਤੇ ਗੁਰੂ ਦੇ ਸਿੱਖ ਪਰਿਵਾਰ ਵਿੱਚ ਸ਼ਾਮਿਲ ਹੋਏ ਹੋ। ਗੁਰੂ ਦਾ ਪਰਿਵਾਰ ਹਮੇਸ਼ਾ ਹੀ ਕਾਇਮ ਰਹਿਣ ਵਾਲਾ ਹੈ। ਜਿਸ ਦੁਨਿਆਵੀ ਟੱਬਰ ਦੇ ਅਸੀਂ ਅਖਵਾਉਂਦੇ ਸੀ ਉਹ ਨਾਸ਼ਵਾਨ ਹੈ। ਦੁਨਿਆਵੀ ਟੱਬਰ ਲਈ ਹੁਣ ਮੋਹ ਨਾ ਰੱਖੋ, ਮਨ ਦਾ ਸਾਰਾ ਮੋਹ ਮਿਟਾਵੋ। ਪਿਤਾ ਦਸ਼ਮੇਸ਼ ਜੀ ਤੇ ਮਾਤਾ ਸਾਹਿਬ ਕੌਰ ਜੀ ਹਨ। ਮਨੁੱਖ ਦਾ ਸਰੀਰ ਤਾਂ ਨਾਸ ਹੋ ਜਾਂਦਾ ਇੱਕ ਦਿਨ, ਇਹ ਆਤਮਕ ਪਿਤਾ ਮਾਤਾ ਇਹੀ ਹਨ ਜੋ ਹਮੇਸ਼ਾ ਕਾਇਮ ਰਹਿਣ ਵਾਲੇ ਹਨ ਅਤੇ ਸਰੀਰ ਛੱਡਣ ਮਗਰੋਂ ਵੀ ਇਹ ਰਿਸ਼ਤਾ ਨਹੀਂ ਟੁੱਟਦਾ। ਦੁਨਿਆਵੀ ਮਾਤਾ ਪਿਤਾ ਦੀ ਸੇਵਾ ਦਾ ਫਰਜ਼ ਨਿਭਾਓ, ਪਰ ਪ੍ਰੇਮ ਸੱਚੇ ਮਾਤਾ ਪਿਤਾ ਨਾਲ ਹੀ ਰੱਖੋ। ਦੋ ਪ੍ਰੇਮ ਇਕੱਠੇ ਨਹੀਂ ਨਿਭ ਸਕਦੇ, ਤਨ ਮਨ ਧਨ ਸਭ ਗੁਰੂ ਦਾ ਸਮਝੋ। ਦਸ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜੋ, ਪੰਜ ਪੀਰੀ ਇਹ ਨਾ ਬਣੋ, ਹੋਰ ਕਿਸੇ ਵੀ ਦੇਵੀ ਦੇਵਤਾ ਆਦਿਕ ਨੂੰ ਨਾ ਅਰਾਧੋ। ਬਰਤ ਮੜੀ ਮੱਠ ਗੌਰ ਵਿੱਚ ਵਿਸ਼ਵਾਸ ਨਾ ਰੱਖੋ। ਜਿਹੜੇ ਹਰ ਥਾਂ ਜਾ ਕੇ ਮੱਥਾ ਟੇਕਦੇ ਹਨ
ਉਹਨਾਂ ਦੀ ਜੀਵਨ ਨਈਆ ਕਾਲੀ ਘੁੰਮਣ ਘੇਰੀ ਵਿੱਚ ਹੀ ਰਹਿੰਦੀ ਹੈ, ਕਿਸੇ ਕਿਨਾਰੇ ਨਹੀਂ ਲੱਗ ਸਕਦੀ। ਚਾਰ ਕੁਰਹਿਤਾਂ ਭੁੱਲ ਕੇ ਵੀ ਨਹੀਂ ਕਰਨੀਆਂ ਕਦੇ ਵੀ, ਪੰਜ ਕਕਾਰ ਅੰਗ ਸੰਗ ਰੱਖੋ, ਕਛਹਿਰੇ ਦਾ ਇੱਕ ਪਹੁੰਚਾ ਪਾ ਕੇ ਫਿਰ ਦੂਜਾ ਲਾਉਣਾ, ਰੋਮ ਸਾਰੇ ਸਰੀਰ ਦੇ ਰੱਖੋ, ਸਮੇਂ ਅਨੁਸਾਰ ਪੰਜ ਬਾਣੀਆਂ ਦਾ ਪਾਠ ਕਰੋ, ਆਨੰਦ ਸਾਹਿਬ ਪੂਰਾ ਪੜ੍ਹੋ, ਬਾਣੀ ਕੰਠ ਕਰੋ। ਸਵਾ ਪਹਿਰ ਰਹਿੰਦੀ ਰਾਤ, ਸਵਾ ਪਹਿਰ ਰਾਤ ਰਹਿੰਦੀ ਜਾਗ ਕੇ ਇਸ਼ਨਾਨ ਕਰੋ ਅਤੇ ਇੱਕ ਮਨ ਹੋ ਕੇ ਗੁਰਮੰਤਰ ਦਾ ਜਾਪ ਕਰੋ, ਸਿਮਰਨ ਕਰਨ ਲੱਗੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝੋ, ਸ਼ੁਭ ਕਮਾਈ ਕਰੋ, ਦਸਵੰਧ ਗੁਰੂ ਦੇ ਲੰਗਰ ਜਾਂ ਗੁਰੂ ਘਰ ਵਿੱਚ ਦੇਵੋ, ਪਰ ਮਨ ਵਿੱਚ ਹੰਕਾਰ ਨਾ ਕਰੋ। ਕੁਸੰਗਤ ਨਹੀਂ ਕਰਨੀ ਅਤੇ ਜੋ ਕੋਈ ਗੁਰਰਹਿਤ ਨਾ ਰੱਖੇ ਉਸ ਨਾਲ ਮਿਲ ਕੇ ਵੀ ਨਹੀਂ ਛਕਣਾ, ਪਰ ਉਪਕਾਰੀ ਹੋਣਾ, ਨਿਰਧਨ ਦੇ ਹਮੇਸ਼ਾ ਸਹਾਇਕ ਹੋਣਾ, ਭਾਣਾ ਮੰਨੋ, ਝੂਠੀ ਉਗਾਹੀ ਦੇਣਾ, ਲੜਕੀ ਦਾ ਮੁੱਲ ਲੈਣਾ, ਜੂਆ ਖੇਡਣਾ, ਸ਼ਰਾਬ ਪੀਣਾ, ਇਹ ਵੱਡੇ ਔਗਣ ਹਨ, ਇਹਨਾਂ ਤੋਂ ਬਚੋ। ਇੱਕ ਵੱਡੀ ਗੱਲ, ਵੱਡੀ ਜ਼ਰੂਰੀ ਗੱਲ ਇਹ ਹੈ ਕਿ ਮਨ ਕਰਕੇ ਸ਼ੁੱਧ ਅਤੇ ਨੇਕ ਬਣੋ। ਗੁਰਬਾਣੀ ਵਿੱਚ ਦੱਸੇ ਗਿਆਨ ਦਾ ਆਸਰਾ ਲੈ ਕੇ ਮਨ ਦੇ ਉਲਟੇ ਤੇ ਬੁਰੇ ਫੁਰਨਿਆਂ ਨੂੰ ਦੂਰ ਕਰੋ। ਜਦ ਤੱਕ ਮਨ ਪੂਰੀ ਤਰ੍ਹਾਂ ਵਸ ਵਿੱਚ ਨਹੀਂ ਆ ਜਾਂਦਾ, ਘੱਟੋ ਘੱਟ ਇੰਦਰੀਆਂ ਕਰਕੇ ਬੁਰੇ ਕੰਮ ਨਾ ਕਰੋ। ਜੇ ਪੈਰਾਂ ਨਾਲ ਚੱਲ ਰਹੇ ਹੋ ਤਾਂ ਖਿਆਲ ਰੱਖੋ ਕਿ ਚੋਰੀ, ਜਾਰੀ, ਬਦਮਾਸ਼ੀ, ਕੁਸੰਗਤ ਜਾਂ ਕਿਸੇ ਹੋਰ ਭੈੜੀ ਨੀਅਤ ਨਾਲ ਤਾਂ ਨਹੀਂ ਚੱਲ ਰਹੇ। ਜੇ ਇਹ ਹੈ ਤਾਂ ਉਸ ਪਾਸੋਂ ਚੱਲਣੋਂ ਰੁਕ ਜਾਵੋ। ਹੱਥਾਂ ਨਾਲ ਜਦ ਕੋਈ ਕੰਮ ਕਰਨ ਲੱਗੋ ਤਾਂ ਵੀ ਇਹ ਦੇਖੋ ਕਿ ਹੱਥ ਕੋਈ ਚੋਰੀ, ਜੂਆ, ਜਾਰੀ ਆਦਿਕ ਕੋਈ ਗਲਤ ਕੰਮ ਨਾ ਕਰਨ। ਅੱਖਾਂ ਦੇ ਨਾਲ ਪਰਾਇਆ ਤਨ ਜਾਂ ਪਰਾਇਆ ਧਨ ਨਹੀਂ ਦੇਖਣਾ, ਭਾਵ ਬੁਰੀ ਨੀਅਤ ਨਾਲ ਨਹੀਂ ਦੇਖਣਾ। ਇਸ ਤਰ੍ਹਾਂ ਕਰਨ ਵਾਲੇ ਦੇ ਮਨ ਵਿੱਚ ਗੁਰੂ ਦਾ ਪ੍ਰੇਮ ਜਾਂ ਗੁਰੂ ਦਾ ਡਰ ਦੋਵੇਂ ਗੱਲਾਂ ਨਹੀਂ ਵੱਸ ਸਕਦੀਆਂ। ਕੰਨਾਂ ਦੇ ਨਾਲ ਨਿੰਦਾ, ਚੁਗਲੀ, ਗੰਦੇ ਬਚਨ, ਗੰਦੇ ਗੀਤ ਨਹੀਂ ਸੁਣਨੇ। ਅਜਿਹਾ ਕਰਨ ਵਾਲੇ ਦੇ ਮਨ ਵਿੱਚ ਗੁਰਬਾਣੀ ਸੁਣਨ ਦਾ ਅਸਰ ਨਹੀਂ ਹੁੰਦਾ। ਮੂੰਹ ਨਾਲ ਝੂਠ ਨਹੀਂ ਬੋਲਣਾ, ਕਿਸੇ ਦੀ ਵੀ ਨਿੰਦਾ ਚੁਗਲੀ ਨਹੀਂ ਕਰਨੀ, ਬੇਲੋੜੇ ਵਾਧੂ ਬਚਨ ਨਹੀਂ ਕਰਨੇ ਅਤੇ ਅਯੋਗ ਸ਼ਬਦ ਨਹੀਂ ਬੋਲਣੇ। ਇਸ ਤੋਂ ਬਿਨਾਂ ਮਨ ਸ਼ੁੱਧ ਹੋਣਾ ਕਠਿਨ ਹੈ। ਅਸੀਂ ਸ਼ੁਰੂ ਤੋਂ ਹੀ ਦੇਖਦੇ ਆਏ ਹਾਂ ਕਿ ਸੰਤ ਅਤਰ ਸਿੰਘ ਜੀ ਬਹੁਤ ਛੋਟੀ ਅਵਸਥਾ ਤੋਂ ਹੀ ਗੁਰਬਾਣੀ ਦੇ ਪ੍ਰੇਮੀ ਸਨ ਅਤੇ ਗੁਰਬਾਣੀ ਦੇ ਪਾਠ ਦਾ ਉਚੇਚਾ ਚਾਉ ਸੀ। ਮੁੱਢ ਵਿੱਚ ਜਦੋਂ ਆਪ ਹਜੂਰ ਸਾਹਿਬ ਗਏ ਸਨ ਤਾਂ 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ। ਆਪ ਜੀ ਨੇ ਮਗਰੋਂ ਦੱਸਿਆ ਸੀ ਕਿ ਜਦ ਆਪ ਕਨੋਹਾ ਪਿੰਡ ਦੇ ਪਾਸ ਇੱਕ ਝਿੜੀ ਵਿੱਚ ਤਪ ਕਰ ਰਹੇ ਸਨ ਤਾਂ ਵੀ ਹੋਰ ਨਾਮ ਬਾਣੀ ਤੋਂ ਬਿਨਾਂ ਹਰ ਰੋਜ਼ 12 ਪਾਠ ਸੁਖਮਨੀ ਸਾਹਿਬ ਜੀ ਦੇ ਤੇ 25 ਪਾਠ ਜਪਜੀ ਸਾਹਿਬ ਜੀ ਦੇ ਕਰਦੇ ਸਨ। ਆਪ ਗੁਰਬਾਣੀ ਸ਼ਕਤੀ ਨੂੰ ਅੱਛੀ ਤਰ੍ਹਾਂ ਅਨੁਭਵ ਕਰ ਚੁੱਕੇ ਸਨ ਅਤੇ ਇਸੇ ਤੋਂ ਹੀ ਉਹਨਾਂ ਨੂੰ ਪੂਰਨਤਾ ਪ੍ਰਾਪਤੀ ਮਿਲੀ ਹੈ। ਗੁਰਬਾਣੀ ਤਾਂ ਅਸੀਂ ਸਾਰੇ ਸਿੱਖੀ ਪੜ੍ਹਦੇ ਹਾਂ, ਪਰ ਬਾਣੇ ਦੀ ਸ਼ਕਤੀ ਅਤੇ ਬਾਣੀ ਦੇ ਮਨ ਪਰ ਅਸਰ ਨੂੰ ਕੇਵਲ ਉਹ ਅਭਿਆਸੀ ਹੀ ਅਨੁਭਵ ਕਰਦੇ ਨੇ ਜੋ ਸੱਚੇ ਹਿਰਦੇ ਨਾਲ ਤਨੋ ਮਨੋ ਇਸ ਅਥਾਹ ਸਮੁੰਦਰ ਦੇ ਵਿੱਚ ਚੁੱਭੀਆਂ ਲਾਉਂਦੇ ਹਨ। ਬਾਣੀ ਦਾ ਮਨ ਪਰ ਅਸਰ ਹਰ ਇੱਕ ਦੀ ਆਪਣੀ ਆਤਮਕ ਅਵਸਥਾ ਦੇ ਅਨੁਸਾਰ
ਹੋਰ ਤੇ ਹੋਰ ਇੱਕ ਅਨੋਖੀ ਭਾਂਤ ਦਾ ਹੁੰਦਾ ਹੈ ਜੋ ਕਿ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਗੁਰਬਾਣੀ ਵਿੱਚ ਇਸ ਨੂੰ ਅਮੋਲਕ ਹੀਰੇ, ਲਾਲ ਅਤੇ ਰਤਨ ਦੱਸਿਆ ਹੈ, ਜੋ ਕਿ ਜਿਸ ਦੇ ਮਨ ਵਿੱਚ ਜੜੇ ਜਾਂਦੇ ਨੇ ਉਹ ਬਾਣੀ ਕਰਤਾ ਵਿੱਚ ਹੀ ਸਮਾ ਕੇ ਹਰੀ ਦੇ ਨਾਲ ਅਭੇਦ ਹੋ ਜਾਂਦਾ ਹੈ। ਇਸ ਦੀ ਉਸਤਤ ਅਕਹਿ ਹੈ। ਸੰਤ ਜੀ ਉਹਨਾਂ ਉੱਚੀਆਂ ਵਡਭਾਗੀ ਹਸਤੀਆਂ ਵਿੱਚੋਂ ਹੋਏ ਹਨ ਜਿਨ੍ਹਾਂ ਨੇ ਸਾਰੀ ਦੁਨੀਆ ਤੋਂ ਮੂੰਹ ਮੋੜ ਕੇ ਆਪਣੇ ਚਿੱਤ ਨੂੰ ਕੇਵਲ ਗੁਰਬਾਣੀ ਵਿੱਚ ਲਗਾਇਆ ਤੇ ਪੂਰਾ ਲਾਭ ਉਠਾਇਆ। ਵਾਹਿਗੁਰੂ ਜੀ ਮਿਹਰ ਕਰਨ ਕਿ ਸੰਤਾਂ ਦਾ ਜੀਵਨ ਪੜ੍ਹ ਕੇ ਸਾਡੇ ਮਨ ਨੂੰ ਵੀ ਹੁਲਾਰਾ ਮਿਲੇ ਤਾਂ ਜੋ ਉਤਸ਼ਾਹ ਤੇ ਸ਼ਰਧਾ ਦੇ ਨਾਲ ਅਸੀਂ ਵੀ ਉਹਨਾਂ ਲੀਹਾਂ ਪਰ ਚੱਲੀਏ। ਸੰਤ ਜੀ ਦੇ ਸ਼ਬਦ ਦੀ ਸ਼ਕਤੀ ਨੂੰ ਅਨੁਭਵ ਕਰ ਲੈਣ ਦਾ ਸਿੱਟਾ ਸੀ ਕਿ ਜਿੱਥੇ ਵੀ ਆਪ ਦੀਵਾਨ ਸਜਾਉਂਦੇ ਸਨ ਆਪ ਸ਼ਬਦ ਉਚਾਰਨ ਕਰਦੇ ਸਨ ਜੋ ਕਿ ਸਰੋਤਿਆਂ ਦੇ ਹਿਰਦਿਆਂ ਨੂੰ ਮੱਲੋ ਮੱਲੀ ਬਦਲ ਦਿੰਦੇ। ਜਿੱਥੇ ਆਪ ਜਾਂਦੇ ਸਨ ਹਜ਼ਾਰਾਂ ਹੀ ਭੌਰੇ ਆ ਕੇ ਇਕੱਠੇ ਹੋ ਜਾਂਦੇ ਸਨ। ਆਪ ਸ਼ਬਦ ਪੜ੍ਹਦੇ ਸਨ ਅਤੇ ਹੋਰਨਾਂ ਪਾਸੋਂ ਵੀ ਪੜਵਾਉਂਦੇ ਸਨ। ਪ੍ਰਚਾਰ ਵਾਸਤੇ ਲੋਕਾਂ ਦੇ ਮਨਾਂ ਨੂੰ ਬੁਰੇ ਪਾਸੇ ਜਾਣ ਤੋਂ ਰੋਕਣ ਲਈ, ਆਤਮ ਗਿਆਨ ਦੇਣ ਲਈ, ਰੋਗੀਆਂ ਦੇ ਰੋਗ ਦੂਰ ਕਰਨ ਲਈ, ਇੱਛਾਵਾਂ ਰੱਖਣ ਵਾਲਿਆਂ ਦੀ ਇੱਛਾ ਪੂਰੀ ਕਰਨ ਲਈ ਅਤੇ ਦੁਖੀਆਂ ਦੇ ਦੁੱਖ ਦੂਰ ਕਰਨ ਲਈ ਆਪ ਸ਼ਬਦ ਦੀ ਸ਼ਕਤੀ ਵਰਤਦੇ ਸਨ। ਜੋ ਜ਼ਹਿਰ ਕਲਾ ਵਰਤ ਜਾਂਦੀ ਸੀ, ਜਿਨ੍ਹਾਂ ਨੂੰ ਆਪ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਹੀ ਦੱਸ ਸਕਦੇ ਨੇ ਕਿ ਆਪ ਦੇ ਕੀਰਤਨ ਦਾ ਕੀ ਅਸਰ ਮਨ ਪਰ ਪੈਂਦਾ ਸੀ। ਕੋਈ ਇੱਕ ਦੋ ਘਟਨਾਵਾਂ ਨਹੀਂ ਜੋ ਅਸੀਂ ਵਰਣਨ ਕਰੀਏ, ਆਪ ਦੇ ਜੀਵਨ ਦਾ ਹਰ ਇੱਕ ਦਿਨ ਇਸੇ ਗੱਲ ਦਾ ਸੂਚਕ ਸੀ। ਪਹਿਲੇ ਦੱਸਿਆ ਜਾ ਚੁੱਕਾ ਕਿ ਜਿੱਥੇ ਵੀ ਆਪ ਜਾਂਦੇ ਸਨ ਦੋ ਵਕਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਦੀਵਾਨ ਜ਼ਰੂਰ ਸਜਦਾ ਸੀ। ਆਪ ਵੀ ਕੀਰਤਨ ਕਰਦੇ ਸਨ, ਸ਼ਬਦ ਵੀ ਪੜ੍ਹਦੇ ਸਨ ਅਤੇ ਸੰਗਤ ਤੋਂ ਵੀ ਪੜਵਾਉਂਦੇ ਸਨ। ਆਪ ਜੀ ਦੇ ਹਰ ਸ਼ਬਦ ਪੜ੍ਹਨ ਦੇ ਪਿੱਛੇ ਕੋਈ ਭੇਦ ਹੁੰਦਾ ਸੀ, ਇੱਕ ਖਾਸ ਉਪਦੇਸ਼ ਹੁੰਦਾ ਸੀ। ਕਈ ਵਾਰ ਸੰਗਤ ਵਿੱਚ ਬੈਠੇ ਪ੍ਰੇਮੀਆਂ ਦੇ ਮਨ ਦੀ ਗੱਲ ਜਾਣ ਕੇ ਉਹਦੇ ਅਨੁਸਾਰ ਸ਼ਬਦ ਪੜ੍ਹਦੇ ਸਨ। ਸੰਸੇ ਵਾਲਿਆਂ ਦੇ ਸੰਸੇ ਮਿਟ ਜਾਂਦੇ ਸਨ, ਪ੍ਰਸ਼ਨ ਕਰਨ ਦੀ ਲੋੜ ਹੀ ਨਹੀਂ ਸੀ ਰਹਿੰਦੀ, ਮਨ ਬੁਰਾਈਆਂ ਵੱਲੋਂ ਰੁਕ ਜਾਂਦੇ ਸਨ, ਸਭ ਦੀਆਂ ਸੁਰਤੀਆਂ ਟਿਕ ਜਾਂਦੀਆਂ ਸਨ। ਇਕੱਲੇ ਦੁਕੱਲੇ ਵੀ ਜੇ ਕੋਈ ਪ੍ਰਸ਼ਨ ਕਰੇ ਜਾਂ ਕੋਈ ਗੱਲਬਾਤ ਛੇੜੇ ਤਾਂ ਆਪ ਆਮ ਤੌਰ ਪਰ ਕੋਈ ਯੋਗ ਤੁਕ ਹੀ ਪੜ੍ਹ ਦਿੰਦੇ ਸਨ ਉੱਤਰ ਵਜੋਂ। ਮਾਲਵੇ ਵਿੱਚ ਜਿੱਥੇ ਕਿ ਵਿੱਦਿਆ ਦਾ ਪ੍ਰਚਾਰ ਬਹੁਤ ਘੱਟ ਸੀ, ਉੱਥੇ ਦੇ ਲੋਕਾਂ ਪਰ ਸੰਤ ਜੀ ਦੇ ਉਪਦੇਸ਼ ਦਾ ਸਮੁੱਚਾ ਅਸਰ ਦੇਖਿਆ ਜਾਂਦਾ ਸੀ। ਗੁਰਬਾਣੀ ਤੇ ਗੁਰਬਾਣੀ ਪੜ੍ਹਨੀ ਸ਼ੁਰੂ ਹੋ ਗਈ। ਸੈਂਕੜੇ ਗੁਰਦੁਆਰੇ ਪਿੰਡਾਂ ਵਿੱਚ ਬਣ ਗਏ ਜਿੱਥੇ ਕਿ ਸੰਗਤ ਦਾ ਇਕੱਠ ਹੋਣ ਲੱਗਾ ਅਤੇ ਸਾਰੀ ਸੰਗਤ ਦਾ ਰਲ ਕੇ ਸ਼ਬਦ ਪੜ੍ਹਨ ਦਾ ਰਿਵਾਜ ਪੈ ਗਿਆ। ਸ਼ਬਦ ਕੀਰਤਨ ਦੇ ਜਥੇ ਵੀ ਬਣ ਗਏ, ਬੋਲੀ ਵਿੱਚ ਮਿਠਾਸ ਅਤੇ ਮਨ ਦੇ ਵਿੱਚ ਸੇਵਾ ਭਾਵ ਆ ਗਿਆ। ਸ਼ਰਾਬ ਅਤੇ ਹੋਰ ਕਈ ਭੈੜੀਆਂ ਆਦਤਾਂ ਬਹੁਤ ਘਟ ਗਈਆਂ। ਬਾਜੀਗਰ, ਭੰਡ, ਨਕਲੀਏ, ਮਦਾਰੀ ਆਪਣਾ ਖੇਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸ਼ਬਦ ਪੜ੍ਹਦੇ ਦੇਖੇ ਗਏ। ਬੈਲਾਂ ਨੂੰ ਹੱਕਣ ਲੱਗੇ ਡੰਡੇ ਤੇ ਗੰਦੀਆਂ ਗਾਲੀਆਂ ਦੀ ਥਾਂ ਤੇ ਬੋਲ ਵਾਹਿਗੁਰੂ ਵੀ ਸੁਣਿਆ ਜਾਂਦਾ ਸੀ। ਜਦ ਸੰਤ ਜੀ ਪਹਿਲੀ ਵਾਰ ਹੈਦਰਾਬਾਦ ਗਏ ਸਨ ਤਾਂ ਇੱਕ ਦਿਨ ਚਲੇ ਜਾਂਦੇ ਪਾਗਲਖਾਨੇ ਦੇ ਪਾਸ ਪਹੁੰਚ ਗਏ। ਇੱਕ ਦਿਨ ਪਾਗਲਖਾਨੇ ਦੇ ਪਾਸ ਪਹੁੰਚੇ ਤਾਂ ਕਰਮਚਾਰੀਆਂ ਤੋਂ ਪੁੱਛ ਕੇ ਆਪ ਅੰਦਰ ਪਾਗਲਾਂ ਦੇ ਪਾਸ ਗਏ। ਪਾਗਲ ਹਵਾਤਾਵਾ ਬੋਲਦੇ ਸਨ, ਸ਼ੋਰ ਮਚਾ ਰਹੇ ਸਨ,
ਸੰਤਾਂ ਨੇ ਉੱਥੇ ਸ਼ਬਦ ਗਾਇਆ, ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਭ ਕੀਤਾ। ਇਸ ਪਰ ਸਾਰੇ ਪਾਗਲ ਚੁੱਪ ਕਰ ਗਏ, ਹੋਸ਼ ਵਿੱਚ ਆ ਗਏ ਤੇ ਸੰਤਾਂ ਨੂੰ ਮੱਥਾ ਟੇਕ ਕੇ ਬੈਠ ਗਏ। ਫਿਰ ਸੰਤ ਜੀ ਨੇ ਕਰਮਚਾਰੀਆਂ ਨੂੰ ਕਿਹਾ ਕਿ ਇਹ ਹੁਣ ਪਾਗਲ ਨਹੀਂ ਰਹੇ, ਸਭ ਨੂੰ ਘਰੀ ਪਹੁੰਚਾ ਦੇਵੋ। ਜੋ ਉਹਨਾਂ ਨੇ ਮੰਨ ਲਿਆ, ਜੋ ਪਹਿਲੇ ਪਾਗਲ ਸਨ ਹੁਣ ਸੰਤ ਜੀ ਦੀ ਉਸਤਤ ਕਰਦੇ ਹੋਏ ਆਪਣੇ ਆਪਣੇ ਘਰਾਂ ਵਿੱਚ ਪਹੁੰਚ ਗਏ। ਇੱਕ ਵੇਰ ਕਿਸੇ ਪ੍ਰੇਮੀ ਦੀ ਬੇਨਤੀ ਪਰ ਸੰਤ ਜੀ ਕੁਹਾਟ ਗਏ। ਆਪ ਕੁਹਾਟ ਦੇ ਰੇਲਵੇ ਸਟੇਸ਼ਨ ਤੋਂ ਟਾਂਗੇ ਵਿੱਚ ਬੈਠ ਕੇ ਸ਼ਹਿਰ ਵੱਲ ਜਾ ਰਹੇ ਸਨ ਕਿ ਰਸਤੇ ਵਿੱਚ ਕੁਝ ਮੁਸਲਮਾਨ ਪਠਾਨ ਖੜੇ ਸਨ। ਉਹਨਾਂ ਪਠਾਣਾਂ ਨੇ ਸੰਤ ਜੀ ਦਾ ਟਾਂਗਾ ਰੁਕਵਾਇਆ ਅਤੇ ਪਸ਼ਤੋ ਬੋਲੀ ਦੇ ਵਿੱਚ ਹੀ ਕੁਝ ਬੇਨਤੀ ਕਰਨ ਲੱਗੇ। ਸੰਤ ਜੀ ਨੇ ਆਪਣੇ ਪ੍ਰੇਮੀਆਂ ਤੋਂ ਪੁੱਛਿਆ ਕਿ ਇਹ ਲੋਕ ਕੀ ਆਖਦੇ ਨੇ, ਤਾਂ ਉਹਨਾਂ ਨੇ ਦੱਸਿਆ ਕਿ ਇਹ ਲੋਕ ਭੁੱਖੇ ਹਨ, ਇਹ ਮੀਂਹ ਮੰਗਦੇ ਹਨ, 3 ਸਾਲ ਤੋਂ ਇਸ ਇਲਾਕੇ ਵਿੱਚ ਵਰਖਾ ਦੀ ਔੜ ਹੈ। ਤਾਂ ਸੰਤਾਂ ਨੇ ਪਠਾਣਾਂ ਨੂੰ ਕਿਹਾ ਕਿ ਜਾਓ ਖੁਦਾ ਦੀ ਬੰਦਗੀ ਕਰੋ, ਪਰ ਉਹ ਪਠਾਣ ਖੜੇ ਹੀ ਰਹੇ ਅਤੇ ਫਿਰ ਉਹੀ ਬੇਨਤੀ ਕੀਤੀ। ਕਹਿੰਦੇ ਆਪ ਖੁਦਾ ਦਾ ਨੂਰ ਹੋ, ਪਠਾਣ ਕਹਿਣ ਲੱਗੇ ਕਿ ਆਪ ਖੁਦਾ ਦਾ ਨੂਰ ਹੋ, ਮਿਹਰ ਕਰੋ। ਇਸ ਪਰ ਸੰਤ ਜੀ ਟਾਂਗੇ ਵਿੱਚ ਹੀ ਖੜੇ ਹੋ ਗਏ, ਸੰਤ ਜੀ ਟਾਂਗੇ ਵਿੱਚ ਹੀ ਖੜੇ ਹੋ ਗਏ ਤੇ ਸ਼ਬਦ ਗਾਇਆ, ਕਹਿੰਦੇ ਮੋਰ ਪਪੀਹੇ ਬੋਲਦੇ। ਇਹ ਵਾਲਾ ਸ਼ਬਦ ਸੰਤਾਂ ਨੇ ਗਾਇਆ। ਦੱਸਿਆ ਜਾਂਦਾ ਕਿ ਉਸੇ ਸਮੇਂ ਇੱਕ ਹਨੇਰੀ ਜਿਹੀ ਆਈ ਤੇ ਇੱਕ ਪਾਸੇ ਤੋਂ ਬੱਦਲ ਉੱਠੇ ਅਤੇ ਚੋਖੀ ਵਰਖਾ ਹੋ ਗਈ। ਅਕਾਲੀ ਮੋਰਚਾ ਫਤਿਹ ਹੋਣ ਤੋਂ ਮਗਰੋਂ 101 ਅਖੰਡ ਪਾਠਾਂ ਦੀ ਲੜੀ ਦਾ ਜਦ ਭੋਗ ਪੈਣਾ ਸੀ ਤਾਂ ਸੰਤ ਜੀ ਨੂੰ ਵੀ ਉਸ ਸਮੇਂ ਗੰਗਸਰ ਜੈਤੋਂ ਬੁਲਾਇਆ ਗਿਆ। ਇੱਕ ਦਿਨ ਸਜੇ ਦੀਵਾਨ ਦੇ ਵਿੱਚ ਸੰਗਤ ਨੇ ਆਪ ਜੀ ਦੇ ਪਾਸ ਬੇਨਤੀ ਕੀਤੀ ਕਿ ਇਸ ਸਾਲ ਪਾਣੀ ਦੀ ਤੰਗੀ ਹੋ ਰਹੀ ਹੈ, ਆਪ ਕੁਝ ਕਿਰਪਾ ਕਰੋ। ਸੰਤਾਂ ਨੇ ਉਸ ਸਮੇਂ ਇਹ ਸ਼ਬਦ ਉਚਾਰਨ ਕੀਤਾ ਅਤੇ ਨਾਲ ਸੰਗਤ ਪਾਸੋਂ ਵੀ ਪੜਵਾਇਆ, ਬਰਸੋ ਕਿਰਪਾ ਧਾਰ। ਪਰ ਇਸ ਪਰ ਬਹੁਤ ਵਰਖਾ ਹੋਈ। ਅਕਾਲੀ ਮੋਰਚੇ ਦੇ ਬਾਅਦ ਪੰਥ ਵਿੱਚ ਚੌਕੀ ਫੁੱਟ ਪੈ ਗਈ। ਵੱਖ ਵੱਖ ਅਕਾਲੀ ਧੜਿਆਂ ਦੇ ਸਿੰਘ ਆਪ ਪਾਸ ਆਏ ਅਤੇ ਬੇਨਤੀ ਕੀਤੀ ਕਿ ਆਪ ਇਸ ਦਾ ਕੁਝ ਉਪਾਅ ਦੱਸੋ। ਆਪ ਨੇ ਇਹੀ ਉੱਤਰ ਦਿੱਤਾ ਕਿ ਸਾਰੇ ਆਗੂ ਮਿਲ ਕੇ ਕੀਰਤਨ ਕਰੋ, ਗੁਰੂ ਦੀ ਸ਼ਰਨ ਲਵੋ, ਫਿਰ ਗੁਰੂ ਆਪੇ ਸੁਧਾਰ ਕਰੇਗਾ। ਇੱਕ ਵਾਰ ਮਾਲਵੇ ਦੇ ਇੱਕ ਪਿੰਡ ਵਿੱਚ ਦੀਵਾਨ ਸਜ ਰਿਹਾ ਸੀ, ਬਾਹਰ ਵਾਰ ਇੱਕ ਪੰਡਾਲ ਲੱਗਾ ਹੋਇਆ ਸੀ। ਕਿਸੇ ਇੱਕ ਧਨਾੜ ਜ਼ਿਮੀਂਦਾਰ ਦਾ ਨੌਜਵਾਨ ਪੁੱਤਰ ਘੋੜੇ ਪਰ ਸਵਾਰ ਹੋ ਕੇ ਉੱਧਰ ਆ ਗਿਆ। ਹੰਕਾਰ ਵਿੱਚ ਭਰੇ ਹੋਏ ਨੇ ਸੰਗਤ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਹੀ ਨਾ ਰੱਖਿਆ ਅਤੇ ਉਸੇ ਤਰ੍ਹਾਂ ਘੋੜੇ ਪਰ ਬੈਠਾ ਹੋਇਆ ਸੰਗਤ ਦੇ ਪਾਸ ਖੜਾ ਰਿਹਾ। ਜੋ ਸ਼ਬਦ ਸੰਤ ਜੀ ਉਸ ਵੇਲੇ ਪੜ੍ਹ ਰਹੇ ਸਨ ਉਹ ਪੂਰਾ ਕਰਕੇ ਫਿਰ ਆਪ ਜੀ ਨੇ ਇਹ ਸ਼ਬਦ ਗਾਇਆ, ਕਹਿੰਦੇ ਕਮਰ ਕਟਾਰਾ ਬੰਕੜਾ, ਬੰਕੇ ਕਾ ਅਸਵਾਰ, ਗਰਬ ਨਾ ਕੀਜੇ ਨਾਨਕਾ, ਮਤ ਸਿਰ ਆਵੇ ਭਾਰ। ਕੁਝ ਦੇਰ ਬਾਅਦ ਉਹ ਨੌਜਵਾਨ ਚਲਾ ਗਿਆ। ਅਜੇ ਥੋੜੀ ਦੂਰ ਗਿਆ ਸੀ ਕਿ ਕਿਸੇ ਕਾਰਨ ਉਹਦਾ ਘੋੜਾ ਤਰਬਕ ਕੇ ਦੌੜ ਭੱਜਾ। ਉਹ ਨੌਜਵਾਨ ਸੰਭਲ ਨਾ ਸਕਿਆ ਅਤੇ ਘੋੜੇ ਤੋਂ ਡਿੱਗ ਕੇ ਬੇਹੋਸ਼ ਹੋ ਗਿਆ। ਉਸ ਨੂੰ ਚੁੱਕ ਕੇ ਘਰ ਲਿਆਂਦਾ ਗਿਆ ਤੇ ਜਦੋਂ ਹੋਸ਼ ਆਈ ਤਾਂ ਬੋਲਿਆ ਕਿ ਮੇਰੀ ਭੁੱਲ ਸੰਤ ਜੀ ਪਾਸੋਂ ਬਖਸ਼ਾਓ। ਉਸ ਦੇ ਸੰਬੰਧੀ ਉਸ ਨੂੰ ਦੀਵਾਨ ਵਿੱਚ ਲੈ ਆਏ ਅਤੇ ਉਹਨੇ ਹੱਥ ਜੋੜ ਕੇ ਸੰਤ ਜੀ ਪਾਸ ਭੁੱਲ ਮੰਨੀ। ਸੰਤ ਜੀ ਨੇ ਬਚਨ ਕੀਤਾ ਕਿ ਸਾਰੀ ਸੰਗਤ ਦੇ ਜੋੜੇ ਝਾੜੋ, ਨਿਤ ਪ੍ਰਤੀ ਸੰਗਤ ਵਿੱਚ ਬੈਠ ਕੇ ਕੀਰਤਨ ਕਰੋ ਅਤੇ ਸੁਣੋ
ਗੁਰੂ ਬਖਸ਼ ਦੇਵੇਗਾ। ਆਪ ਜੀ ਕਿਸੇ ਪ੍ਰੇਮੀ ਨੇ ਆਪ ਜੀ ਦੇ ਕਿਸੇ ਪ੍ਰੇਮੀ ਨੇ ਉਸੇ ਪਿੰਡ ਦੇ ਵਸਨੀਕ ਆਪਣੇ ਇੱਕ ਜ਼ਿਮੀਂਦਾਰ ਸੰਬੰਧੀ ਦੀ ਲੜਕੀ ਦੇ ਆਨੰਦ ਕਾਰਜ ਪਰ ਸੰਤ ਜੀ ਨੂੰ ਬੁਲਾਇਆ। ਕਿਸੇ ਤਰ੍ਹਾਂ ਬਰਾਤ ਵਿੱਚ ਸ਼ਰਾਬ ਤੇ ਮਾਸ ਵਰਤ ਗਿਆ। ਸੰਤਾਂ ਨੇ ਉਸ ਪ੍ਰੇਮੀ ਨੂੰ 1 ਲੱਖ ਜਪਜੀ ਸਾਹਿਬ ਦੇ ਪਾਠ ਕਰਨ ਦੀ ਸਜ਼ਾ ਲਗਾਈ ਅਤੇ ਜ਼ਿਮੀਂਦਾਰ ਨੂੰ ਮੂਲ ਮੰਤਰ ਦਾ 1.25 ਲੱਖ ਪਾਠ ਕਰਨ ਦਾ ਦੰਡ ਲਾਇਆ। ਕਿਸੇ ਤਰ੍ਹਾਂ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ, ਕਿਸੇ ਨੂੰ ਸਹਿਜ ਪਾਠ, ਕਿਸੇ ਨੂੰ ਕੋਈ ਬਾਣੀ ਜਾਂ ਕਿਸੇ ਨੂੰ ਕੋਈ ਇੱਕ ਖਾਸ ਸ਼ਬਦ ਦਾ ਪਾਠ ਕਰਨ ਦੀ ਸਜ਼ਾ ਸੰਤ ਜੀ ਦਿੰਦੇ ਸਨ ਤਾਂ ਜੋ ਗੁਰਬਾਣੀ ਦੇ ਨਾਲ ਉਹਨਾਂ ਦਾ ਦੋਸ਼ ਧੋਤਾ ਜਾਵੇ ਅਤੇ ਮਨ ਵੀ ਸ਼ੁੱਧ ਹੋ ਜਾਵੇ। ਕੁਰਹਿਤ ਕਰਕੇ ਦੁਬਾਰਾ ਅੰਮ੍ਰਿਤ ਛਕਣ ਵਾਲਿਆਂ ਨੂੰ ਤਨਖਾਹ ਇਹੀ ਲਾਉਂਦੇ ਸਨ ਕਿ 5 ਬਾਣੀਆਂ ਅਤੇ ਪੂਰਾ ਆਨੰਦ ਸਾਹਿਬ ਕੰਠ ਕਰਨਾ ਤੇ ਰੋਜ਼ ਪੜ੍ਹਨਾ। ਕਿਸੇ ਨੂੰ ਇਸ ਤੋਂ ਬਿਨਾਂ ਕੁਝ ਹੋਰ ਵਾਧੂ ਗੁਰਬਾਣੀ ਦਾ ਪਾਠ ਕਰਨਾ ਵੀ ਦੱਸ ਦਿੰਦੇ ਸਨ। ਸੰਤ ਜੀ ਦੇ ਕੀਰਤਨ ਦਾ ਅਸਰ ਨਾ ਕੇਵਲ ਮਨੁੱਖ ਜਾਤੀ ਪਰ ਸਗੋਂ ਪਸ਼ੂਆਂ ਅਤੇ ਜੀਵਾਂ ਪਰ ਵੀ ਪੈਂਦਾ ਦੇਖਿਆ ਗਿਆ। ਜਦ ਕਨੋਹੇ ਦੇ ਪਾਸ ਝਿੜੀ ਦੇ ਵਿੱਚ ਸੰਤ ਜੀ ਤਪ ਪੂਰਾ ਕਰਨ ਦੇ ਬਾਅਦ ਕੁਟੀਆ ਦੇ ਬਾਹਰ ਸਜੇ ਹੋਏ ਦੀਵਾਨ ਵਿੱਚ ਬੈਠੇ ਕੀਰਤਨ ਕਰ ਰਹੇ ਸਨ ਤਾਂ ਉਸ ਝਿੜੀ ਦੇ ਨਾਗ ਨੇ ਆ ਕੇ ਸੰਤਾਂ ਦਾ ਆਸਨ ਛੋਹਿਆ ਅਤੇ ਵਾਪਸ ਚਲਾ ਗਿਆ। ਸੰਗਤ ਡਰ ਕੇ ਉੱਠਣ ਲੱਗੀ ਸੀ ਪਰ ਸੰਤ ਜੀ ਨੇ ਤਸੱਲੀ ਦਿੱਤੀ ਕਿ ਇਹ ਕੀਰਤਨ ਸੁਣਨ ਆਇਆ, ਹੁਣੇ ਚਲਾ ਜਾਵੇਗਾ। ਇੱਕ ਥਾਂ ਆਪ ਜੀ ਨੇ ਦੱਸਿਆ, ਇੱਕ ਥਾਂ ਆਪ ਜੀ ਨੇ ਲਿਖਿਆ ਕਿ ਆਪ ਦਰਿਆ ਦੇ ਕੰਢੇ ਬੈਠੇ ਜੁੜੀ ਹੋਈ ਸੰਗਤ ਵਿੱਚ ਕੀਰਤਨ ਕਰ ਰਹੇ ਸਨ ਕਿ ਇੱਕ ਬਹੁਤ ਵੱਡਾ ਕਾਲਾ ਠੂਹਾ ਦੀਵਾਨ ਦੇ ਵਿੱਚ ਆਇਆ ਤੇ ਸੰਤ ਜੀ ਦੇ ਚਰਨਾਂ ਦੇ ਉੱਪਰ ਦੀ ਹੁੰਦਾ ਹੋਇਆ ਆਪ ਜੀ ਦੇ ਮੋਢੇ ਪਰ ਚੜ੍ਹ ਕੇ ਫਿਰਦਾ ਰਿਹਾ। ਜਦ ਤੱਕ ਕੀਰਤਨ ਹੁੰਦਾ ਰਿਹਾ ਸੰਗਤ ਵਿੱਚੋਂ ਕਈ ਪ੍ਰੇਮੀਆਂ ਨੇ ਠੂਹੇ ਨੂੰ ਪਕੜ ਕੇ ਬਾਹਰ ਸੁੱਟਣ ਦੀ ਆਗਿਆ ਮੰਗੀ ਪਰ ਸੰਤਾਂ ਨੇ ਬਚਨ ਕੀਤਾ ਕਿ ਪ੍ਰੇਮੀ ਨੂੰ ਕੁਝ ਨਾ ਕਹੋ, ਆਨੰਦ ਲੈ ਕੇ ਆਪੇ ਚਲਾ ਜਾਵੇਗਾ। ਗੁਰਸਾਗਰ ਸਾਹਿਬ ਦੀ ਸੇਵਾ ਸਮੇਂ ਸੰਤ ਜੀ ਇੱਕ ਵਾਰ ਰੇਰੂ ਦੇ ਬ੍ਰਿਸ਼ ਹੇਠਾਂ ਬੈਠਦੇ ਸਨ, ਰੇਰੂ ਦੇ ਦਰਬ੍ਰਿਸ਼ ਹੇਠਾਂ ਬੈਠੇ ਹੋਏ ਸਨ ਤਾਂ ਇੱਕ ਦਿਨ ਆਪ ਜੀ ਨੇ ਉਸ ਬ੍ਰਿਸ਼ ਨੂੰ ਸੰਬੋਧਨ ਕਰਦੇ ਸੁਣਿਆ ਕਿ ਪ੍ਰੇਮੀਆਂ ਹੁਣ ਇਹ ਕੰਡਿਆਂ ਵਾਲੀ ਬਾਣ ਛੱਡ ਦੇ। ਸੰਤ ਜੀ ਨੇ ਉਸ ਬ੍ਰਿਸ਼ ਨੂੰ ਸੰਬੋਧਨ ਕਰਕੇ ਕਿਹਾ ਕਿ ਪ੍ਰੇਮੀਆਂ ਇਹ ਕੰਡਿਆਂ ਵਾਲੀ ਬਾਣ ਛੱਡ ਦੇ। ਆਖਦੇ ਨੇ ਕਿ ਇਸ ਦੀਆਂ ਲੰਮੀਆਂ ਸੂਲਾਂ ਸਭ ਝੜ ਗਈਆਂ, ਹੁਣ ਕੋਈ ਛੋਟਾ ਛੋਟਾ ਕੰਡਾ ਹੀ ਕਿਤੇ ਨਜ਼ਰ ਆਉਂਦਾ ਹੈ। ਸ਼ਬਦ ਦੀ ਸ਼ਕਤੀ ਅਤੇ ਸ਼ਬਦ ਦੇ ਅਸਰ ਨੂੰ ਪ੍ਰਗਟ ਕਰਨ ਵਾਲੀਆਂ ਅਨੇਕਾਂ ਹੀ ਹੋਰ ਘਟਨਾਵਾਂ ਸੁਣਨ ਵਿੱਚ ਆਉਂਦੀਆਂ ਨੇ। ਸੰਤ ਜੀ ਇਸ ਸ਼ਬਦ ਨੂੰ ਵਧੇਰੇ ਕਰਕੇ ਪੜ੍ਹਿਆ ਕਰਦੇ ਸਨ, ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਰ ਸਵਾਰੇ। ਕੁਦਰਤੀ ਗੱਲ ਹੈ ਕਿ ਸੰਤ ਜੀ ਗੁਰਬਾਣੀ ਦਾ ਬਹੁਤ ਜ਼ਿਆਦਾ ਅਦਬ ਕਰਦੇ ਸਨ, ਕਈ ਵਾਰ ਆਪ ਜੀ ਨੂੰ ਗੁਟਕੇ ਵੀ ਸੀਸ ਪਰ ਰੱਖਦੇ ਹੋਏ ਦੇਖਿਆ ਗਿਆ। ਜਿਸ ਸ਼ਹਿਰ ਜਾਂ ਪਿੰਡ ਵਿੱਚ ਆਪ ਜੀ ਦੇ ਪਹੁੰਚਣ ਦਾ ਪਤਾ ਪਹਿਲਾਂ ਲੱਗ ਜਾਵੇ ਤਾਂ ਸਵਾਗਤ ਕਰਨ ਵਾਲੀ ਸੰਗਤ ਦਾ ਇੱਕ ਬਹੁਤ ਵੱਡਾ ਇਕੱਠ ਹੋ ਜਾਂਦਾ ਸੀ, ਜਿਸ ਵਿੱਚ ਕਈ ਥਾਂ ਬੈਂਡ ਬਾਜੇ ਆਦਿਕ ਵੀ ਹੁੰਦੇ ਸਨ ਅਤੇ ਆਪ ਜੀ ਦੀ ਸਵਾਰੀ ਲਈ ਮੋਟਰਾਂ, ਬੱਗੀਆਂ ਜਾਂ ਸਜੇ ਹੋਏ ਹਾਥੀ ਵੀ ਹੁੰਦੇ ਸਨ ਅਤੇ ਇੱਕ ਵੱਡੇ ਜਲੂਸ ਦੀ ਸ਼ਕਲ ਬਣ ਜਾਂਦੀ ਸੀ। ਪਰ ਜਿਸ ਜਲੂਸ ਵਿੱਚ ਕੀਰਤਨ ਕਰਨ ਵਾਲੇ ਜਥੇ ਹੋਣ ਉੱਥੇ ਆਪ ਕੋਈ ਸਵਾਰੀ ਗ੍ਰਹਿਣ ਨਹੀਂ ਕਰਦੇ ਸਨ, ਸਗੋਂ ਗੁਰਬਾਣੀ ਦਾ ਆਦਰ ਕਰਦੇ ਹੋਏ ਪੈਦਲ ਹੀ ਚੱਲਦੇ ਸਨ। ਜਿਸ ਸ਼ਹਿਰ ਵਿੱਚ ਆਪ ਨੇ ਸਟੇਸ਼ਨ ਤੋਂ ਸਿੱਧੇ ਕਿਸੇ ਇਤਿਹਾਸਿਕ ਗੁਰਦੁਆਰੇ ਜਾਣਾ ਹੁੰਦਾ ਸੀ
ਉੱਥੇ ਵੀ ਆਪ ਸਾਰੀਆਂ ਸਵਾਰੀਆਂ ਛੱਡ ਕੇ ਕੀਰਤਨ ਕਰਦੇ ਹੋਏ ਪੈਦਲ ਹੀ ਜਾਂਦੇ ਸਨ। ਜੀ, ਦਿੱਲੀ ਸਟੇਸ਼ਨ ਤੋਂ ਆਪ ਕਈ ਵਾਰ ਸੀਸਗੰਜ ਗੁਰਸਾਹਿਬ ਗੁਰਦੁਆਰੇ ਗਏ, ਅੰਮ੍ਰਿਤਸਰ ਦਰਬਾਰ ਸਾਹਿਬ ਗਏ ਜਾਂ ਆਨੰਦਪੁਰ ਸਾਹਿਬ, ਜੈਤੋਂ, ਹਜੂਰ ਸਾਹਿਬ ਆਦਿ ਗਏ ਤਾਂ ਜਲੂਸ ਵਿੱਚ ਆਪ ਲਈ ਅਨੇਕਾਂ ਸਵਾਰੀਆਂ ਹੁੰਦੇ ਹੋਏ ਵੀ ਆਪ ਪੈਦਲ ਹੀ ਕੀਰਤਨ ਕਰਦੇ ਜਾਇਆ ਕਰਦੇ ਸਨ। ਜਦ ਆਪ ਜੀ ਕਿਸੇ ਪਿੰਡ ਜਾਂ ਨਗਰ ਜਾਂਦੇ ਤਾਂ ਉੱਥੇ ਦੀ ਸੰਗਤ ਕੀਰਤਨ ਕਰਦੀ ਹੋਈ ਬਸਤੀ ਦੇ ਬਾਹਰ ਆਪ ਜੀ ਦੇ ਸਵਾਗਤ ਲਈ ਆ ਜਾਂਦੀ ਸੀ। ਸੰਤ ਜੀ ਨੂੰ ਜਿਸ ਵੇਲੇ ਕੀਰਤਨ ਦੀ ਆਵਾਜ਼ ਸੁਣਾਈ ਦੇਵੇ, ਆਪ ਉਸੇ ਥਾਂ ਤੇ ਹੀ ਰੱਥ ਜਾਂ ਪਾਲਕੀ ਆਦਿਕ ਦੀ ਸਵਾਰੀ ਤੋਂ ਉਤਰ ਕੇ ਬਾਣੀ ਦਾ ਅਦਬ ਕਰਨ ਲਈ ਪੈਦਲ ਹੋ ਜਾਂਦੇ ਸਨ। ਇੱਕ ਵਾਰ ਗੁਰਸਾਗਰ ਸਾਹਿਬ ਵਿਖੇ ਕੁਝ ਬਾਜੀਗਰ ਆਪਣਾ ਖੇਲ ਸੰਤ ਜੀ ਨੂੰ ਦਿਖਾਉਣ ਵਾਸਤੇ ਆਏ ਅਤੇ ਖੇਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸ਼ਬਦ ਖੜੇ ਹੋ ਕੇ ਉਹਨਾਂ ਨੇ ਗਾਇਆ। ਸੰਤ ਜੀ ਉਸ ਸਮੇਂ ਸਰੋਵਰ ਦੇ ਕੰਢੇ ਪਲੰਘ ਪਰ ਬੈਠੇ ਸਨ। ਆਪ ਉਸੇ ਵੇਲੇ ਸ਼ਬਦ ਦੇ ਅਦਬ ਵਿੱਚ ਖੜੇ ਹੋ ਗਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੇ ਕੋਈ ਆਪ ਜੀ ਨੂੰ ਮੱਥਾ ਟੇਕੇ ਤਾਂ ਆਪ ਬਹੁਤ ਦੁੱਖ ਮੰਨਦੇ ਸਨ। ਆਪ ਅਕਸਰ ਸੰਗਤ ਵਿੱਚ ਬੇਨਤੀ ਕਰਦੇ ਰਹਿੰਦੇ ਸਨ ਕਿ ਕੋਈ ਸਾਡੇ ਪੈਰਾਂ ਨੂੰ ਹੱਥ ਨਾ ਲਾਵੇ, ਖਾਸ ਤੌਰ ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ। ਇੱਕ ਵਾਰ ਆਪ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਕਿੰਨੀ ਦੇਰ ਹੀ ਆਪਣਾ ਮਸਤਕ ਰਗੜਦੇ ਰਹੇ ਕਿ ਨੀਲਾ ਚਟਾਕਾ ਵੀ ਪੈ ਗਿਆ। ਕਿਸੇ ਦੇ ਕਾਰਨ ਪੁੱਛਣ ਪਰ ਆਪ ਨੇ ਬਚਨ ਕੀਤਾ ਕਿ ਦਰਬਾਰ ਸਾਹਿਬ ਵਿੱਚ ਉਹਨਾਂ ਨੂੰ ਸੰਗਤ ਮੱਥਾ ਟੇਕਦੀ ਹੈ, ਜੋ ਕਿ ਸਾਡੇ ਪਰ ਇੱਕ ਭਾਰ ਹੈ, ਅਸੀਂ ਇਹ ਭਾਰ ਗੁਰੂ ਦੇ ਅੱਗੇ ਉਤਾਰਦੇ ਹਾਂ। ਇਹ ਸੱਚ ਹੈ ਕਿ ਗੁਰਬਾਣੀ ਦਾ ਜਿੰਨਾ ਵੀ ਅਦਬ ਕੀਤਾ ਜਾਵੇ ਥੋੜਾ ਹੈ। ਅਦਬ ਰੱਖਣ ਨਾਲ ਸ਼ਰਧਾ ਵੱਧਦੀ ਹੈ ਅਤੇ ਜਿਸ ਦੇ ਮਨ ਵਿੱਚ ਵਿਸ਼ਵਾਸ ਤੇ ਸ਼ਰਧਾ ਹੈ ਉਹ ਜ਼ਰੂਰ ਹੀ ਅਦਬ ਕਰੇਗਾ। ਅੱਜ ਕੱਲ੍ਹ ਦੇ ਦਿਨਾਂ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਖਰੇ ਕਮਰੇ ਵਿੱਚ ਨਿਯਮ ਸਹਿਤ ਨਾ ਅਸਥਾਪਨ ਕਰਨ ਵਾਲੇ, ਮੇਜ਼ ਕੁਰਸੀ ਪਰ ਬੈਠ ਕੇ ਪਾਠ ਕਰਨ ਵਾਲੇ ਜਾਂ ਪੋਥੀਆਂ ਵਾਂਗ ਰੱਖਣ ਵਾਲੇ ਅਤੇ ਪਾਠ ਕਰਨ ਵਾਲੇ, ਪਰ ਗੁਰੂ ਜੀ ਦੇ ਸਿੱਖ ਅਖਵਾਉਣ ਵਾਲੇ ਲੋਕਾਂ ਲਈ ਇੱਕ ਸਖਤ ਚੇਤਾਵਨੀ ਹੈ ਕਿ ਜੇਕਰ ਉਹ ਸੱਚਮੁੱਚ ਇਸ ਬਾਣੀ ਦਾ ਪੂਰਾ ਲਾਭ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਸੰਤ ਅਤਰ ਸਿੰਘ ਜੀ ਤੋਂ ਮਿਲੀ ਹੋਈ ਸਿੱਖਿਆ ਨੂੰ ਗ੍ਰਹਿਣ ਕਰਨ, ਗੁਟਕਿਆਂ ਨੂੰ ਜ਼ਮੀਨ ਪਰ ਰੱਖਣ ਵਾਲੇ ਵੀ ਇਹ ਗੱਲ ਨੋਟ ਕਰ ਲੈਣ। ਸੰਤ ਅਤਰ ਸਿੰਘ ਜੀ ਦਾ ਪ੍ਰਭਾਵ ਕੇਵਲ ਸਿੱਖਾਂ ਵਿੱਚ ਹੀ ਨਹੀਂ ਸੀ, ਸਗੋਂ ਹਿੰਦੂ, ਮੁਸਲਮਾਨ, ਸਮਾਜੀ, ਸਨਾਤਨੀ ਆਦਿਕ ਅਤੇ ਸਾਧੂ ਫਕੀਰਾਂ ਵਿੱਚ ਵੀ ਆਪ ਦੇ ਉਪਦੇਸ਼ ਅਤੇ ਸ਼ਬਦਾਂ ਦਾ ਅਸਰ ਹੁੰਦਾ ਸੀ। ਆਪ ਇਹਨਾਂ ਸਾਰਿਆਂ ਵੱਲੋਂ ਸਤਿਕਾਰੇ ਜਾਂਦੇ ਸਨ। ਅਸੀਂ ਪਾਠਕਾਂ ਦੀ ਦਿਲਚਸਪੀ ਵਾਸਤੇ ਉਦਾਹਰਣਾਂ ਮਾਤਰ ਕੁਝ ਇੱਕ ਹਾਲਾਤ ਇੱਥੇ ਦੱਸਦੇ ਹਾਂ। ਕਹਿੰਦੇ ਸੰਤ ਜੀ ਇੱਕ ਵਾਰ ਕਿਸੇ ਸ਼ਹਿਰ ਜਾਂਦੇ ਹੋਏ ਰਸਤੇ ਵਿੱਚ ਪਿੰਡ ਮਨਿੰਦ ਠਹਿਰੇ, ਜੋ ਕਿ ਬ੍ਰਾਹਮਣਾਂ ਦੀ ਬਸਤੀ ਸੀ। ਆਪ ਜੀ ਨੇ ਉੱਥੇ ਵੀ ਦੀਵਾਨ ਸਜਾਇਆ, ਜਿਸ ਦੇ ਮਗਰੋਂ 50 ਬ੍ਰਾਹਮਣ ਅੰਮ੍ਰਿਤ ਪਾਨ ਕਰਕੇ ਸਿੰਘ ਸਜਣ ਲਈ ਤਿਆਰ ਹੋ ਗਏ। ਆਪ ਇਸ ਪਿੰਡ ਵਿੱਚ ਕਈ ਦਿਨ ਠਹਿਰੇ ਅਤੇ ਉੱਥੇ ਇੱਕ ਗੁਰਦੁਆਰਾ ਵੀ ਬਣਾਇਆ। ਇਹ ਅਸੀਂ ਪਹਿਲੇ ਦੱਸ ਆਏ ਹਾਂ ਕਿ ਆਪ ਜੀ ਦੇ ਸਜਾਏ ਹੋਏ ਦੀਵਾਨ ਵਿੱਚ ਆਪ ਦੀ ਉਸਤਤੀ ਸੁਣ ਕੇ ਹਰ ਮਤ ਦੇ ਲੋਕ ਆ ਜਾਂਦੇ ਸਨ ਅਤੇ ਲਾਭ ਪ੍ਰਾਪਤ ਕਰਦੇ ਸਨ। ਕਈ ਵੇਰ ਹਿੰਦੂ ਵੀਰ ਸੰਤ ਜੀ ਨੂੰ ਆਪਣੇ ਮੰਦਿਰਾਂ ਵਿੱਚ ਦਰਸ਼ਨ ਦੇਣ ਲਈ ਬੇਨਤੀ ਕਰਦੇ ਸਨ। ਕਈ ਵਾਰ ਹਿੰਦੂ ਵੀਰ ਸੰਤ ਜੀ ਨੂੰ ਆਪਣੇ ਮੰਦਿਰਾਂ ਵਿੱਚ ਦਰਸ਼ਨ ਦੇਣ ਲਈ ਬੇਨਤੀ ਕਰਦੇ ਸਨ। ਆਪ ਮੰਨ ਲੈਂਦੇ ਸਨ ਅਤੇ ਉੱਥੇ ਵੀ ਗੁਰਬਾਣੀ ਦਾ ਕੀਰਤਨ ਕਰਕੇ ਕੁਝ ਵਿਆਖਿਆ ਅਤੇ ਉਪਦੇਸ਼ ਦੇ ਕੇ ਗੁਰਬਾਣੀ ਦੇ ਗਿਆਨ ਦਾ ਹੀ ਪ੍ਰਕਾਸ਼ ਕਰਦੇ ਸਨ। ਬਹੁਤ ਸਾਰੇ ਸੱਜਣ ਆਪ ਜੀ ਨੂੰ ਆਪਣੇ ਗ੍ਰਹਿ ਵਿਖੇ ਪ੍ਰਸ਼ਾਦਾ ਛਕਾਉਣ ਲਈ ਬਹੁਤ ਚਾਹਵਾਨ ਹੁੰਦੇ ਸਨ। ਆਪ ਸਭ ਦੀ ਬੇਨਤੀ ਮੰਨ ਲੈਂਦੇ ਸਨ।
ਜਦੋਂ ਕੋਈ ਮੁਸਲਮਾਨ ਪ੍ਰੇਮੀ ਵੀ ਇੱਛਾ ਪ੍ਰਗਟ ਕਰੇ, ਜਦੋਂ ਕੋਈ ਮੁਸਲਮਾਨ ਪ੍ਰੇਮੀ ਵੀ ਇੱਛਾ ਪ੍ਰਗਟ ਕਰੇ ਤਾਂ ਉਸ ਪਾਸੋਂ ਰਸਦ ਮੰਗਵਾ ਕੇ ਸਿੰਘਾਂ ਤੋਂ ਪ੍ਰਸ਼ਾਦਾ ਸਜਵਾ ਲੈਂਦੇ ਸਨ। ਪੰਜਾਬ ਅਤੇ ਸਿੰਧ ਦੇ ਕਈ ਸ਼ਹਿਰਾਂ ਤੋਂ ਬਿਨਾਂ ਕਲਕੱਤਾ, ਬੰਬਈ, ਬਨਾਰਸ, ਹਾਥਰਸ ਆਦਿਕ ਭਾਵ ਜਿੱਥੇ ਵੀ ਆਪ ਜਾਂਦੇ, ਸ਼ਹਿਰ ਦੇ ਬਹੁਤ ਸਾਰੇ ਹਿੰਦੂ ਸੇਠ ਮਹਾਜਨ ਆਦਿਕ ਵਾਰੀ ਵਾਰੀ ਆਪਣੇ ਘਰਾਂ ਵਿੱਚ ਸੰਤ ਜੀ ਨੂੰ ਬੁਲਾ ਕੇ ਪ੍ਰਸ਼ਾਦਾ ਛਕਾਉਂਦੇ ਸਨ। ਜਿਸ ਘਰ ਵਿੱਚ ਸੰਤ ਜੀ ਜਾਂਦੇ ਸਨ ਉੱਥੇ ਹੀ ਸੰਗਤ ਵਾਸਤੇ ਵੀ ਲੰਗਰ ਸਜਦਾ ਸੀ ਅਤੇ ਉਸ ਦਿਨ ਦਾ ਦੀਵਾਨ ਵੀ ਉਸੇ ਘਰ ਹੀ ਲੱਗਦਾ ਸੀ। ਜੇ ਘਰ ਦੇ ਅੰਦਰ ਜਗ੍ਹਾ ਘੱਟ ਹੋਵੇ ਤਾਂ ਬਾਹਰ ਵਾਰ ਯੋਗ ਥਾਂ ਪਰ ਇਹ ਪ੍ਰੋਗਰਾਮ ਨਿਭਾਇਆ ਜਾਂਦਾ ਸੀ। ਇਸ ਤਰ੍ਹਾਂ ਵੀ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਿੱਖੀ ਦਾ ਚੋਖਾ ਪ੍ਰਚਾਰ ਹੋਇਆ। ਹਾਥਰਸ ਦੇ ਰਾਜੇ ਦੇ ਲੜਕੇ ਤੇ ਲੜਕੀ ਨੇ ਵੀ ਅੰਮ੍ਰਿਤ ਸੰਗਰੂਰ ਵਿਖੇ ਆ ਕੇ ਛਕਿਆ। ਪੰਜਾਬ ਅਤੇ ਪੋਠੋਹਾਰ ਦੇ ਇਲਾਕੇ ਵਿੱਚ ਕਈ ਮਤਾਂ ਦੇ ਸਾਧੂ ਆਪਣੇ ਡੇਰੇ ਜਾਂ ਮੱਠਾਂ ਦੇ ਵਿੱਚ ਸੰਤ ਜੀ ਨੂੰ ਬੁਲਾ ਕੇ ਠਹਿਰਾਉਂਦੇ ਸਨ। ਉੱਥੇ ਵੀ ਦੀਵਾਨ ਸਜਦੇ, ਕੀਰਤਨ ਹੁੰਦਾ ਤੇ ਭੰਡਾਰਾ ਵੀ ਹੁੰਦਾ। ਸਨ 1914 ਦੇ ਵਿੱਚ ਬਨਾਰਸ ਦੇ ਸੇਠ ਸਾਲਗ੍ਰਾਮ ਸਿੰਘ ਜੀ ਵੱਲੋਂ ਬੇਨਤੀ ਪਹੁੰਚਣ ਪਰ ਆਪ ਬਨਾਰਸ ਗਏ। ਸਟੇਸ਼ਨ ਪਰ ਆਪ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਜਲੂਸ ਦੀ ਸ਼ਕਲ ਵਿੱਚ ਆਪ ਜੀ ਨੂੰ ਸ਼ਹਿਰ ਲਿਆਏ। ਆਪ ਦੀ ਬੱਗੀ ਨੂੰ ਲੋਕਾਂ ਨੇ ਆਪਣੇ ਹੱਥਾਂ ਦੇ ਨਾਲ ਖਿੱਚਿਆ। ਜੋ ਰਾਜੇ ਬਨਾਰਸ ਪਹੁੰਚੇ ਹੋਏ ਸਨ ਉਹਨਾਂ ਨੇ ਵੀ ਆ ਕੇ ਮੱਥਾ ਟੇਕਿਆ। ਬਨਾਰਸ ਯੂਨੀਵਰਸਿਟੀ ਦੀ ਬਿਲਡਿੰਗ ਦਾ ਬੁਨਿਆਦੀ ਪੱਥਰ ਰੱਖਣ ਵਾਸਤੇ ਆਪ ਜੀ ਦੇ ਪਾਸ ਬੇਨਤੀ ਕੀਤੀ ਗਈ। ਆਪ ਜੀ ਨੇ ਪਹਿਲੇ ਉਸ ਸਥਾਨ ਪਰ ਇੱਕ ਪੰਡਾਲ ਲਗਵਾਇਆ ਅਤੇ ਅਖੰਡ ਪਾਠ ਕਰਵਾਇਆ, ਜਿਸ ਦੀ ਸਮਾਪਤੀ ਪਰ ਸੰਤ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਅਤੇ ਆਪਣੇ ਹੱਥੀ ਬੁਨਿਆਦ ਰੱਖੀ। ਰਾਮਨਗਰ ਦੇ ਰਾਜੇ ਨੇ, ਜਿਸ ਨੇ ਕਿ ਯੂਨੀਵਰਸਿਟੀ ਦੀ ਬਿਲਡਿੰਗ ਵਾਸਤੇ ਜ਼ਮੀਨ ਦਿੱਤੀ ਸੀ, ਸੰਤ ਜੀ ਦੇ ਚਰਨ ਆਪਣੇ ਮਹਿਲਾਂ ਵਿੱਚ ਪੁਆਏ ਅਤੇ ਪ੍ਰਸ਼ਾਦ ਛਕਾਇਆ। ਸਨ 1911 ਦੇ ਵਿੱਚ ਗੱਦੀ ਪਰ ਬੈਠਣ ਸਮੇਂ ਜਦੋਂ ਜਾਰਜ ਪੰਚਮ ਹਿੰਦੁਸਤਾਨ ਵਿੱਚ ਆਇਆ ਤਾਂ ਦਿੱਲੀ ਦੇ ਵਿੱਚ ਇੱਕ ਦਰਬਾਰ ਹੋਇਆ। ਇਸ ਸਮੇਂ ਪਰ ਪੰਜਾਬ ਦੇ ਰਾਜਿਆਂ ਨੂੰ ਵੀ ਬੁਲਾਇਆ ਗਿਆ, ਜੋ ਕਿ ਦਿੱਲੀ ਜਾਂਦੇ ਹੋਏ ਸੰਤ ਜੀ ਨੂੰ ਵੀ ਬੇਨਤੀ ਕਰਕੇ ਆਪਣੇ ਨਾਲ ਦਿੱਲੀ ਲੈ ਗਏ। ਦਿੱਲੀ ਵਿੱਚ ਰਾਜਿਆਂ ਦੇ ਠਹਿਰਨ ਲਈ ਜਮੁਨਾ ਦਰਿਆ ਦੇ ਕਿਨਾਰੇ ਪਰ ਕੈਂਪ ਲੱਗੇ ਹੋਏ ਸਨ। ਸੰਤ ਜੀ ਦਾ ਕੈਂਪ ਵੀ ਉੱਥੇ ਹੀ ਇੱਕ ਵੱਖਰੇ ਪਾਸੇ ਲਗਵਾ ਦਿੱਤਾ ਗਿਆ ਤੇ ਨਾਲ ਹੀ ਸ਼ਮਿਆਨੇ ਲਗਵਾ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰਵਾ ਦਿੱਤਾ। ਸੰਤ ਜੀ ਇਸ ਸਥਾਨ ਪਰ ਦੋਨੋਂ ਵੇਲੇ ਦੀਵਾਨ ਸਜਾਉਂਦੇ ਰਹੇ। ਦਰਬਾਰ ਵਿੱਚ ਸ਼ਾਮਲ ਹੋਣ ਲਈ ਹਿੰਦੁਸਤਾਨ ਭਰ ਦੇ ਰਾਜੇ, ਰਈਸ ਆਦਿ ਆਏ ਹੋਏ ਸਨ, ਜੋ ਕਿ ਸੰਤ ਜੀ ਦੇ ਦਰਸ਼ਨਾਂ ਲਈ ਆਉਂਦੇ ਅਤੇ ਉਪਦੇਸ਼ ਵੀ ਪ੍ਰਾਪਤ ਕਰਦੇ। ਜਦ ਸਰਕਾਰੀ ਦਰਬਾਰ ਵਿੱਚ ਜਾਣ ਵਾਲਿਆਂ ਦਾ ਜਲੂਸ ਤਿਆਰ ਹੋਇਆ ਤਾਂ ਸੰਤ ਜੀ ਦੇ ਲਈ ਇੱਕ 4 ਘੋੜਿਆਂ ਵਾਲੀ ਗੱਡੀ ਦਾ ਪ੍ਰਬੰਧ ਕੀਤਾ ਗਿਆ। ਦਰਬਾਰ ਵਿੱਚ ਪਹੁੰਚਣ ਪਰ ਸੰਤ ਜੀ ਨੂੰ ਰਾਜਿਆਂ ਦੇ ਸੱਜੇ ਪਾਸੇ ਇੱਕ ਮਖਮਲੀ ਸੁਨਹਿਰੀ ਕੁਰਸੀ ਪਰ ਬਿਠਾਇਆ ਗਿਆ। ਜਦੋਂ ਜਾਰਜ ਪੰਚਮ ਰਾਜਿਆਂ ਦੇ ਪਾਸ ਦੀ ਲੰਘਿਆ ਤਾਂ ਸਭ ਨੇ ਵਾਰੀ ਵਾਰੀ ਖੜੇ ਹੋ ਕੇ ਨਮਸਕਾਰ ਕੀਤੀ, ਪਰ ਉਹ ਸੰਤ ਜੀ ਦੇ ਪਾਸ ਪਹੁੰਚ ਜਦੋਂ ਸੰਤ ਜੀ ਦੇ ਪਾਸ ਪਹੁੰਚਾ ਤਾਂ ਆਪ ਬੈਠੇ ਰਹੇ। ਪੁੱਛਣ ਪਰ ਜਦ ਜਾਰਜ ਨੂੰ ਦੱਸਿਆ ਗਿਆ ਕਿ ਆਪ ਇੱਕ ਪੂਜਿਆ ਸੰਤ ਹਨ ਤਾਂ ਉਸ ਨੇ ਆਪਣਾ ਟੋਪ ਉਤਾਰ ਕੇ ਆਦਰ ਕੀਤਾ। ਦੂਸਰੇ ਦਿਨ ਜਦੋਂ ਫਿਰ ਸਾਰੇ ਰਾਜੇ ਆਦਿਕਾਂ ਦਾ ਜਲੂਸ ਕਿਲੇ ਵੱਲ ਚੱਲਿਆ ਤਾਂ ਸੰਤ ਜੀ ਨੂੰ ਸਭ ਤੋਂ ਅੱਗੇ ਇੱਕ ਸਜੇ ਹੋਏ ਹਾਥੀ ਪਰ ਬਿਰਾਜਮਾਨ ਕਰਾਇਆ ਗਿਆ। ਇਸ ਤਰ੍ਹਾਂ ਦਿੱਲੀ ਦੇ ਦਰਬਾਰ ਸਮੇਂ ਸੰਤ ਜੀ ਦਾ ਬਹੁਤ ਮਾਣ ਕੀਤਾ ਗਿਆ, ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਮਾਣ ਬਖਸ਼ਿਆ
ਸਾਰੀ ਖਲਕਤ ਹੀ ਉਹਨਾਂ ਦਾ ਮਾਣ ਕਰਦੀ ਹੈ। ਸਿੱਖ ਐਜੂਕੇਸ਼ਨ ਕਾਨਫਰੰਸ ਹਰ ਸਾਲ ਵੱਖ ਵੱਖ ਸ਼ਹਿਰਾਂ ਵਿੱਚ ਲੱਗਣੀ ਸ਼ੁਰੂ ਹੋ ਗਈ ਸੀ। ਸੰਤ ਜੀ ਦੇ ਜੀਵਨ ਵਿੱਚ ਜਿੰਨੀ ਵਾਰੀ ਵੀ ਇਹ ਕਾਨਫਰੰਸ ਹੁੰਦੀ ਰਹੀ, ਆਪ ਜੀ ਨੂੰ ਹਰ ਸਾਲ ਉਚੇਚਾ ਬੁਲਾਇਆ ਜਾਂਦਾ ਸੀ। ਆਪ ਜੀ ਦੇ ਪਹੁੰਚਣ ਪਰ ਸਟੇਸ਼ਨ ਪਰ ਆਪ ਦਾ ਇੱਕ ਵੱਡਾ ਸਵਾਗਤ ਹੁੰਦਾ ਅਤੇ ਜਲੂਸ ਕੱਢਿਆ ਜਾਂਦਾ। ਸੰਤ ਜੀ ਉੱਥੇ ਵੀ ਇੱਕ ਵੱਖਰੀ ਥਾਂ ਸਵੇਰੇ ਸਵੇਰੇ ਸ਼ਾਮ ਦੀਵਾਨ ਸਜਾਉਂਦੇ। ਜਦ ਦਿਨ ਨੂੰ ਆਪ ਕਾਨਫਰੰਸ ਦੇ ਪੰਡਾਲ ਵਿੱਚ ਆਉਂਦੇ ਤਾਂ ਸਾਰੇ ਖੜੇ ਹੋ ਕੇ ਆਪ ਜੀ ਦਾ ਸਵਾਗਤ ਕਰਦੇ ਅਤੇ ਕੁਚੇਚੀ ਕੀਮਤੀ ਕੁਰਸੀ ਪਰ ਆਪ ਨੂੰ ਬਿਠਾਇਆ ਜਾਂਦਾ। ਬੈਠ ਕੇ ਫਿਰ ਆਪ ਹਰ ਸਾਲ ਹੀ ਪਹਿਲਾਂ ਇਹ ਸ਼ਬਦ ਉਚਾਰਨ ਕਰਦੇ ਹਨ ਕਿ ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਸ਼ਾਇਦ ਇਸ ਲਈ ਕਿ ਕਾਨਫਰੰਸ ਵਿੱਚ ਹਰ ਮਤ ਦੇ ਲੋਕ ਸ਼ਾਮਲ ਹੁੰਦੇ ਸਨ। ਸ਼ਬਦ ਪੜਨ ਦੇ ਮਗਰੋਂ ਆਪ 15 ਮਿੰਟਾਂ ਲਈ ਗੁਪਤ ਜਾਪ ਕਰਾਉਂਦੇ, ਫਿਰ ਉਪਦੇਸ਼ ਦਿੰਦੇ ਕਿ ਆਪ ਸਭ ਇਸ ਜਾਪ ਨੂੰ ਰੋਜ਼ ਕਰਿਆ ਕਰੋ ਅਤੇ ਜਾਪ ਦੇ ਸਮੇਂ ਨੂੰ ਨਿੱਤ ਵਧਾਉਂਦੇ ਰਹੋ। ਜਦ ਆਪ ਦੀ ਸੁਰਤੀ ਇਸ ਵਿੱਚੋਂ 24 ਘੰਟੇ ਲਈ ਟਿਕ ਜਾਵੇਗੀ, ਜਦੋਂ ਆਪ ਦੀ ਸੁਰਤੀ ਇਸ ਜਾਪ ਦੇ ਵਿੱਚ 24 ਘੰਟੇ ਲਈ ਟਿਕ ਜਾਵੇਗੀ, ਫਿਰ ਵਾਹਿਗੁਰੂ ਜੀ ਦਾ ਮਿਲਾਪ ਹੋ ਜਾਵੇਗਾ। ਮਹੰਤਾ ਤੋਂ ਕਬਜ਼ਾ ਲੈਣ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਕੱਢਣੀ ਸੀ ਨਾ, ਸਰੋਵਰ ਦੀ ਜੀ ਕਾਰ ਕੱਢਣੀ ਸੀ ਤਾਂ ਇਸ ਸੇਵਾ ਦੇ ਆਰੰਭ ਕਰਨ ਲਈ ਸੰਤ ਜੀ ਨੂੰ ਅੰਮ੍ਰਿਤਸਰ ਵਿਖੇ ਬੁਲਾਇਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਪ੍ਰੇਮੀਆਂ ਦੇ ਕਈ ਜਥੇ ਨਾਲ ਲੈ ਕੇ ਅੰਮ੍ਰਿਤਸਰ ਪਹੁੰਚੇ। ਸਟੇਸ਼ਨ ਪਰ ਆਪ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਆਪ ਜਲੂਸ ਵਿੱਚ ਪੈਦਲ ਹੀ ਕੀਰਤਨ ਕਰਦੇ ਦਰਬਾਰ ਸਾਹਿਬ ਪਹੁੰਚੇ। ਆਪ ਜੀ ਲਈ ਸਵਾਰੀ ਦਾ ਪ੍ਰਬੰਧ ਸੀ ਪਰ ਆਪ ਨੇ ਗ੍ਰਹਿਣ ਨਹੀਂ ਕੀਤੀ। ਦੂਸਰੇ ਦਿਨ ਅੰਮ੍ਰਿਤ ਵੇਲੇ ਅਕਾਲ ਤਖ਼ਤ ਪਰ ਦੀਵਾਨ ਸਜਾਇਆ, ਫਿਰ ਅਰਦਾਸਾਂ ਕਰਕੇ ਸੰਤ ਜੀ ਨੇ 5 ਗੜਵੇ ਜਲ ਦੇ ਸਰੋਵਰ ਵਿੱਚੋਂ ਕੱਢੇ ਅਤੇ ਦੇਗ ਵਰਤਾਈ। ਮਗਰੋਂ ਸੰਗਤ ਨੇ ਸਰੋਵਰ ਦਾ ਜਲ ਕਰਨਾ ਸ਼ੁਰੂ ਕੀਤਾ। ਗੁਰਦੁਆਰਿਆਂ ਦੇ ਮੋਰਚੇ ਫਤਿਹ ਹੋਣ ਮਗਰੋਂ ਆਪ ਜੀ ਨੂੰ ਜੈਤੋਂ, ਗੰਗਸਰ ਅਤੇ ਨਨਕਾਣਾ ਸਾਹਿਬ ਵੀ ਪੰਥ ਵੱਲੋਂ ਬੁਲਾਇਆ ਗਿਆ ਸੀ। ਅਕਾਲੀਆਂ ਦੀ ਬੇਨਤੀ ਪਰ ਨਨਕਾਣਾ ਸਾਹਿਬ ਆਪ ਜੀ ਨੇ ਕਾਲੇ ਰੰਗ ਦਾ ਦਸਤਾਰਾ ਸਜਾਇਆ ਅਤੇ ਨਾਲ ਵਿਚਰਨ ਵਾਲੇ ਸੇਵਾਦਾਰਾਂ ਦੇ ਦਸਤਾਰੇ ਵੀ ਕਾਲੇ ਰੰਗ ਦੇ ਰੰਗਵਾਏ। ਉਪਰੋਕਤ ਕੁਝ ਘਟਨਾਵਾਂ ਤੋਂ ਸਪਸ਼ਟ ਹੈ ਕਿ ਸੰਤ ਅਤਰ ਸਿੰਘ ਜੀ ਨੂੰ ਹਰ ਮਤ ਅਤੇ ਹਰ ਖਿਆਲ ਦੇ ਲੋਕਾਂ ਤੋਂ ਮਾਣ ਪ੍ਰਾਪਤ ਸੀ। ਸੰਨ 1901 ਦੀ ਗੱਲ ਹੈ ਕਿ ਸੰਤ ਜੀ ਮਾਲਵੇ ਦੇ ਇੱਕ ਪਿੰਡ ਕਾਂਝਲਾ ਠਹਿਰੇ ਹੋਏ ਸਨ। ਇੱਕ ਦਿਨ ਆਪ ਇਸ ਪਿੰਡ ਦੇ ਨਜ਼ਦੀਕ ਹੀ ਇੱਕ ਜੰਗਲ ਵਿੱਚ ਗਏ ਅਤੇ ਆਪਣਾ ਡੇਰਾ ਉਸ ਝਿੜੇ ਵਿੱਚ ਲਗਾ ਕੇ ਬਚਨ ਕੀਤਾ। ਝਿੜਾ ਕਹਿੰਦੇ ਸੰਘਣਾ ਜੰਗਲ ਹੁੰਦਾ ਸੰਘ ਜੀ, ਕਿ ਇਸ ਥਾਂ ਨੂੰ ਅਸੀਂ ਬਹੁਤ ਦਿਨਾਂ ਤੋਂ ਢੂੰਡ ਰਹੇ ਸਾਂ, ਇੱਥੇ ਇੱਕ ਅਸੀਂ ਤੀਰਥ ਰਚਨਾ ਹੈ। ਇਸ ਸਮੇਂ ਵਿੱਚ ਤਾਂ ਇਹ ਅਸਥਾਨ ਮਾਲਵੇ ਵਿੱਚ ਪ੍ਰਚਾਰ ਦਾ ਕੇਂਦਰ ਬਣ ਜਾਵੇਗਾ ਪਰ ਭਵਿੱਖ ਵਿੱਚ ਇਹ ਥਾਂ ਬਹੁਤ ਪ੍ਰਸਿੱਧ ਹੋਵੇਗੀ। ਗੁਰੂ ਨਾਨਕ ਸਾਹਿਬ ਇੱਕ ਵਾਰ ਇੱਥੇ ਆ ਕੇ ਬਿਰਾਜੇ ਸਨ। ਇਹ ਇਤਿਹਾਸਿਕ ਸਥਾਨ ਹੈ। ਇਸ ਅਸਥਾਨ ਪਰ ਆਪ ਜੀ ਨੇ ਇੱਕ ਛੱਪੜ ਬਣਾਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਸਥਾਪਨ ਕਰ ਲਏ। ਰਸਦ ਅਤੇ ਕੁਝ ਹੋਰ ਲੋੜੀਂਦਾ ਸਮਾਨ ਵੀ ਇੱਥੇ ਮੰਗਵਾਇਆ ਅਤੇ ਦੀਵਾਨ ਵੀ ਇੱਥੇ ਹੀ ਜੰਗਲ ਵਿੱਚ ਸਜਾਉਣ ਲੱਗੇ। ਇਸ ਥਾਂ ਦਾ ਨਾਂ ਮਸਤੂਆਣਾ ਸੀ। ਇੱਕ ਦਿਨ ਸਵੇਰੇ ਦੀਵਾਨ ਦੀ ਸਮਾਪਤੀ ਦੇ ਮਗਰੋਂ ਆਪ ਜੀ ਨੇ ਸ਼ਬਦ ਪੜ੍ਹਿਆ ਕਿ ਸੰਤਾਂ ਕੇ ਕਾਰਜ ਆਪ ਖਲੋਇਆ ਅਤੇ ਇੱਕ ਸਰੋਵਰ ਬਣਾਉਣ ਵਾਸਤੇ ਟੱਕ ਲਾਇਆ ਅਤੇ ਦੇਗ ਵਰਤਾਈ। ਜਦ ਸ਼ੁਰੂ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਝੌਂਪੜੀ ਤਿਆਰ ਕਰਨੀ ਸੀ ਤਾਂ ਸੰਤ ਜੀ ਨੇ ਆਪਣੇ ਹੱਥ ਵਿੱਚ ਕੁਹਾੜਾ ਫੜਕੇ ਇਸ ਕੰਮ ਵਾਸਤੇ ਲੱਕੜੀ ਕੱਟੀ। ਕੁਝ ਹੋਰ ਸੇਵਾ ਵੀ ਕੀਤੀ ਅਤੇ ਲੰਗਰ ਵਿੱਚ ਪ੍ਰਸ਼ਾਦੇ ਵੀ ਤਿਆਰ ਕੀਤੇ।
ਪਰ ਛੇਤੀ ਹੀ ਸੰਗਤਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਆਪ ਜੀ ਨੂੰ ਮਜਬੂਰ ਕੀਤਾ ਗਿਆ ਕਿ ਆਪ ਆਪਣੇ ਹੱਥ ਨਾਲ ਸੇਵਾ ਨਾ ਕਰਨ। ਹੁਣ ਸਰੋਵਰ ਦੀ ਖਦਾਈ ਦਾ ਕੰਮ ਸ਼ੁਰੂ ਹੋ ਗਿਆ। ਸੰਗਤਾਂ ਦੀ ਕਾਫੀ ਭੀੜ ਰਹਿਣ ਲੱਗੀ। ਦੂਰ ਨੇੜੇ ਦੇ ਪਿੰਡਾਂ ਤੋਂ ਸੰਗਤਾਂ ਬਾਰੀ ਬੰਨ੍ਹ ਕੇ ਸੇਵਾ ਕਰਨ ਲਈ ਆਉਣ ਜਾਣ ਲੱਗ ਪਈਆਂ। ਕਈ ਵਿਹੰਗਮ ਇੱਥੇ ਆ ਟਿਕੇ ਜਿਨ੍ਹਾਂ ਦੀ ਗਿਣਤੀ ਘਟਦੀ ਵੱਧਦੀ ਰਹਿੰਦੀ ਸੀ। ਦੂਰ ਦੂਰ ਤੋਂ ਜਿਹੜੇ ਪ੍ਰੇਮੀ ਸੰਤ ਜੀ ਦੇ ਦਰਸ਼ਨ ਵਾਸਤੇ ਆਉਂਦੇ ਸਨ, ਉਹ ਕੁਝ ਦਿਨ ਇੱਥੇ ਰਹਿੰਦੇ ਅਤੇ ਸੇਵਾ ਵਿੱਚ ਆਪਣਾ ਹਿੱਸਾ ਪਾਉਂਦੇ। ਇੱਟਾਂ ਦਾ ਭੱਠਾ ਲਗਾਉਣ ਲਈ ਪਿੰਡ ਵਾਲਿਆਂ ਨੇ ਜ਼ਮੀਨ ਭੇਟਾ ਕੀਤੀ ਅਤੇ ਆਸ-ਪਾਸ ਦੇ ਪਿੰਡ ਵਾਲਿਆਂ ਨੇ ਲੋੜ ਜਿੰਨੀ ਆਪਣੇ ਆਪਣੇ ਜੰਗਲ ਵਿੱਚੋਂ ਲੱਕੜੀ ਦੇਣੀ ਸ਼ੁਰੂ ਕੀਤੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਅਤੇ ਹੋਰ ਲੋੜ ਲਈ ਕੁਝ ਪੱਕੇ ਕਮਰੇ ਵੀ ਬਣਾ ਲਏ ਗਏ। ਸਰੋਵਰ ਦਾ ਨਾਂ ਰੱਖਣ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਗਿਆ। ਉਸ ਵੇਲੇ ਇਹ ਸ਼ਬਦ ਆਇਆ ਕਿ ਗੁਰਸਾਗਰ ਰਤਨੀ ਭਰਪੂਰੇ, ਜਿਸ ਤੋਂ ਇਸ ਸਰੋਵਰ ਦਾ ਨਾਂ ਵੀ ਗੁਰਸਾਗਰ ਰੱਖਿਆ ਗਿਆ। ਸੇਵਾ ਦੇ ਮੁੱਢਲੇ ਦਿਨਾਂ ਵਿੱਚ ਸੰਤ ਜੀ ਨੇ ਮਿੱਸੀ ਰੋਟੀ ਸੁੱਕੀ ਬਿਨਾਂ ਦਾਲ ਭਾਜੇ ਦੇ ਦਿਨ ਭਰ ਦੇ ਥੱਕੇ ਹੋਏ ਸੇਵਾ ਕਰਨ ਵਾਲਿਆਂ ਨੂੰ ਛਕਾਉਣੀ ਸ਼ੁਰੂ ਕੀਤੀ। ਜੇ ਕੋਈ ਪ੍ਰੇਮੀ ਇਸ ਸੰਬੰਧੀ ਗੱਲ ਛੇੜੇ ਤਾਂ ਆਪ ਇਹ ਤੁਕ ਸੁਣਾ ਦਿੰਦੇ ਸਨ ਕਿ ਭੋਏ ਸੋਨ ਤੇ ਰੁੱਖੋ ਭੋਜਨ ਪਿਰ ਸੰਗ ਸਿਖਾਏ ਸੁੱਖ ਬਿਹਾਏ। ਸੰਗਤ ਜੀ ਤੁਕ ਮੈਨੂੰ ਮਿਲੀ ਨਹੀਂ, ਬਾਣੀ ਚ ਕਿੱਥੇ ਆ ਮੈਨੂੰ ਇਹਦੀ ਸਮਝ ਵੀ ਨਹੀਂ ਆਈ। ਭੋਏ ਸੋਨ ਤੇ ਰੁੱਖੋ ਭੋਜਨ ਪਿਰ ਸੰਗ ਸਿਖਾਏ ਸੁੱਖ ਬਿਹਾਏ। ਪਿੰਡ ਵਾਲਿਆਂ ਨੇ ਵਧੇਰੇ ਅਨਾਜ ਆਦਿਕ ਲਿਆ ਦੇਣ ਵਾਸਤੇ ਬੇਨਤੀ ਕੀਤੀ, ਪਰ ਸੰਤਾਂ ਨੇ ਬਚਨ ਕੀਤਾ ਕਿ ਅਸੀਂ ਇਹਨਾਂ ਸੇਵਾ ਕਰਨ ਵਾਲਿਆਂ ਦੇ ਦੁੱਖ ਦੂਰ ਕਰ ਰਹੇ ਹਾਂ। ਮਿੱਸੇ ਪ੍ਰਸ਼ਾਦੇ ਛਕਣ ਕਰਕੇ ਸੰਗਤ ਜਲ ਬਹੁਤ ਛਕ ਰਹੀ ਸੀ। ਸੰਤਾਂ ਨੇ ਅਲੰਕਾਰ ਵਰਤਿਆ ਕਿ ਜੇ ਕੋਈ ਸਾਰੇ ਦੁੱਖ ਪਾਣੀ ਬੱਤ ਪੀ ਲਵੇ ਤਾਂ ਜੀਵ ਦਾ ਮਨ ਮੈਲਾ ਨਹੀਂ ਹੁੰਦਾ। ਹਮੇਸ਼ਾ ਵਾਂਗ ਸੰਤ ਜੀ ਵੀ ਉਹੀ ਕੁਝ ਛਕਦੇ ਸਨ ਜੋ ਸੰਗਤ ਵਿੱਚ ਵਰਤਦਾ ਸੀ। ਲੰਗਰ ਕਿਸੇ ਢੰਗ ਮਸਤ ਵੀ ਰਹਿੰਦਾ ਸੀ ਅਤੇ ਕਦੇ ਘੁੰਗਣੀਆਂ ਹੀ ਬਣਦੀਆਂ ਸਨ। ਕੁਝ ਸਮਾਂ ਇਸ ਤਰ੍ਹਾਂ ਬਤੀਤ ਹੋਇਆ। ਮਗਰੋਂ ਆਪ ਜੀ ਨੇ ਪਿੰਡਾਂ ਤੋਂ ਅਨਾਜ ਲੈਣ ਦੀ ਆਗਿਆ ਦੇ ਦਿੱਤੀ। ਅਨਾਜ ਕਾਫੀ ਆਉਣ ਲੱਗ ਪਿਆ। ਬਹੁਤ ਸਾਰੇ ਪਿੰਡਾਂ ਦੇ ਜ਼ਿਮੀਂਦਾਰਾਂ ਨੇ ਹਰ 6 ਮਹੀਨੇ ਮਗਰੋਂ ਫਸਲ ਆਉਣ ਤੇ ਅਨਾਜ ਦੇਣਾ ਸ਼ੁਰੂ ਕਰ ਦਿੱਤਾ ਅਤੇ ਆਪ ਹੀ ਗੱਡੇ ਭਰ ਭਰ ਕੇ ਗੁਰਸਾਗਰ ਸਾਹਿਬ ਪਹੁੰਚਾਉਣ ਲੱਗੇ। ਲੰਗਰ ਤੁੱਟ ਵਰਤਣ ਲੱਗਾ ਅਤੇ ਇਸ ਤਰ੍ਹਾਂ ਹਮੇਸ਼ਾ ਹੀ ਵਰਤਦਾ ਰਿਹਾ। ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਸੰਤ ਜੀ ਮਾਇਆ ਗ੍ਰਹਿਣ ਨਹੀਂ ਸਨ ਕਰਦੇ, ਪਰ ਹੁਣ ਜੋ ਮਾਇਆ ਆਉਣ ਲੱਗੀ ਆਪ ਜੀ ਨੇ ਇਸ ਸਥਾਨ ਪਰ ਸਰੋਵਰ ਤੇ ਗੁਰਦੁਆਰਾ ਰਚਣ ਲਈ ਵਰਤਣਾ ਸ਼ੁਰੂ ਕਰ ਦਿੱਤੇ। ਇਸ ਵਿੱਚ ਇੱਕ ਗੱਲ ਵਿਸ਼ੇਸ਼ ਸੀ ਕਿ ਮਾਇਆ ਵਾਸਤੇ ਆਪ ਦੀਵਾਨ ਦੇ ਵਿੱਚ ਅਪੀਲ ਨਹੀਂ ਸਨ ਕਰਦੇ, ਇਸ ਵਿੱਚ ਸ਼ਬਦ ਦੀ ਹੇਠ ਹੀ ਸਮਝਦੇ ਸਨ। ਉਂਝ ਵੀ ਮਾਇਆ ਦੇਣ ਵਾਸਤੇ ਆਪ ਜੀ ਨੇ ਕਿਸੇ ਨੂੰ ਨਹੀਂ ਆਖਿਆ, ਕਿਉਂਕਿ ਮੰਗਣ ਦੇ ਵਿੱਚ ਮਾਇਆ ਦਾ ਮੋਹ ਪ੍ਰਤੀਤ ਹੁੰਦਾ ਹੈ। ਜੇ ਕੋਈ ਖੁਦ ਆ ਕੇ ਸੇਵਾ ਮੰਗਦਾ ਤਾਂ ਅਧਿਕਾਰੀ ਦੇਖ ਕੇ ਉਸ ਨੂੰ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਲਈ ਆਖ ਦਿੰਦੇ ਸਨ। ਇੱਕ ਦਿਨ ਇੱਕ ਅਲਮਸਤ ਫਕੀਰ ਸੰਤ ਜੀ ਪਾਸ ਆਇਆ ਅਤੇ ਉਹਨੇ ਕਿਹਾ ਕਿ ਕਹਿੰਦਾ ਮੈਨੂੰ ਜ਼ਮੀਨ ਵਿੱਚ ਦੱਬੇ ਹੋਏ ਇੱਕ ਬਹੁਤ ਵੱਡੇ ਖਜ਼ਾਨੇ ਦਾ ਪਤਾ ਹੈ। ਅਲਮਸਤ ਫਕੀਰ ਕਹਿ ਰਿਹਾ ਸੰਤਾਂ ਨੂੰ, ਕਹਿੰਦਾ ਮੈਨੂੰ ਜ਼ਮੀਨ ਦੇ ਵਿੱਚ ਦੱਬੇ ਹੋਏ ਇੱਕ ਬਹੁਤ ਵੱਡੇ ਖਜ਼ਾਨੇ ਦਾ ਪਤਾ ਹੈ, ਉਹ ਮੈਂ ਦੱਸ ਸਕਦਾ ਹਾਂ। ਆਪ ਥਾਂ ਥਾਂ ਤੋਂ ਇਕੱਤਰ ਕਰਨ ਦੀ ਬਜਾਏ ਇਸ ਮਾਇਆ ਦੇ ਨਾਲ ਗੁਰਦੁਆਰਾ ਤੇ ਸਰੋਵਰ ਬਣਾ ਲੈਣਾ। ਸੰਤ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ ਕਿ ਕੋਈ ਖਜ਼ਾਨਾ ਸਾਥੋਂ ਗੁੱਜਾ ਨਹੀਂ, ਪਰ ਅਸੀਂ ਤਾਂ ਸੰਗਤ ਪਾਸੋਂ ਤਨ ਮਨ ਧਨ ਕਰਕੇ ਗੁਰੂ ਦੀ ਸੇਵਾ ਕਰਾਉਣੀ ਹੈ ਤਾਂ ਜੋ ਇਹਨਾਂ ਦਾ ਵੀ ਭਲਾ ਹੋਵੇ। ਇੱਕ ਵਾਰ ਮਹਾਰਾਜ ਪਟਿਆਲਾ ਨੇ ਵੀ ਬੇਨਤੀ ਕੀਤੀ ਸੀ ਕਿ ਜਿਤਨੀ ਮਾਇਆ ਇਸ ਕਾਰਜ ਪਰ ਖਰਚ ਹੋਵੇ ਉਹ ਮੇਰੇ ਪਾਸੋਂ ਲੈ ਲਵੋ, ਪਰ ਸੰਤ ਜੀ ਨੇ ਇਹੀ ਉੱਤਰ ਦਿੱਤਾ ਸੀ ਕਿ ਸਾਰੀ ਦੀ ਸਾਰੀ ਸੇਵਾ ਕਰਨ ਦਾ ਤੂੰ ਅਧਿਕਾਰੀ ਨਹੀਂ।
ਇੱਥੇ ਇੰਨਾ ਦੱਸ ਦੇਣਾ ਹੀ ਕਾਫੀ ਹੈ ਕਿ ਜਿਉਂ ਜਿਉਂ ਦੂਰ ਨੇੜੇ ਇਸ ਸਥਾਨ ਦੇ ਬਣਨ ਦੀ ਖਬਰ ਫੈਲਦੀ ਗਈ, ਮਾਇਆ ਬਹੁਤ ਖੁੱਲੀ ਆਉਣ ਲੱਗ ਪਈ। ਕੋਈ ਘਾਟਾ ਨਾ ਰਿਹਾ, ਸਿੰਧ ਤੋਂ ਪੱਥਰ, ਰਾਜਸਥਾਨ ਤੋਂ ਸੰਗਮਰਮਰ, ਕਲਕੱਤੇ ਤੋਂ ਵੱਡੇ ਵੱਡੇ ਗਾਡਰ ਤੇ ਲੋਹਾ ਆਦਿਕ ਲੋੜੀਂਦੀਆਂ ਵਸਤੂਆਂ ਵੀ ਪਹੁੰਚ ਗਈਆਂ। ਇਸੇ ਤਰ੍ਹਾਂ ਇਸ ਸਥਾਨ ਪਰ ਸਰੋਵਰ, ਗੁਰਦੁਆਰਾ, ਸਕੂਲ, ਕਾਲਜ, ਯਾਤਰੂਆਂ ਤੇ ਸੇਵਾਦਾਰਾਂ ਲਈ ਕਮਰੇ ਆਦਿਕ ਬਹੁਤ ਥੋੜੇ ਸਮੇਂ ਵਿੱਚ ਹੀ ਤਿਆਰ ਹੋ ਗਏ ਸਨ। ਗੁਰਸਾਗਰ ਸਾਹਿਬ ਦੀ ਸੇਵਾ ਦੇ ਦਿਨਾਂ ਵਿੱਚ ਹੀ ਬਹੁਤ ਸਾਰਾ ਸਮਾਂ ਸੰਤ ਜੀ ਨੂੰ ਬਾਹਰ ਹੀ ਰਹਿਣਾ ਪੈਂਦਾ ਸੀ, ਕਿਉਂਕਿ ਦੂਰ ਨੇੜੇ ਤੋਂ ਕੋਈ ਨਾ ਕੋਈ ਆਪ ਜੀ ਨੂੰ ਆ ਕੇ ਲੈ ਜਾਂਦਾ ਸੀ ਅਤੇ ਦਰਸ਼ਨ ਅਭਿਲਾਸ਼ੀ ਆਪ ਜੀ ਨੂੰ ਅੱਗੇ ਲੈ ਜਾਂਦੇ ਸਨ। ਇਸ ਲਈ ਆਪਣੀ ਗੈਰ ਹਾਜ਼ਰੀ ਵਿੱਚ ਕੰਮ ਦੀ ਦੇਖਭਾਲ ਲਈ ਆਪ ਜੀ ਨੇ ਸੇਵਾਦਾਰ ਨਿਯਤ ਕਰ ਦਿੱਤੇ ਸਨ। ਕਾਲੇ ਤਿਆਰ ਹੋ ਜਾਣ ਦੇ ਮਗਰੋਂ ਸੰਤ ਜੀ ਨੇ ਇਸ ਦੇ ਪ੍ਰਬੰਧ ਲਈ ਇੱਕ ਕਮੇਟੀ ਬਣਾਉਣ ਦਾ ਯਤਨ ਕੀਤਾ, ਜਿਸ ਵਿੱਚ ਇੱਕ ਦੋ ਰਾਜੇ ਅਤੇ ਕੁਝ ਹੋਰ ਧਨਾੜ ਸੱਜਣ ਰੱਖੇ, ਪਰ ਇਹ ਕਮੇਟੀ ਸਫਲ ਨਾ ਹੋ ਸਕੀ। ਗੁਰਸਾਗਰ ਦਾ ਸਾਰਾ ਕੰਮ ਪੂਰਾ ਕਰਨ ਦੇ ਮਗਰੋਂ ਸੰਤ ਜੀ ਨੇ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਦਾ ਸਰੋਵਰ ਵੱਡਾ ਕਰਵਾਇਆ ਅਤੇ ਇੱਥੇ ਵੀ ਇੱਕ ਹੋਰ ਗੁਰਦੁਆਰਾ ਅਤੇ ਬੁੰਗੇ ਆਦਿਕ ਬਣਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਾਂ ਸਾਰੇ ਸੰਤ ਬਾਬਾ ਬੰਦਾ ਸਿੰਘ ਜੀ ਦਾ ਇਤਿਹਾਸ ਪੜ੍ਹ ਰਹੇ ਹਾਂ। ਥੋੜ੍ਹਾ ਜਿਹਾ ਲੜੀ ਜੋੜਨ ਜੀ ਪਿੱਛੇ ਆਪਾਂ ਦੁਹਰਾਉਂਦੇ ਹਾਂ। ਤੁਸੀਂ ਸੁਣ ਚੁੱਕੇ ਹੋ ਕਿ ਸੰਤ ਬਾਬਾ ਬਹਾਦਰ ਸਿੰਘ ਮਹਾਰਾਜ ਜੀ ਫੌਜ ਵਿੱਚ ਨਾ ਵੀ ਜਾ ਕੇ ਫੌਜ ਵਿੱਚ ਜਾ ਕੇ ਵੀ ਨਾਮ ਸਿਮਰਨ ਦੇ ਅਭਿਆਸ ਵਿੱਚ ਜੁੜੇ ਰਹੇ। ਉਸ ਤੋਂ ਬਾਅਦ ਹਜ਼ੂਰ ਸਾਹਿਬ ਗਏ, ਉੱਥੇ ਵੀ ਜਾ ਕੇ ਆਪ ਜੀ ਨੇ 1,25,000 ਜਪਜੀ ਸਾਹਿਬ ਦਾ ਪਾਠ ਤੇ ਨਾਮ ਸਿਮਰਨ ਅਭਿਆਸ ਵਿੱਚ ਜੁੜੇ ਰਹੇ। ਉੱਥੇ ਨਗੀਨਾ ਘਾਟ ਵਿਖੇ ਦਸ਼ਮੇਸ਼ ਪਿਤਾ ਜੀ ਦੇ ਦਰਬਾਰ ਦੇ ਦਰਸ਼ਨ ਕਰਕੇ ਫਿਰ ਰਿਸ਼ੀਕੇਸ਼ ਆ ਗਏ। ਇੱਥੇ ਆ ਕੇ ਨਦੀ ਦੇ ਕੰਢੇ ਜੰਗਲ ਜਾ ਕੇ ਭਜਨ ਪਾਠ ਕਰਦੇ ਰਹੇ ਤੇ ਨਾਲ ਉਸ ਤੋਂ ਬਾਅਦ ਆਪ ਰਿਸ਼ੀਕੇਸ਼ ਵੀ ਆਪ ਪੂਰਾ 1 ਸਾਲ ਰਹੇ। ਇਸ ਤੋਂ ਬਾਅਦ ਆਪ ਜੀ ਸਿਆਲਕੋਟ ਚਲੇ ਗਏ, ਸਿਆਲਕੋਟ ਤੋਂ ਆਪ ਐਬਟਾਬਾਦ ਗਏ, ਐਬਟਾਬਾਦ ਉੱਥੇ ਉਹਨਾਂ ਨੇ ਆਪਣਾ ਫੌਜ ਵਿੱਚੋਂ ਨਾਂ ਕਟਵਾਇਆ। ਫਿਰ ਸਿਆਲਕੋਟ ਤੋਂ ਬਾਅਦ ਆਪ ਜੀ ਰਾਵਲਪਿੰਡੀ ਤੋਂ ਹੁੰਦੇ ਹੋਏ ਪੰਜਾ ਸਾਹਿਬ ਦੇ ਅੱਗੇ ਕਨੂਹਾ ਵਿਖੇ ਪਹੁੰਚ ਗਏ। ਇੱਥੇ ਆਪ ਜੀ ਨੇ ਅਭੀ ਬੋਲਨੇ ਆ ਜਾਏਗਾ ਆਪਣੇ ਸ਼ੋਰ ਦੁਕਾਨ ਵਾਲਾ ਰੌਲਾ ਉਡਾ ਕੇ ਟੈਸਟ ਕਰਦਾ ਮੈਂ ਕਰ ਰਿਹਾ ਜੀ। ਹਾਂਜੀ ਵਾਹਿਗੁਰੂ ਜੀ। ਸਿਆਲਕੋਟ ਤੋਂ ਆਪ ਐਬਟਾਬਾਦ ਗਏ, ਇੱਥੇ ਹੀ ਆਪ ਜੀ ਨੇ ਪਹਿਲੇ 7 ਦਿਨਾਂ ਦਾ ਤੇ ਫਿਰ 40 ਦਿਨਾਂ ਲਈ ਫਿਰ 1 ਸਾਲ ਲਈ ਕਠਨ ਜਪ ਤਪ ਕੀਤਾ। ਪਿੰਡ ਦੇ ਇੱਕ ਸੱਜਣ ਭਾਈ ਵਜੀਰ ਸਿੰਘ ਜੀ ਤੇ ਉਹਨਾਂ ਦੀ ਪਤਨੀ ਬੀਬੀ ਭਾਗਪਰੀ ਜੀ ਆਪ ਜੀ ਨੇ ਇੱਕ ਕਟੋਰਾ ਦੁੱਧ ਤੇ ਇੱਕ ਕੌਲੀ ਸਬਜ਼ੀ ਦੇ ਕੇ ਚਲੇ ਜਾਂਦੇ ਜਦੋਂ ਵੀ ਆਪ ਲੋੜ ਪੈਂਦੀ ਛਕ ਲੈਂਦੇ। ਕਨੋਹੇ ਪਿੰਡ ਤੋਂ ਹੀ ਆਪ ਜੀ ਨੇ ਹੁਣ ਪ੍ਰਚਾਰ ਕਰਨਾ ਵੀ ਆਰੰਭ ਕਰ ਦਿੱਤਾ ਸੀ। ਆਪ ਜੀ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਜਾ ਕੇ ਪ੍ਰਚਾਰ ਕਰਦੇ, ਕਥਾ ਕੀਰਤਨ ਕਰਦੇ, ਸੰਗਤਾਂ ਨੂੰ ਅੰਮ੍ਰਿਤ ਪਾਨ ਕਰਾਉਂਦੇ। ਆਪ ਜੀ ਨੇ ਬਹੁਤ ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਗੁਰਦੁਆਰੇ ਤੇ ਖਾਲਸਾ ਸਕੂਲ ਬਣਵਾਏ। ਸੰਗਤ ਜੀ, ਸੰਤਾਂ ਅੰਦਰ ਅੱਤ ਦੀ ਨਿਮਰਤਾ ਸੀ। ਕੋਈ ਗਰੀਬ, ਭਾਵੇਂ ਕੋਈ ਅਮੀਰ, ਕੋਈ ਹਿੰਦੂ ਜਾਂ ਮੁਸਲਮਾਨ, ਕੋਈ ਵੀ ਹੋਵੇ, ਸਭ ਦੀਆਂ ਮਨੋਭਾਵਨਾ ਪੂਰਨ ਕਰਦੇ। ਕੋਈ ਵੀ ਪ੍ਰਸ਼ਾਦਾ ਛਕਾਉਣਾ ਚਾਹੁੰਦੇ, ਕਦੇ ਵੀ ਮਨਾ ਨਾ ਕਰਦੇ। ਆਪ ਜੀ ਸੰਗਤਾਂ ਕੋਲੋਂ ਮੱਥਾ ਟਿਕਾਉਣਾ ਚੰਗਾ ਨਹੀਂ ਸਨ ਸਮਝਦੇ, ਇਸੇ ਲਈ ਜਾਂ ਤਾਂ ਕੀਰਤਨ ਕਰਨ ਬੈਠ ਜਾਂਦੇ ਜਾਂ ਫਿਰ ਮਾੜੇ ਦੀ ਤਾਬਿਆ ਵਿੱਚ ਵਿਰਾਜਮਾਨ ਹੋ ਜਾਂਦੇ ਸਨ ਜੀ। ਆਪਾਂ ਅੱਗੇ ਚੱਲਦੇ ਹਾਂ ਜੀ। ਹੁਣ ਪਹਿਲੇ ਦੱਸਿਆ ਜਾ ਚੁੱਕਾ ਹੈ ਕਿ ਸੰਤ ਅਤਰ ਸਿੰਘ ਜੀ ਸਭ ਕਾਰਜ ਕਰਦੇ ਹੋਏ ਮਨ ਕਰਕੇ ਬਿਲਕੁਲ ਨਿਰਲੇਪ ਸਨ। ਮਸਤੂਆਣੇ ਦੀ ਰਚਨਾ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੇ ਮਾਇਆ ਕਦੇ ਗ੍ਰਹਿਣ ਹੀ ਨਹੀਂ ਸੀ ਕੀਤੀ।
ਜਿੱਥੇ ਵੀ ਕੋਈ ਭੇਟਾ ਹੋਵੇ ਆਪ ਉੱਥੇ ਹੀ ਪਈ ਛੱਡ ਜਾਂਦੇ ਸਨ। ਆਪ ਜੀ ਨੇ ਥਾਂ ਥਾਂ ਕਈ ਇਤਿਹਾਸਕ ਅਤੇ ਹੋਰ ਗੁਰਦੁਆਰੇ ਸਕੂਲ ਬਣਵਾਏ ਪਰ ਆਪਣਾ ਕੋਈ ਦਖਲ ਨਹੀਂ ਰੱਖਿਆ। ਆਪ ਸਥਾਨਕ ਸੰਗਤ ਵਿੱਚੋਂ ਹੀ 5 ਸੱਜਣ ਚੁਣ ਕੇ ਉਹਨਾਂ ਦੇ ਸਪੁਰਦ ਕਰ ਦਿੰਦੇ ਸਨ। ਇਸ ਪ੍ਰਬੰਧ ਕਰਨ ਵਾਲੀ ਕਮੇਟੀ ਲਈ ਉਹ ਸੱਜਣ ਚੁਣੇ ਜਾਂਦੇ ਸਨ ਜੋ ਰਹਿਤਵਾਨ ਅਤੇ ਗੁਰੂ ਘਰ ਦੇ ਪ੍ਰੇਮੀ ਹੋਣ ਅਤੇ ਕੁਝ ਹੈਸੀਅਤ ਵੀ ਰੱਖਦੇ ਹੋਣ, ਪਰ ਜਿੰਨੇ ਆਪ ਨਿਰਲੇਪ ਸਨ ਉਹਨਾਂ ਹੀ ਮਾਇਆ ਆਪ ਦੇ ਬਚਨਾਂ ਦੇ ਮਗਰ ਚੱਲਦੀ ਸੀ। ਇੱਕ ਸ਼ਹਿਰ ਵਿੱਚ ਇੱਕ ਗੁਰਦੁਆਰਾ ਅਤੇ ਸਕੂਲ ਬਣਾਉਣ ਦੀ ਲੋੜ ਸੀ ਪਰ ਮਾਇਆ ਦੀ ਉੱਥੇ ਕਮੀ ਸੀ। ਜਦ ਆਪ ਉਸ ਸ਼ਹਿਰ ਵਿੱਚ ਗਏ ਤਾਂ ਇਸ ਸੰਬੰਧੀ ਆਪ ਜੀ ਦੇ ਪਾਸ ਬੇਨਤੀ ਕੀਤੀ ਗਈ ਤਾਂ ਆਪ ਜੀ ਨੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਬਚਨ ਕੀਤਾ, ਕਹਿੰਦੇ ਜੋ ਮਾਇਆ ਇਸ ਸਮੇਂ ਕਿਸੇ ਦੇ ਪਾਸ ਹੈ ਉਹ ਗੁਰੂ ਦੇ ਹਜ਼ੂਰ ਰੱਖ ਦੇਵੇ। ਗ੍ਰਹਿਸਥੀ ਜੇ ਬਾਹਰ ਤੋਂ ਆਇਆ ਹੈ ਤਾਂ ਆਪਣੇ ਪਾਸ ਸਿਰਫ ਸਫ਼ਰ ਦੇ ਲਈ ਕਿਰਾਇਆ ਰੱਖੇ ਅਤੇ ਬਿਹੰਗਮ ਦੇ ਪਾਸ ਜੋ ਕੁਝ ਹੈ ਉਹ ਸਾਰਾ ਕੁਝ ਰੱਖ ਕੇ ਪੈਦਲ ਸਫ਼ਰ ਕਰੇ। ਉਸ ਸਮੇਂ 6-7 ਹਜ਼ਾਰ ਰੁਪਏ ਆਪ ਜੀ ਦੇ ਗੜਬਈ ਦੇ ਪਾਸ ਗੁਰਸਾਗਰ ਸਾਹਿਬ ਗੁਰਦੁਆਰੇ ਦੇ ਵਾਸਤੇ ਸਨ, ਉਹ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਰਖਵਾ ਦਿੱਤੇ। ਉਸ ਸਮੇਂ ਨਕਦੀ ਨੋਟ ਅਤੇ ਗਹਿਣਿਆਂ ਦਾ ਇੱਕ ਵੱਡਾ ਢੇਰ ਲੱਗ ਗਿਆ ਜੋ ਸਥਾਨਕ ਕਮੇਟੀ ਨੂੰ ਦੇ ਦਿੱਤਾ ਗਿਆ ਅਤੇ ਕਾਰਜ ਸਰ ਗਿਆ। ਆਪ ਜੀ ਦੇ ਮਨ ਵਿੱਚ ਪਕੜ ਛੋਟੀ ਵੱਡੀ ਕਿਸੇ ਚੀਜ਼ ਲਈ ਵੀ ਨਹੀਂ ਸੀ। ਜਦੋਂ ਗੁਰਦੁਆਰਾ ਲਹਿਰ ਸਫਲ ਹੋ ਗਈ ਤਾਂ ਅਕਾਲੀਆਂ ਦੀ ਇੱਕ ਸ਼੍ਰੋਮਣੀ ਕਮੇਟੀ ਬਣਾ ਕੇ ਉਸ ਨੂੰ ਪੰਜਾਬ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਦੇ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਸੰਤ ਜੀ ਪਾਸ ਮਸਤੂਆਣੇ ਵੀ ਆਏ ਅਤੇ ਕਿਹਾ ਕਿ ਹੁਣ ਸਾਨੂੰ ਇਸ ਸਥਾਨ ਦਾ ਕਬਜ਼ਾ ਵੀ ਦੇ ਦੇਵੋ ਮਸਤੂਆਣੇ ਸਾਹਿਬ ਦਾ। ਸੰਤ ਜੀ ਨੇ ਹੱਥ ਜੋੜ ਕੇ ਆਖਿਆ ਕਿ ਇਹ ਪੰਥ ਦੀ ਚੀਜ਼ ਹੈ, ਕਬਜ਼ਾ ਹੁਣੇ ਹੀ ਲੈ ਲਓ। ਆਪ ਜੀ ਨੇ ਸਾਰੇ ਸੇਵਾਦਾਰਾਂ ਅਤੇ ਬਿਹੰਗਮਾਂ ਨੂੰ ਬੁਲਾਇਆ ਅਤੇ ਬਚਨ ਕੀਤਾ ਕਿ ਅਸੀਂ ਹੁਣੇ ਹੀ ਸਾਰਿਆਂ ਨੇ ਇੱਥੋਂ ਕੁਝ ਨਹੀਂ ਲੈਣਾ ਅਸੀਂ ਸਾਰਿਆਂ ਨੇ ਇੱਥੋਂ ਕੁਝ ਨਹੀਂ ਲੈਣਾ ਅਤੇ ਹੁਕਮ ਦਿੱਤਾ ਕਿ ਕੋਈ ਵੀ ਬਿਹੰਗਮ, ਸੇਵਾਦਾਰ ਜਾਂ ਸਾਧੂ ਇਸ ਸਥਾਨ ਪਰ ਨਾ ਰਹੇ ਅਤੇ ਜਾਂਦੇ ਹੋਏ ਕਛਹਿਰਾ ਤੇ ਪਰਨੇ ਤੋਂ ਬਿਨਾਂ ਕੋਈ ਵਸਤੂ ਜਾਂ ਨਕਦੀ ਗੁਰਸਾਗਰ ਸਾਹਿਬ ਤੋਂ ਬਾਹਰ ਨਾ ਲੈ ਕੇ ਜਾਵੇ। ਸੰਤ ਜੀ ਨੇ ਆਪ ਵੀ ਇਸ ਤਰ੍ਹਾਂ ਹੀ ਕੀਤਾ ਅਤੇ 2 ਸੇਵਾਦਾਰ ਨਾਲ ਲੈ ਕੇ ਬਾਹਰ ਇਲਾਕਿਆਂ ਵਿੱਚ ਪ੍ਰਚਾਰ ਕਰਨ ਲਈ ਚੱਲ ਪਏ। ਕਮੇਟੀ ਵਾਲਿਆਂ ਦੇ ਕਹਿਣ ਪਰ 2-4 ਸੇਵਾਦਾਰ ਪਿੱਛੇ ਛੱਡ ਦਿੱਤੇ। ਸੰਤ ਜੀ ਨੇ ਇਹਨਾਂ ਸੇਵਾਦਾਰਾਂ ਅਤੇ ਸਕੂਲ ਕਾਲਜ ਦੇ ਕਰਮਚਾਰੀਆਂ ਨੂੰ ਸਮਝਾਇਆ ਕਿ ਕਮੇਟੀ ਦੇ ਪ੍ਰਬੰਧ ਹੋ ਜਾਣ ਦਾ ਕੁਝ ਖਿਆਲ ਨਾ ਕਰਨ, ਇਹ ਪੰਥ ਦੀ ਚੀਜ਼ ਹੈ, ਅਸੀਂ ਕੇਵਲ ਪੰਥ ਦੀ ਸੇਵਾ ਕੀਤੀ ਹੈ, ਤੁਸੀਂ ਮੇਰ ਤੇਰ ਨਹੀਂ ਕਰਨੀ, ਪਹਿਲੇ ਵਾਂਗ ਸੇਵਾ ਈਰਖਾ ਰਹਿਤ ਹੋ ਕੇ ਕਰਨੀ ਹੈ। ਆਪ ਜੀ ਦੇ ਉੱਘੇ ਸੇਵਕ ਇਲਾਕੇ ਵਿੱਚ ਥਾਂ ਥਾਂ ਪਿੰਡ ਪਿੰਡ ਗਏ, ਪ੍ਰਚਾਰ ਕੀਤਾ ਅਤੇ ਕਈ ਥਾਂ ਹੋਰ ਗੁਰਦੁਆਰੇ ਬਣਵਾਏ। ਗੁਰਸਾਗਰ ਸਾਹਿਬ ਦਾ ਕੋਈ ਪੱਕਾ ਆਮਦਨੀ ਦਾ ਜ਼ਰੀਆ ਤਾਂ ਸੀ ਨਹੀਂ। ਸੰਤ ਜੀ ਇਸੇ ਅਸਥਾਨ ਨੂੰ ਛੱਡ ਜਾਣ ਮਗਰੋਂ, ਜਦੋਂ ਸੰਤਾਂ ਨੇ ਸਥਾਨ ਨੂੰ ਛੱਡ ਦਿੱਤਾ, ਉਸ ਤੋਂ ਬਾਅਦ ਦੂਰ ਨੇੜੇ ਤੋਂ ਸੰਗਤ ਦੀ ਆਵਾਜਾਈ ਬੰਦ ਹੋ ਗਈ। ਪ੍ਰੇਮੀ ਉੱਥੇ ਹੀ ਪਹੁੰਚਦੇ ਨੇ ਜਿੱਥੇ ਸੰਤ ਜੀ ਦੇ ਵਿਚਰਨ ਦਾ ਪਤਾ ਲੱਗੇ। ਪਿੰਡਾਂ ਤੋਂ ਰਸਦ ਆਦਿਕ ਵੀ ਪਹੁੰਚਣੀ ਬੰਦ ਹੋ ਗਈ। ਲੰਗਰ ਨਾ ਚੱਲ ਸਕਿਆ ਤੇ ਸਕੂਲ ਕਾਲਜ ਦੀ ਹਾਲਤ ਵੀ ਢਿੱਲੀ ਪੈ ਗਈ। ਅੰਤ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਹਾਰ ਕੇ ਸੰਤ ਜੀ ਪਾਸ ਆ ਕੇ ਚਰਨ ਪਕੜੇ ਤੇ ਬੇਨਤੀ ਕੀਤੀ ਕਿ ਇਸ ਗੁਰਦੁਆਰੇ ਨੂੰ ਆਪ ਹੀ ਸੰਭਾਲੋ,
ਇਹ ਗੱਲ ਲੇਖਕ ਨੂੰ ਮਾਸਟਰ ਤਾਰਾ ਸਿੰਘ ਜੀ ਨੇ ਆਪਣੀ ਜਵਾਨੀ ਦੱਸੀ ਸੀ। ਮਾਇਆ ਦੀ ਪਕੜ ਤਾਂ ਸੰਤ ਜੀ ਆਪਣੇ ਸੇਵਕਾਂ ਵਿੱਚ ਵੀ ਨਹੀਂ ਸਨ ਦੇਖਣਾ ਚਾਹੁੰਦੇ। ਇੱਕ ਵਾਰ ਆਪ ਜੀ ਦੇ ਨਾਲ ਅਜਿਹਾ ਰਾਗੀ ਜਥਾ ਮਿਲ ਗਿਆ ਜੋ ਕਿ ਆਪਸ ਵਿੱਚ ਮਾਇਆ ਦੇ ਪਿੱਛੇ ਝਗੜ ਪੈਣ। ਸੰਤ ਜੀ ਨੇ ਇੱਕ ਦੋ ਵਾਰ ਇਹ ਦੇਖਿਆ, ਫਿਰ ਇੱਕ ਸੇਵਾਦਾਰ ਨੂੰ ਕਿਹਾ ਕਿ ਇਹ ਸਭ ਮਾਇਆ ਦੇ ਲੋਭੀ ਹਨ, ਇਹਨਾਂ ਨੂੰ ਛੱਡ ਦੇਣਾ ਹੀ ਚੰਗਾ। ਉਸੇ ਰਾਤ ਨੂੰ 1 ਵਜੇ ਉੱਠੇ ਅਤੇ 2 ਸੇਵਾਦਾਰ ਨਾਲ ਲੈ ਕੇ ਚੁੱਪ ਚਾਪ ਗੁਪਤ ਚਾਲੇ ਪਾ ਦਿੱਤੇ। ਇਸ ਤਰ੍ਹਾਂ ਰਾਗੀ ਜਥਾ ਸੀ ਜਿਹੜਾ ਉਹ ਤਿਆਗ ਦਿੱਤਾ। ਕਈ ਵਾਰ ਕੋਈ ਆਉਂਦਾ ਜਾਂਦਾ ਵਿਹੰਗਮ ਸੰਤ ਜੀ ਪਾਸੋਂ ਸਰਦੀ ਕਰਕੇ ਕੋਈ ਵਸਤਰ ਮੰਗ ਲੈਂਦਾ ਸੀ ਤਾਂ ਆਪ ਜੀ ਉਸੇ ਵੇਲੇ ਉਸਨੂੰ ਆਪਣੇ ਉੱਪਰ ਤੋਂ ਕੋਈ ਲੋਈ ਲਾ ਕੇ ਦੇ ਦਿੰਦੇ ਸਨ। ਮਗਰੋਂ ਕੋਈ ਹੋਰ ਪ੍ਰੇਮੀ ਭੇਟਾ ਕਰ ਜਾਂਦਾ। ਆਪ ਕਿਤੇ ਜਾ ਰਹੇ ਸਨ ਕਿ ਇੱਕ ਪਿੰਡ ਵਾਲੇ ਨੇ ਚਰਨਾਂ ਦਾ ਜੋੜਾ ਨਿਸ਼ਾਨੀ ਵਜੋਂ ਮੰਗਿਆ। ਆਪ ਜੀ ਨੇ ਉਸੇ ਵੇਲੇ ਜੁੱਤੀ ਉਤਾਰ ਕੇ ਉਸਨੂੰ ਦੇ ਦਿੱਤੀ ਅਤੇ ਆਪ ਨੰਗੇ ਪੈਰ ਹੀ ਸਫ਼ਰ ਜਾਰੀ ਰੱਖਿਆ। ਜਦੋਂ ਇੱਕ ਵਾਰ ਆਪ ਫਰੰਟੀਅਰ ਦਾ ਦੌਰਾ ਕਰ ਰਹੇ ਸਨ ਤਾਂ ਅੰਮ੍ਰਿਤ ਵੇਲੇ ਬਾਹਰ ਇਕਾਂਤ ਵਿੱਚ ਕਿਸੇ ਥਾਂ ਤੇ ਜਾ ਕੇ ਬੈਠ ਜਾਂਦੇ ਸਨ। ਇੱਕ ਦਿਨ ਕੋਈ ਚੋਰ ਪਠਾਨ ਉੱਧਰ ਆ ਨਿਕਲਿਆ ਅਤੇ ਸੰਤ ਜੀ ਦੇ ਉੱਪਰ ਲਈ ਹੋਈ ਭੂਰੀ ਨੂੰ ਹੌਲੀ ਦੇ ਕੇ ਉਤਾਰਨ ਲੱਗਾ। ਇਹ ਦੇਖ ਕੇ ਸੰਤ ਜੀ ਨੇ ਜੋ ਲੜ ਹੇਠ ਦੱਬਿਆ ਹੋਇਆ ਸੀ ਨਾ ਉਹਨੂੰ ਵੀ ਕੱਢਤਾ। ਚੋਰ ਨੇ ਆਪ ਨੂੰ ਫਕੀਰ ਜਾਣ ਕੇ ਖਿਮਾ ਮੰਗੀ ਪਰ ਆਪ ਨੇ ਉਹ ਵਸਤਰ ਉਸੇ ਨੂੰ ਦੇ ਦਿੱਤਾ। ਸੰਗਤ ਜੀ ਕੁਝ ਉਦਾਹਰਨਾਂ ਹੀ ਨੇ। ਸੰਤ ਜੀ ਨੇ ਕੋਈ ਵੀ ਵਸਤੂ ਆਪਣੀ ਨਹੀਂ ਸਮਝੀ। ਆਪ ਜੀ ਵਿੱਚ ਪੂਰਨ ਤਿਆਗ ਸੀ। ਹੋਰ ਤਾਂ ਕੀ, ਆਪ ਜੀ ਦੇ ਮੂੰਹ ਤੋਂ ਇਹ ਬਚਨ ਵੀ ਕਈ ਵਾਰ ਸੁਣੇ ਗਏ ਸਨ ਕਿ ਅਸੀਂ ਸਰੀਰ ਨਹੀਂ, ਇਹ ਸਰੀਰ ਸਾਡਾ ਨਹੀਂ। ਦੁਨਿਆਵੀ ਕਿਸੇ ਵਸਤੂ ਦੀ ਪਕੜ ਤਦ ਤੱਕ ਹੀ ਹੋ ਸਕਦੀ ਹੈ ਜਦ ਤੱਕ ਜੀਵ ਆਪਣਾ ਸੰਬੰਧ ਸਰੀਰ ਦੇ ਨਾਲ ਜੋੜਦਾ ਹੈ। ਚੋਲਾ ਤਿਆਗਣ ਤੋਂ 1 ਦਿਨ ਪਹਿਲੇ ਆਪ ਜੀ ਨੇ ਭਾਈ ਗੁਲਾਬ ਸਿੰਘ ਜੀ ਨੂੰ ਬੁਲਾਇਆ ਜਿਸ ਦੇ ਸਪੁਰਦ ਉਸ ਸਮੇਂ ਗੁਰਸਾਗਰ ਸਾਹਿਬ ਦਾ ਪ੍ਰਬੰਧ ਸੀ ਅਤੇ ਇਹੀ ਬਚਨ ਕੀਤੇ ਕਿ ਪਕੜ ਨਹੀਂ ਕਰਨੀ, ਪਕੜ ਵਿੱਚ ਬਹੁਤ ਦੁੱਖ ਹਨ। ਸੰਤ ਜੀ ਦੀ ਸੁਰਤੀ ਵਾਹਿਗੁਰੂ ਵਿੱਚ ਲੀਨ ਹੋ ਚੁੱਕੀ ਸੀ। ਆਪ ਹਰ ਘਟ ਵਿੱਚ ਬ੍ਰਹਮ ਦੇਖਦੇ ਸਨ। ਇਹ ਗੱਲ ਆਪ ਦੇ ਹਰ ਕਰਤੱਵ ਅਤੇ ਹਰ ਬਚਨ ਤੋਂ ਸਪਸ਼ਟ ਹੁੰਦੀ ਸੀ। ਇਸੇ ਕਰਕੇ ਆਪ ਸਮਦ੍ਰਿਸ਼ਟਾ ਸਨ। ਪਸ਼ੂਆਂ ਵਿੱਚ ਵੀ ਵਾਹਿਗੁਰੂ ਜੀ ਦੀ ਜੋਤ ਦੇਖਦੇ ਸਨ। ਨਿਮਰਤਾ, ਬਰਦਾਸ਼ਤ ਤੇ ਖਿਮਾ ਹੱਦ ਦਰਜੇ ਦੀ ਸੀ। ਜਿੱਥੋਂ ਤੱਕ ਹੋ ਸਕੇ ਆਪ ਜੀ ਨੇ ਕਿਸੇ ਦੀ ਬੇਨਤੀ ਪਰ ਨਾ ਨਹੀਂ ਕੀਤੀ, ਕਿਸੇ ਦੇ ਦਿਲ ਨੂੰ ਦੁਖਾਇਆ ਨਹੀਂ। ਇਹ ਗੁਣ ਆਪ ਜੀ ਦੇ ਨਿਰਤਾ ਪ੍ਰਤ ਜੀਵਨ ਵਿੱਚ ਆ ਚੁੱਕੇ ਸਨ। ਜੇ ਵੇਰਵਾ ਦਈਏ ਤਾਂ ਇੱਕ ਵੱਡੀ ਪੁਸਤਕ ਬਣ ਜਾਂਦੀ ਹੈ। ਅਸੀਂ ਇੱਕ ਸੰਖੇਪ ਪ੍ਰੇਮ ਭੇਟਾ ਹੀ ਕਰ ਰਹੇ ਹਾਂ, ਇਸ ਕਰਕੇ ਇੱਥੇ ਕੁਝ ਘਟਨਾਵਾਂ ਦਾ ਵਰਣਨ ਕਰਾਂਗੇ ਜੋ ਸੰਤ ਜੀ ਦੇ ਇਹਨਾਂ ਗੁਣਾਂ ਦੀਆਂ ਸੂਚਕ ਹਨ ਅਤੇ ਆਪ ਜੀ ਦੇ ਸੁਭਾਅ ਦਾ ਕੁਝ ਅੰਦਾਜ਼ਾ ਲੱਗ ਜਾਂਦਾ ਹੈ। ਦੇਸ਼ ਭਰ ਵਿੱਚ ਆਪ ਲਈ ਪ੍ਰੇਮ ਤੇ ਸ਼ਰਧਾ ਰੱਖਣ ਵਾਲੇ ਹਰ ਕੌਮ ਤੇ ਹਰ ਸ਼੍ਰੇਣੀ ਦੇ ਲੋਕ ਸਨ। ਰਾਜੇ ਤੋਂ ਲੈ ਕੇ ਕੰਗਾਲ ਤੱਕ, ਬਿਰਧ ਤੋਂ ਲੈ ਕੇ ਬਾਲਕ ਤੱਕ ਆਪ ਜੀ ਦੇ ਪਾਸ ਆਉਂਦੇ ਸਨ, ਪਰ ਆਪ ਹਰ ਇੱਕ ਨੂੰ ਇੱਕੋ ਨਜ਼ਰ ਨਾਲ ਦੇਖਦੇ ਸਨ, ਇੱਕੋ ਜਿਹਾ ਸਲੂਕ ਕਰਦੇ ਸਨ, ਇੱਕੋ ਜਿਹਾ ਹੀ ਸਮਝਦੇ ਸਨ। ਕਈ ਰਾਜੇ, ਖਾਸ ਤੌਰ ਪਰ ਪੰਜਾਬ ਦੇ ਸਾਰੇ ਰਾਜੇ ਅਤੇ ਨਵਾਬ ਮਲੇਰਕੋਟਲਾ ਸੰਤ ਜੀ ਨੂੰ ਅਕਸਰ ਬੁਲਾਉਂਦੇ ਰਹਿੰਦੇ ਸਨ, ਆਪਣੇ ਮਹਿਲਾਂ ਵਿੱਚ ਚਰਨ ਪਵਾਉਂਦੇ ਸਨ। ਰਾਜੇ ਆਪ ਜੀ ਨੂੰ ਆਪਣੀ ਗੱਦੀ ਪਰ ਬਿਠਾ ਕੇ ਆਪ ਫਰਸ਼ ਪਰ ਬੈਠਦੇ ਸਨ। ਰਾਣੀਆਂ ਵੀ ਤੇ ਸਭ ਅਹਿਲਕਾਰ ਆਪ ਜੀ ਨੂੰ ਮੱਥਾ ਟੇਕਦੇ ਸਨ। ਫਰੀਦਕੋਟ ਦੀ ਰਾਣੀ ਜਸਵੰਤ ਕੌਰ ਜਿਹੀਆਂ ਆਪ ਜੀ ਨੂੰ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਸਜਾ ਕੇ ਛਕਾਉਂਦੀਆਂ ਤੇ ਸੀਤ ਪ੍ਰਸ਼ਾਦ ਵੀ ਆਪ ਛਕਦੀਆਂ ਸਨ। ਆਪ ਜੀ ਨੂੰ ਇਤਨਾ ਮਾਣ ਮਿਲਣ ਪਰ ਵੀ ਆਪ ਜੀ ਦੇ ਮਨ ਵਿੱਚ ਹੰਕਾਰ ਦੀ ਲੇਸ ਤੱਕ ਨਹੀਂ ਆਈ।
ਕਦੇ, ਸਗੋਂ ਜਿਵੇਂ ਅੱਗੇ ਦੱਸਾਂਗੇ ਸੰਤ ਜੀ ਵਾਸਤੇ ਆਦਰ ਤੇ ਨਿਰਾਦਰੀ ਇੱਕ ਸਮਾਨ ਸਨ, ਮਿੱਤਰ ਸੱਤਰ ਸਭ ਇੱਕ ਸਮਾਨ ਸਨ, ਗਰੀਬ ਅਤੇ ਅਮੀਰ ਇੱਕੋ ਜਿਹੇ ਸਨ। ਸੰਤ ਜੀ ਕਹਿੰਦੇ ਇੱਕ ਵਾਰ ਰਾਜਾ ਪਟਿਆਲੇ ਦੇ ਮਹਿਲਾਂ ਵਿੱਚ ਠਹਿਰੇ ਹੋਏ ਸਨ ਤੇ ਸ਼ਹਿਰ ਦੀ ਇੱਕ ਮਾਈ ਨੇ ਉਸੇ ਦੇ ਗ੍ਰਹਿ ਵਿੱਚ ਦਰਸ਼ਨ ਦੇਣ ਲਈ ਬੇਨਤੀ ਕੀਤੀ। ਸੰਤ ਜੀ ਉਸੇ ਵੇਲੇ ਉਸਦੇ ਘਰ ਜਾਣ ਲਈ ਤਿਆਰ ਹੋ ਗਏ। ਲੋਕਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਉਹ ਮਾਈ ਤਾਂ ਇਤਨੀ ਕੰਗਾਲ ਹੈ ਕਿ ਘਰ ਵਿੱਚ ਆਪਣੇ ਖਾਣ ਲਈ ਵੀ ਉਸਨੂੰ ਪੂਰਾ ਨਹੀਂ ਮਿਲਦਾ, ਉਹ ਸਾਰੀ ਸੰਗਤ ਲਈ ਲੰਗਰ ਕਿਵੇਂ ਤਿਆਰ ਕਰੇਗੀ? ਸੰਤ ਜੀ ਜਿਸਦੇ ਗ੍ਰਹਿ ਜਾਣ ਉੱਥੇ ਹੀ ਦੀਵਾਨ ਵੀ ਸਜਦਾ ਸੀ ਤੇ ਲੰਗਰ ਵੀ ਵਰਤਦਾ ਸੀ। ਸੰਤਾਂ ਨੇ ਬਚਨ ਕੀਤਾ ਕਿ ਗੁਰੂ ਜੀ ਆਪ ਹੀ ਉਸਦੀ ਇਲਾਜ ਰੱਖਣਗੇ। ਜਦੋਂ ਸ਼ਹਿਰ ਵਿੱਚ ਲੋਕਾਂ ਨੂੰ ਸੰਤ ਜੀ ਦੇ ਉਸ ਗਰੀਬਣੀ ਦੇ ਘਰ ਜਾਣ ਦਾ ਪਤਾ ਲੱਗਾ ਤਾਂ ਸੰਗਤ ਆਪੋ ਆਪਣੇ ਘਰੋਂ ਪ੍ਰਸ਼ਾਦਾ ਸਜਾ ਕੇ ਉੱਥੇ ਲੈ ਆਈ ਅਤੇ ਲੰਗਰ ਅਤੁੱਟ ਵਰਤਿਆ ਤੇ ਮਾਈ ਦੀ ਆਸ ਵੀ ਪੂਰੀ ਹੋਈ। ਇੱਕ ਵਾਰ ਸੰਤ ਜੀ ਸਿੰਧ ਦੇ ਇੱਕ ਸ਼ਹਿਰ ਵਿੱਚ ਇੱਕ ਸੇਠ ਦੇ ਘਰ ਠਹਿਰੇ ਹੋਏ ਸਨ। ਜਦ ਕਿ ਉਸ ਸ਼ਹਿਰ ਦੇ ਇੱਕ ਗਰੀਬ ਸਿੰਘ ਨੇ ਆ ਕੇ ਸੰਤ ਜੀ ਪਾਸ ਉਸਦੇ ਗ੍ਰਹਿ ਵਿਖੇ ਪ੍ਰਸ਼ਾਦਾ ਛਕਣ ਲਈ ਬੇਨਤੀ ਕਰ ਦਿੱਤੀ। ਸੰਤ ਜੀ ਨੇ ਮੰਨ ਲਿਆ, ਪਰ ਜਿਸ ਸੇਠ ਦੇ ਘਰ ਆਪ ਠਹਿਰੇ ਹੋਏ ਸਨ ਗਲਤੀ ਨਾਲ ਉੱਥੇ ਵੀ ਲੰਗਰ ਤਿਆਰ ਹੋ ਗਿਆ। ਆਪ ਪਹਿਲੇ ਗਰੀਬ ਸਿੰਘ ਦੇ ਘਰ ਗਏ ਅਤੇ ਸੰਗਤ ਨੂੰ ਕਿਹਾ ਕਿ ਥੋੜੀ ਭੁੱਖ ਰੱਖ ਕੇ ਛਕੋ, ਮਗਰੋਂ ਸੇਠ ਦੇ ਘਰ ਆ ਕੇ ਥੋੜਾ ਬਹੁਤਾ ਪ੍ਰਸ਼ਾਦਾ ਫਿਰ ਛਕਿਆ। ਆਪ ਨੇ ਨਿਰਾਸ਼ ਦੋਹਾਂ ਨੂੰ ਨਹੀਂ ਕੀਤਾ, ਪਰ ਵਿਸ਼ੇਸ਼ਤਾ ਗਰੀਬ ਨੂੰ ਦਿੱਤੀ ਤਾਂ ਜੋ ਉਹਦਾ ਦਿਲ ਨਾ ਦੁਖੇ। ਇੱਕ ਨਹੀਂ ਕਈ ਅਜਿਹੇ ਅਵਸਰ ਆਉਂਦੇ ਰਹੇ ਕਿ ਆਪ ਮਾਲਵੇ ਵਿੱਚ ਹਨ ਅਤੇ ਆਪ ਨੂੰ ਕੋਈ ਪ੍ਰੇਮੀ ਫਰੰਟੀਅਰ ਤੋਂ ਜਾਂ ਪੋਠੋਹਾਰ ਤੋਂ ਜਾਂ ਸਿੰਧ ਤੋਂ ਬੁਲਾਉਣ ਵਾਸਤੇ ਆ ਜਾਂਦਾ ਸੀ। ਆਪ ਉਸਦੇ ਪ੍ਰੇਮ ਤੇ ਸ਼ਰਧਾ ਨੂੰ ਦੇਖਦੇ ਸਨ ਅਤੇ ਉਸਦੇ ਨਾਲ ਚੱਲਣ ਵਾਸਤੇ ਤਿਆਰ ਹੋ ਜਾਂਦੇ ਸਨ। ਆਪ ਜੀ ਨੇ ਨਾ ਹੀ ਕਦੇ ਫਾਸਲੇ ਦਾ ਖਿਆਲ ਕੀਤਾ, ਨਾ ਹੀ ਕਿਸੇ ਦੀ ਗਰੀਬੀ ਜਾਂ ਅਮੀਰੀ ਦਾ। ਆਪ ਨੇ ਨਾ ਕਰਕੇ ਕਿਸੇ ਨੂੰ ਨਿਰਾਸ਼ ਤਾਂ ਕੀਤਾ ਹੀ ਨਹੀਂ। ਕਈ ਵਾਰ ਇਸ ਤਰ੍ਹਾਂ ਵੀ ਹੋਇਆ ਕਿ ਆਪ ਕਿਸੇ ਥਾਂ ਜਾਣ ਲਈ ਸਫ਼ਰ ਕਰ ਰਹੇ ਹਨ, ਰਸਤੇ ਵਿੱਚ ਕਿਸੇ ਰੇਲ ਦੇ ਕਰਮਚਾਰੀ ਨੇ ਜਾਂ ਕਿਸੇ ਹੋਰ ਪ੍ਰੇਮੀ ਨੇ ਆਪ ਨੂੰ ਦੇਖ ਲਿਆ ਅਤੇ ਬੇਨਤੀ ਕੀਤੀ ਕਿ ਉਹਦੇ ਗ੍ਰਹਿ ਚਰਨ ਪਾਓ ਤਾਂ ਆਪ ਜੀ ਉੱਥੇ ਉੱਤਰ ਜਾਂਦੇ ਸਨ, ਭਾਵੇਂ ਬਾਕੀ ਸਫ਼ਰ ਲਈ ਰੇਲ ਦਾ ਟਿਕਟ ਦੁਬਾਰਾ ਹੀ ਲੈਣਾ ਪੈਂਦਾ ਸੀ। ਆਪ ਜੀ ਦੇ ਕੌਤਕ ਅਨੋਖੇ ਹੀ ਸਨ। ਇੱਕ ਵਾਰ ਆਪ ਰੇਲ ਵਿੱਚ ਕਿਧਰੇ ਜਾ ਰਹੇ ਸਨ ਤਾਂ ਦੋ ਸੇਵਾਦਾਰ ਨਾਲ ਸਨ। ਰਸਤੇ ਵਿੱਚ ਇੱਕ ਪਿੰਡ ਦਾ ਗਵਾਰ ਜਾਂ ਬੁੱਢਾ ਹੁੱਕਾ ਪੀਣ ਲੱਗ ਪਿਆ। ਸੇਵਾਦਾਰਾਂ ਨੇ ਰੋਕਿਆ ਪਰ ਉਹ ਨਾ ਮੰਨਿਆ। ਫਿਰ ਸੰਤ ਜੀ ਨੇ ਬਚਨ ਕੀਤਾ ਕਿ ਤੂੰ ਇਸ ਨੂੰ ਛੱਡ ਦੇ, ਇਸ ਤੋਂ ਕੀ ਲੈਣਾ? ਤਾਂ ਉਸ ਪੇਂਡੂ ਨੇ ਉੱਤਰ ਦਿੱਤਾ, ਕਹਿੰਦਾ ਇਸ ਨੂੰ ਤਾਂ ਛੱਡਾਂਗਾ ਜੇ ਤੁਸੀਂ ਮੇਰੇ ਪਿੰਡ ਚੱਲੋ। ਦੋ ਸਟੇਸ਼ਨਾਂ ਮਗਰੋਂ ਉਹਦਾ ਪਿੰਡ ਆ ਗਿਆ ਤੇ ਸੰਤ ਜੀ ਵੀ ਉਹਦੇ ਨਾਲ ਹੀ ਰੇਲ ਤੋਂ ਉੱਤਰ ਕੇ ਉਹਦੇ ਪਿੰਡ ਚਲੇ ਗਏ। ਉਹਨੇ ਆਪ ਜੀ ਨੂੰ ਇੱਕ ਮਾਮੂਲੀ ਸਾਧੂ ਸਮਝ ਕੇ ਸੰਤ ਜੀ ਨੂੰ ਪਿੰਡ ਦੇ ਬਾਹਰ ਖੂਹ ਦੇ ਪਾਰ ਠਹਿਰਾ ਦਿੱਤਾ ਅਤੇ ਭੋਜਨ ਪਿੰਡ ਵਿੱਚੋਂ ਪਹੁੰਚਦਾ ਰਿਹਾ। ਸੰਤ ਜੀ ਸਵੇਰੇ ਸ਼ਾਮ ਉੱਥੇ ਕੀਰਤਨ ਕਰਦੇ ਤੇ ਧਿਆਨ ਮਗਨ ਰਹਿੰਦੇ। ਥੋੜੇ ਦਿਨਾਂ ਬਾਅਦ ਕਿਸੇ ਹੋਰ ਥਾਂ ਦੀ ਸੰਗਤ ਨੂੰ ਆਪ ਜੀ ਦਾ ਪਤਾ ਚੱਲਿਆ ਤੇ ਆਪਣੇ ਨਾਲ ਆਪਣੇ ਪਿੰਡ ਲੈ ਗਏ। ਉਹ ਪੇਂਡੂ ਜੋ ਪਹਿਲੇ ਆਪ ਦੀ ਮਹਿਮਾ ਸਮਝ ਨਹੀਂ ਸਕਿਆ ਸੀ, ਸੰਤ ਜੀ ਦੇ ਨਾਲ ਹੀ ਉਸ ਦੂਜੇ ਪਿੰਡ ਵੱਲ ਚੱਲ ਪਿਆ ਅਤੇ ਇਤਨਾ ਪ੍ਰਭਾਵਿਤ ਹੋਇਆ ਕਿ ਬਾਕੀਆਂ ਦੇ ਨਾਲ ਰਲ ਕੇ ਇਸ ਨੇ ਵੀ ਅੰਮ੍ਰਿਤਪਾਨ ਕੀਤਾ ਤੇ ਸਿੰਘ ਸਜਿਆ। ਹਰ ਘੱਟ ਵਿੱਚ ਵਾਹਿਗੁਰੂ ਜੀ ਨੂੰ ਦੇਖਣ ਵਾਲੇ ਮਹਾਂਪੁਰਸ਼ ਕਿਸੇ ਦੇ ਮੂੰਹ ਤੋਂ ਨਿਕਲੀ ਗੱਲ ਨੂੰ ਵੀ ਵਾਹਿਗੁਰੂ ਜੀ ਦੇ ਹੁਕਮ ਵਿੱਚ ਸਮਝਦੇ ਹਨ। ਉਹਨਾਂ ਦੇ ਆਪਣੇ ਮਨ ਦੇ ਅੰਦਰ ਵੀ ਮੈਂ ਦਾ ਅਭਾਵ ਹੁੰਦਾ ਹੈ, ਇਸ ਕਰਕੇ ਮਾਨ ਅਤੇ ਅਪਮਾਨ ਬਰਾਬਰ ਹੀ ਹੁੰਦਾ ਹੈ। ਇੱਕ ਮਾਈ ਨੇ ਸੰਤ ਜੀ ਨੂੰ ਗੁਰਸਾਗਰ ਤੋਂ ਪੇਸ਼ਾਵਰ ਆ ਕੇ ਦਰਸ਼ਨ ਦੇਣ ਲਈ ਬੇਨਤੀ ਕੀਤੀ।
ਅਤੇ ਨਾਲ ਲਿਖ ਕੇ ਭੇਜਿਆ ਕਿ ਆਪਣੇ ਨਾਲ ਦੋ ਸੇਵਕ ਹੀ ਲਿਆਉਣੇ ਨੇ। ਸੰਤ ਜੀ ਨੇ ਗੁੱਸਾ ਨਹੀਂ ਕੀਤਾ ਅਤੇ ਦੋ ਸੇਵਕਾਂ ਦੇ ਨਾਲ ਹੀ ਪਿਸ਼ਾਵਰ ਲਈ ਚੱਲ ਪਏ। ਇੱਕ ਪਿੰਡ ਵਿੱਚ ਕਿਸੇ ਜ਼ਿਮੀਦਾਰ ਦੇ ਘਰ ਸੰਤ ਜੀ ਲਈ ਲੰਗਰ ਸੀ। ਉਸ ਜ਼ਿਮੀਦਾਰ ਨੇ ਕਿਸੇ ਦੇ ਪਾਸ ਗੱਲ ਕੀਤੀ ਕਿ ਸੰਤ ਜੀ ਦੇ ਨਾਲ ਸੰਗਤ ਬਹੁਤ ਹੁੰਦੀ ਹੈ, ਮੇਰਾ ਕਾਫੀ ਪੈਸਾ ਖਰਚ ਹੋ ਗਿਆ। ਇਹ ਗੱਲ ਕਿਸੇ ਤਰ੍ਹਾਂ ਸੰਤ ਜੀ ਤੱਕ ਪਹੁੰਚ ਗਈ, ਜਿਸ ਨੂੰ ਸੁਣ ਕੇ ਆਪ ਉੱਥੋਂ ਆਪਣੇ ਗੜਬਈ ਦੇ ਨਾਲ ਚੁੱਪ ਚੁਪੀਤੇ ਹੀ ਇਹ ਆਖ ਕੇ ਚੱਲ ਪਏ ਕਿ ਚਲੋ ਭਾਈ ਇੱਥੋਂ ਕਿਤੇ ਲੁਕ ਚੱਲੀਏ, ਸਾਡੇ ਨਾਲ ਸੰਗਤ ਬਹੁਤੀ ਹੋਣ ਕਰਕੇ ਪ੍ਰੇਮੀ ਹੈ ਜਿਹੜਾ ਉਹ ਦੁੱਖ ਮੰਨਦਾ ਹੈ। ਆਪ ਕੁਝ ਦੂਰ ਜਾ ਕੇ ਸੇਵਾਦਾਰ ਦੇ ਨਾਲ ਇੱਕ ਰੇਲ ਦੇ ਪੁਲ ਹੇਠਾਂ ਜਾ ਬਿਰਾਜੇ ਅਤੇ ਅੰਮ੍ਰਿਤ ਵੇਲੇ ਅੱਗੇ ਚਾਲੇ ਪਾ ਦਿੱਤੇ। ਸੰਤ ਜੀ ਇੱਕ ਨਦੀ ਲੰਘ ਰਹੇ ਸਨ ਕਿ ਕਿਸੇ ਨੇ ਕਿਹਾ ਕਿ ਕਿੰਨੇ ਹੱਟੇ ਕੱਟੇ ਹਨ, ਕਮਾਈ ਕਰਨ ਤੋਂ ਡਰਦੇ ਇੱਧਰ ਉੱਧਰ ਫਿਰਦੇ ਨੇ। ਦੱਸਿਆ ਜਾਂਦਾ ਕਿ ਸੰਤ ਜੀ ਨੇ ਇਹ ਸੁਣ ਕੇ ਉਸ ਨਦੀ ਦੇ ਕੰਢੇ ਹੀ ਡੇਰਾ ਲਾ ਲਿਆ ਤੇ ਬਰੇਤੀ ਵਿੱਚ ਕਿੰਨਾ ਚਿਰ ਹੀ ਤਪ ਕੀਤਾ ਬੈਠ ਕੇ। ਇੱਕ ਵਾਰ ਆਪ ਜੀ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਕੀਰਤਨ ਕਰਨ ਵਾਸਤੇ ਆਏ, ਪਰ ਪੁਜਾਰੀਆਂ ਨੇ ਜੋ ਆਪ ਦਾ ਪ੍ਰਤਾਪ ਦੇਖ ਕੇ ਸੜਦੇ ਸਨ, ਉਹਨਾਂ ਨੇ ਆਪ ਜੀ ਨੂੰ ਚੌਂਕੀ ਭਰਨ ਤੋਂ ਰੋਕ ਦਿੱਤਾ। ਸੰਤ ਜੀ ਨੇ ਕੁਝ ਬਚਨ ਨਾ ਕੀਤੇ ਅਤੇ ਚੁੱਪ ਚਾਪ ਬਾਹਰ ਆ ਕੇ ਗੁਰੂ ਕੇ ਬਾਗ ਵਿੱਚ ਦੀਵਾਨ ਸਜਾਇਆ। ਚੜਾਵਾ ਦੇਖ ਕੇ ਪੁਜਾਰੀ ਵੀ ਉੱਥੇ ਆ ਬੈਠੇ। ਸੰਤ ਜੀ ਨੇ ਉਹਨਾਂ ਦੇ ਨੀਯਤ ਦੇਖ ਕੇ ਦੀਵਾਨ ਦੀ ਸਮਾਪਤੀ ਤੋਂ ਮਗਰੋਂ ਬਚਨ ਕੀਤਾ ਕਿ ਇਹ ਮਾਇਆ ਜੋ ਹੈ ਇਹ ਵੀ ਤੁਸੀਂ ਸਾਂਭ ਲਓ, ਜੋ ਪੁਜਾਰੀਆਂ ਨੇ ਝੱਟ ਹੀ ਸਮੇਟ ਲਈ। ਬਹੁਤ ਪਹਿਲੇ ਮੁੱਢਲੇ ਦਿਨਾਂ ਦੀ ਗੱਲ ਹੈ ਕਿ ਸੰਤ ਜੀ ਪੋਠੋਹਾਰ ਦੇ ਇੱਕ ਪਿੰਡ ਵਿੱਚ ਦੀਵਾਨ ਸਜਾ ਰਹੇ ਸਨ ਅਤੇ ਸੰਤ ਜੀ ਤੇ ਰਾਵਲਪਿੰਡੀ ਦੀ ਸਿੰਘ ਸਭਾ ਦਾ ਇੱਕ ਮੈਂਬਰ ਵੀ ਉੱਥੇ ਆ ਪਹੁੰਚਾ ਅਤੇ ਸੰਤ ਜੀ ਦੀ ਸ਼ਾਨ ਵਿੱਚ ਬਹੁਤ ਨਿਰਾਦਰੀ ਭਰੇ ਬਚਨ ਕਹੇ। ਸੰਤ ਜੀ ਆਪਣੇ ਰੰਗ ਵਿੱਚ ਸ਼ਾਂਤੀ ਨਾਲ ਸੁਣਦੇ ਰਹੇ ਅਤੇ ਜਦੋਂ ਆਪਣਾ ਲੈਕਚਰ ਪੂਰਾ ਕਰ ਚੁੱਕਾ ਤਾਂ ਸੰਤ ਜੀ ਨੇ ਬੜੇ ਪ੍ਰੇਮ ਨਾਲ ਉਹਨੂੰ ਆਪਣੇ ਪਾਸ ਬਿਠਾਇਆ ਅਤੇ ਸੰਗਤ ਨੂੰ ਬੇਨਤੀ ਕੀਤੀ ਕਿ ਸਾਨੂੰ ਮੱਥਾ ਨਾ ਟੇਕਿਆ ਕਰੋ, ਇਹ ਪ੍ਰੇਮੀ ਠੀਕ ਹੀ ਆਖਦੇ ਹਨ। ਇੱਕ ਦਿਨ ਸੰਤ ਜੀ ਗੁਰਸਾਗਰ ਸਾਹਿਬ ਦੀਵਾਨ ਵਿੱਚ ਕੀਰਤਨ ਕਰ ਰਹੇ ਸਨ, ਉਧਰੋਂ ਇੱਕ ਕੋਈ ਆ ਨਿਕਲਿਆ ਜੋ ਸਿੰਘਾਂ ਤੋਂ ਬਹੁਤ ਚਿੜਿਆ ਹੋਇਆ ਸੀ, ਅਜੇ ਦੀਵਾਨ ਦੇ ਪਾਸ ਖੜਾ ਰਿਹਾ। ਸੰਗਤ ਵਿੱਚੋਂ ਕਿਸੇ ਨੇ ਆਖਿਆ ਕਿ ਆਓ ਬੈਠ ਜਾਓ। ਉਹ ਖਿੱਚ ਕੇ ਬੋਲਿਆ ਕਿ ਮੈਂ ਤੁਮ ਕੁੱਤੋਂ ਕੇ ਪਾਸ ਨਹੀਂ ਬੈਠਦਾ। ਸੰਤ ਜੀ ਦੇ ਕੰਨ ਵਿੱਚ ਇਸ ਗੱਲ ਦੀ ਭਿਣਕ ਪਈ। ਸ਼ਬਦ ਦੀ ਸਮਾਪਤੀ ਪਰ ਆਪ ਜੀ ਨੇ ਸ਼ਖਸੀ ਨੂੰ ਬੁਲਾ ਕੇ ਬੜੇ ਪ੍ਰੇਮ ਨਾਲ ਆਖਿਆ ਕਿ ਆਓ ਮਹਾਰਾਜ, ਤੁਸੀਂ ਸਾਡੇ ਪਾਸ ਬੈਠੋ, ਅਸੀਂ ਤੁਹਾਡੇ ਕੂਕਰ ਹਾਂ। ਆਤਮਕ ਬਲ ਵਾਲੇ ਸੰਤ ਜੀ ਦੇ ਇਹ ਨਿਮਰਤਾ ਵਾਲੇ ਬਚਨ ਸੁਣ ਕੇ ਉਹਦੇ ਮਨ ਪਰ ਇੱਕ ਅਨੋਖਾ ਹੀ ਅਸਰ ਹੋਇਆ ਅਤੇ ਅਮਰ ਛਕੇ ਸਿੰਘ ਸੱਜ ਗਿਆ। ਅਜਿਹੀਆਂ ਘਟਨਾਵਾਂ ਦੱਸਦੀਆਂ ਨੇ ਕਿ ਸੰਤ ਅਤਰ ਸਿੰਘ ਜੀ ਦੇ ਵਿੱਚ ਕਿੰਨੀ ਬਰਦਾਸ਼ਤ ਸ਼ਕਤੀ ਸੀ, ਕਿੰਨੀ ਖਿਮਾ ਸੀ ਤੇ ਕਿੰਨੀ ਨਿਮਰਤਾ ਸੀ। ਆਪਣੇ ਆਪ ਨੂੰ ਕਿਸੇ ਨਾਲੋਂ ਵੀ ਵੱਡਾ ਨਹੀਂ ਸਨ ਸਮਝਦੇ। ਸੰਗਤ ਵਿੱਚ ਸਭ ਬਰਾਬਰ ਬੈਠਦੇ ਸਨ, ਬਰਾਬਰ ਬੈਠ ਕੇ ਲੰਗਰ ਛਕਦੇ ਸਨ। ਸੰਗਤ ਵਿੱਚ ਕੋਈ ਗੱਲ ਹੋਵੇ ਤਾਂ ਫੈਸਲੇ ਵਾਸਤੇ ਆਪ ਸੰਗਤ ਹੀ ਪੇਸ਼ ਕਰਦੇ ਸਨ। ਇਹ ਵੱਖਰੀ ਗੱਲ ਹੈ ਕਿ ਸੰਗਤ ਆਪ ਪਾਰੀ ਗੱਲ ਛੱਡ ਦਿੰਦੀ ਸੀ, ਆਪਣੇ ਆਪ ਨੂੰ ਇੱਕ ਗਰੀਬ ਸਿੱਖ ਕਿਹਾ ਕਰਦੇ ਸਨ। ਇੱਕ ਵਾਰ ਸੰਤ ਜੀ ਨੂੰ ਘੋੜੇ ਪਰ ਸਵਾਰ ਕਰਾ ਕੇ ਜਲੂਸ ਵਿੱਚ ਲਿਜਾ ਰਹੇ ਸਨ। ਸੰਗਤ ਵਿੱਚੋਂ ਕਿਸੇ ਦੇ ਮੂੰਹ ਤੋਂ ਨਿਕਲਿਆ, ਕਹਿੰਦੇ ਕਿੰਨੇ ਸੁੰਦਰ ਹਨ, ਗੁਰੂ ਦੀ ਮੂਰਤ ਹੀ ਲੱਗਦੇ ਹਨ। ਸੰਤ ਜੀ ਦੇ ਕੰਨ ਵਿੱਚ ਗੱਲ ਪੈ ਗਈ। ਆਪ ਜੀ ਝਟਪਟ ਘੋੜੇ ਤੋਂ ਉਤਰ ਕੇ ਸੰਗਤ ਦੇ ਨਾਲ ਪੈਦਲ ਚੱਲਣ ਲੱਗ ਪਏ ਅਤੇ ਮਜਬੂਰ ਕਰਨ ਤੇ ਵੀ ਸਵਾਰੀ ਨਹੀਂ ਕੀਤੀ। ਇੱਕ ਵਾਰ ਸਜੇ ਦੀਵਾਨ ਵਿੱਚ ਇੱਕ ਸੱਜਣ ਨੇ ਸੰਗਤ ਦੀ ਅੱਖ ਬਚਾ ਕੇ 10 ਰੁਪਏ ਦਾ ਨੋਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚੋਂ ਚੁੱਕ ਲਿਆ।
ਸੰਤ ਜੀ ਦੀ ਨਜ਼ਰ ਪੈ ਗਈ ਅਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪ ਜੀ ਨੇ ਉਸ ਸ਼ਖਸ ਨੂੰ ਇੱਕ ਪਾਸੇ ਬੁਲਾ ਕੇ ਨੋਟ ਚੁੱਕਣ ਦਾ ਕਾਰਨ ਪੁੱਛਿਆ ਤਾਂ ਉਸਨੇ ਆਪਣੀ ਆਰਥਿਕ ਤੰਗੀ ਪ੍ਰਗਟ ਕੀਤੀ। ਸੰਤ ਜੀ ਨੇ ਸਾਰੀ ਚੜ੍ਹਤ ਜੋ ਸਾਰਾ ਚੜਾਵਾ ਸੀ ਉਹਦੇ ਹਵਾਲੇ ਕਰ ਦਿੱਤਾ। ਸੰਤ ਜੀ ਦਾ ਜੀਵਨ ਅਜਿਹੀਆਂ ਅਨੇਕ ਘਟਨਾਵਾਂ ਦੇ ਨਾਲ ਭਰਪੂਰ ਹੈ। ਮਨੁੱਖ ਛੱਡ ਕੇ ਸੰਤ ਜੀ ਕਿਸੇ ਪਸ਼ੂ ਦੇ ਮਨ ਨੂੰ ਵੀ ਦੁੱਖ ਨਹੀਂ ਸੀ ਦੇਣਾ ਚਾਹੁੰਦੇ। ਇੱਕ ਵਾਰ ਸੰਤ ਜੀ ਕਿਸੇ ਪਿੰਡ ਤੋਂ ਦੂਜੇ ਪਿੰਡ ਪੈਦਲ ਹੀ ਜਾ ਰਹੇ ਸਨ ਕਿ ਇੱਕ ਥਾਂ ਰਸਤੇ ਦੇ ਵਿੱਚ ਇੱਕ ਗਧਾ ਖਲੋਤਾ ਸੀ। ਸੇਵਕ ਉਸਨੂੰ ਸੜਕ ਤੋਂ ਲਾਂਭੇ ਕਰਨ ਦੇ ਲਈ ਅੱਗੇ ਨੂੰ ਦੌੜਾਉਣ ਲੱਗੇ ਕਿ ਆਪ ਜੀ ਨੇ ਰੋਕ ਦਿੱਤਾ ਅਤੇ ਆਪ ਲਾਂਭੇ ਹੋ ਕੇ ਨਿਕਲੇ। ਨਾਲ ਹੀ ਬਚਨ ਕੀਤਾ ਕਿ ਭਾਈ ਆਪ ਦੂਰ ਹੋ ਕੇ ਨਿਕਲੋ, ਇਸ ਨੂੰ ਖੜਾ ਰਹਿਣ ਦੇਵੋ, ਇਹਦਾ ਆਨੰਦ ਨਾ ਖੋਵੋ। ਹਲ ਵਾਹੁੰਦੇ ਸਮੇਂ ਜਾਂ ਗੱਡਾ ਹੱਕਦੇ ਸਮੇਂ ਜੋ ਬੈਲਾਂ ਨੂੰ ਮਾਰ ਪੈਂਦੀ ਆਪ ਜੀ ਨੂੰ ਚੰਗੀ ਨਹੀਂ ਸੀ ਲੱਗਦੀ। ਸੰਤ ਜੀ ਦੇ ਵਾਸਤੇ ਇੱਕ ਥਾਂ ਦੁੱਧ ਛਿੱਕੇ ਪਰ ਰੱਖਿਆ ਹੋਇਆ ਸੀ। ਸੰਤ ਜੀ ਦੇ ਵਾਸਤੇ ਇੱਕ ਥਾਂ ਦੁੱਧ ਛਿੱਕੇ ਪਰ ਰੱਖਿਆ ਹੋਇਆ ਸੀ। ਇੱਕ ਬਿੱਲੀ ਬੈਠੀ ਉੱਪਰ ਛਿੱਕੇ ਵੱਲ ਝਾਕ ਰਹੀ ਸੀ। ਸੰਤ ਜੀ ਦੀ ਨਜ਼ਰ ਉਸ ਪਰ ਪੈ ਗਈ। ਆਪ ਨੇ ਦੁੱਧ ਛਿੱਕੇ ਤੋਂ ਹੇਠਾਂ ਉਤਰਵਾ ਦਿੱਤਾ ਤੇ ਲਾਂਭੇ ਹੋ ਗਏ। ਜਦ ਬਿੱਲੀ ਨੇ ਉੱਥੇ ਕੋਈ ਨਾ ਦੇਖਿਆ ਤਾਂ ਦੁੱਧ ਪੀ ਕੇ ਉੱਥੇ ਆਨੰਦ ਨਾਲ ਬੈਠ ਕੇ ਆਪਣੀ ਜੀਭ ਦੇ ਨਾਲ ਮੂੰਹ ਸਾਫ਼ ਕਰਨ ਲੱਗ ਪਈ। ਸੰਤ ਜੀ ਉਸਨੂੰ ਵੇਖ ਕੇ ਮੁਸਕਰਾਏ ਅਤੇ ਬਚਨ ਕੀਤਾ ਕਿ ਅਨੰਤ ਕਿਸ ਰੰਗ ਵਿੱਚ ਮੌਜ ਮਾਣ ਰਿਹਾ ਹੈ। ਸੰਤ ਅਤਰ ਸਿੰਘ ਜੀ ਪਰ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਤੇ ਮਿਹਰ ਸੀ, ਇਹ ਗੱਲ ਪਿੱਛੇ ਦੱਸੇ ਗਏ ਹਾਲਾਤ ਤੋਂ ਸਪਸ਼ਟ ਹੈ। ਇੱਥੇ ਕੁਝ ਹੋਰ ਸਮਾਚਾਰ ਲਿਖਦੇ ਹਾਂ ਪਾਠਕਾਂ ਦੇ ਗਿਆਨ ਲਈ। ਗੁਰਸਾਗਰ ਦੇ ਨਜ਼ਦੀਕ ਜੋ ਕਾਂਝਲਾ ਪਿੰਡ ਹੈ, ਇਸ ਨੂੰ ਨੌਵੇਂ ਪਾਤਸ਼ਾਹ ਜੀ ਨੇ ਸ਼ਰਾਪ ਦਿੱਤਾ ਸੀ ਕਿ ਪਿੰਡ ਦੇ ਵਿੱਚ ਇਸ ਪਿੰਡ ਦੇ ਪਿੰਡ ਵਿੱਚ ਹੀ ਮਰਨਗੇ। ਸੰਤ ਜੀ ਨੇ ਇਸ ਪਿੰਡ ਵਿੱਚ ਅਖੰਡ ਪਾਠ ਕਰਵਾਇਆ ਅਤੇ ਸ਼ਰਾਪ ਬਖਸ਼ ਦੇਣ ਲਈ ਅਰਦਾਸ ਕੀਤੀ। ਪਿੰਡ ਵਾਸੀਆਂ ਨੂੰ ਸਿੱਖਿਆ ਦਿੱਤੀ ਕਿ ਅੱਗੇ ਲਈ ਗੁਰੂ ਦੇ ਬਣੇ ਰਹੋ ਤੇ ਗੁਰਸਾਗਰ ਤੀਰਥ ਦੀ ਤਨੋ ਮਨੋ ਸੇਵਾ ਕਰੋ, ਸ਼ਰਾਪ ਹੁਣ ਮਾਫ਼ ਹੋਇਆ। ਇਸੇ ਤਰ੍ਹਾਂ ਮਾਲਵੇ ਦੇ ਪਿੰਡ ਪੰਧੇਰਾ, ਉੱਥੇ ਵੀ ਨੌਵੇਂ ਪਾਤਸ਼ਾਹ ਗੁਰੂ ਸਾਹਿਬ ਜੀ ਦਾ ਸ਼ਰਾਪ ਸੀ। ਜਦ ਸੰਤ ਜੀ ਉਸ ਪਿੰਡ ਗਏ ਤਾਂ ਪਿੰਡ ਵਾਸੀਆਂ ਨੇ ਸ਼ਰਾਪ ਬਖਸ਼ਾ ਦੇਣ ਲਈ ਬੇਨਤੀ ਕੀਤੀ। ਸੰਤ ਜੀ ਨੇ ਬਚਨ ਕੀਤਾ ਕਿ ਇੱਥੇ ਇੱਕ ਵੱਡਾ ਗੁਰਦੁਆਰਾ ਬਣਾਵੋ ਅਤੇ ਸੇਵਾ ਕਰੋ, ਗੁਰੂ ਬਖਸ਼ਣਹਾਰ ਹਨ। ਫਿਰ ਦੀਵਾਨ ਵਿੱਚ ਸੰਤ ਜੀ ਨੇ ਉਸ ਪਿੰਡ ਵਾਸੀਆਂ ਦੀ ਭੁੱਲ ਬਖਸ਼ਣ ਲਈ ਅਰਦਾਸ ਕੀਤੀ। ਉਸੇ ਸਮੇਂ ਪਿੰਡ ਵਾਲਿਆਂ ਨੇ ਗੁਰਦੁਆਰਾ ਬਣਾਉਣ ਲਈ ਮਾਇਆ ਭੇਟਾ ਕੀਤੀ। ਸੰਤ ਜੀ ਨੇ ਇੱਕ ਕਮੇਟੀ ਬਣਾ ਕੇ ਮਾਇਆ ਉਹਨਾਂ ਦੇ ਸਪੁਰਦ ਕਰ ਦਿੱਤੀ, ਜਿਸ ਨਾਲ ਕਿ ਗੁਰਦੁਆਰਾ ਬਣਾ ਦਿੱਤਾ ਗਿਆ। ਇਸ ਤਰ੍ਹਾਂ ਸੰਤ ਜੀ ਨੇ ਇਹ ਸ਼ਰਾਪ ਵੀ ਮੁਆਫ ਕਰਵਾਇਆ। ਮਾਲਵੇ ਦੇ ਪਿੰਡ ਖੇੜੀ ਦੇ ਵਸਨੀਕ ਬਹੁਤ ਸ਼ਰਾਬੀ ਤੇ ਅੱਖੜ ਸਨ। ਅੱਖੜ ਮਤਲਬ ਅੱਕੜ ਵਾਲੇ ਸਨ। ਇਸ ਪਿੰਡ ਨੂੰ ਇੱਕ ਸਾਹਿਬ ਦਾਸ ਨੇ ਸ਼ਰਾਪ ਦੇ ਦਿੱਤਾ। ਸੰਤ ਜੀ ਇਸ ਪਿੰਡ ਵਿੱਚ ਆ ਕੇ ਕਈ ਦਿਨ ਠਹਿਰੇ, ਦੀਵਾਨ ਸਜਾਏ ਅਤੇ ਉਪਦੇਸ਼ ਦੇ ਕੇ ਪਿੰਡ ਵਾਸੀਆਂ ਨੂੰ ਸਿੱਧੇ ਰਸਤੇ ਲਾਇਆ। ਉਹਨਾਂ ਦੇ ਸੁਭਾਅ ਬਦਲੇ ਅਤੇ ਬਹੁਤ ਸਾਰਿਆਂ ਨੂੰ ਅੰਮ੍ਰਿਤਪਾਨ ਵੀ ਕਰਵਾਇਆ। ਫਿਰ ਸੰਤ ਜੀ ਨੇ ਇੱਕ ਦਿਨ ਕੀਰਤਨ ਕਰਦੇ ਹੋਏ ਇਸ ਪਿੰਡ ਦੀ ਪਰਿਕਰਮਾ ਕੀਤੀ ਤੇ ਬਚਨ ਕੀਤਾ ਕਿ ਹੁਣ ਉਹ ਸ਼ਰਾਪ ਸੀ ਜਿਹੜਾ ਉਹ ਬਖਸ਼ਿਆ ਗਿਆ ਹੈ। ਇੱਕ ਵਾਰ ਸੰਤ ਜੀ ਬਾਹਰ ਜਾ ਰਹੇ ਸਨ, ਦੋ ਸੇਵਕ ਵੀ ਨਾਲ ਸਨ। ਰਸਤੇ ਵਿੱਚ ਇੱਕ ਵੱਡਾ ਸੱਪ ਨਿਕਲਿਆ। ਇਹ ਸੱਪ ਪਹਿਲਾਂ ਸੰਤਾਂ ਅੱਗੇ ਲੋਟ ਪੋਟ ਜਿਹਾ ਹੋਇਆ, ਫਿਰ ਚਰਨ ਛੂ ਕੇ ਚਲਾ ਗਿਆ। ਸੇਵਕਾਂ ਦੇ ਪੁੱਛਣ ਪਰ ਆਪ ਜੀ ਨੇ ਦੱਸਿਆ ਕਿ ਪੂਰਬ ਵਿੱਚ ਇਹ ਇੱਕ ਵੱਡਾ ਤਪਸਵੀ ਸੀ। ਪੂਰਬ ਦੇ ਵਿੱਚ ਪੂਰਬ ਮਤਲਬ ਪਹਿਲੇ ਸਮੇਂ ਦੇ ਵਿੱਚ ਇਹ ਇੱਕ ਵੱਡਾ ਤਪਸਵੀ ਸੀ, ਪਰ ਕ੍ਰੋਧ ਜ਼ਿਆਦਾ ਹੋਣ ਕਰਕੇ ਆਪਣੇ ਪ੍ਰੇਮੀਆਂ ਦੇ ਨਾਲ ਬਹੁਤ ਭੈੜਾ ਸਲੂਕ ਕਰਦਾ ਸੀ। ਹੁਣ ਇਹ ਬਖਸ਼ਾਉਣ ਵਾਸਤੇ ਆਇਆ, ਸਰੀਰ ਤਿਆਗ ਕੇ ਉਹਨੇ ਅੱਛੀ ਗਤੀ ਪ੍ਰਾਪਤ ਕਰ ਲਵੇਗਾ।
ਜਿਹੜੇ ਲੋਕ ਗੁਰੂ ਘਰ ਤੋਂ ਉਂਝ ਹੀ ਗਏ ਗੁਆਚੇ ਹਨ ਅਤੇ ਰੱਜ ਕੇ ਆਪਣੇ ਭੈੜੇ ਚਾਉ ਪੂਰੇ ਕਰ ਰਹੇ ਹਨ, ਉਹਨਾਂ ਦੀ ਗੱਲ ਤਾਂ ਹੋਰ ਹੈ, ਪਰ ਜਿਨ੍ਹਾਂ ਅੰਮ੍ਰਿਤਧਾਰੀ ਸਿੱਖਾਂ ਨੇ ਕਦੇ ਕੁਰਹਿਤ ਕਰ ਲਈ ਅਤੇ ਹਜ਼ੂਰ ਸਾਹਿਬ ਜਾਂਦੇ ਸਨ, ਉਹੀ ਇਸ ਗੱਲ ਨੂੰ ਜਾਣਦੇ ਹਨ ਕਿ ਮਨਵਾੜ ਰੇਲਵੇ ਸਟੇਸ਼ਨ ਤੋਂ ਹੀ ਮਹਾਰਾਜ ਜੀ ਦਾ ਸ਼ਹੀਦੀ ਪਹਿਰਾ ਉਹਨਾਂ ਦੇ ਪਿੱਛੇ ਲੱਗ ਜਾਂਦਾ ਸੀ ਅਤੇ ਕਈਆਂ ਦੇ ਮਨ ਵਿੱਚ ਇਸ ਗੱਲ ਦਾ ਬਹੁਤ ਭੈ ਵੀ ਰਹਿੰਦਾ ਸੀ। ਹਜ਼ੂਰ ਸਾਹਿਬ ਜੀ ਦੇ ਪੁਰਾਣੇ ਪੁਜਾਰੀ ਨੇ ਦੱਸਿਆ ਸੀ ਕਿ ਜਦ ਸੰਤ ਅਤਰ ਸਿੰਘ ਜੀ ਬਹੁਤ ਸਾਰੀ ਸਿੰਧ ਦੀ ਸੰਗਤ ਨਾਲ ਲੈ ਕੇ ਦੂਜੀ ਵਾਰ ਹਜ਼ੂਰ ਸਾਹਿਬ ਆਏ ਸਨ ਤਾਂ ਪੁਜਾਰੀਆਂ ਨੇ ਮਿਲ ਕੇ ਸੰਤ ਜੀ ਪਾਸ ਬੇਨਤੀ ਕੀਤੀ ਕਿ ਹੁਣ ਕਲਯੁੱਗ ਦਾ ਪਹਿਰਾ ਹੈ, ਕਿਰਪਾ ਕਰਕੇ ਗੁਰੂ ਸਾਹਿਬ ਅੱਗੇ ਬੇਨਤੀ ਕਰੋ ਕਿ ਸ਼ਹੀਦੀ ਫੌਜਾਂ ਦਾ ਸਲੂਕ ਕੁਝ ਨਰਮ ਹੋ ਜਾਵੇ। ਦੱਸਿਆ ਜਾਂਦਾ ਕਿ ਸੰਤ ਜੀ ਨੇ ਤਖ਼ਤ ਸਾਹਿਬ ਪਰ ਇਸ ਗੱਲ ਦੀ ਅਰਦਾਸ ਕੀਤੀ, ਸੰਤ ਜੀ ਦੀ ਅਰਦਾਸ ਪ੍ਰਵਾਨ ਹੋਈ। ਇਸ ਸੰਬੰਧੀ ਹੋਰ ਵੇਰਵਾ ਦੇਣ ਦੀ ਲੋੜ ਨਹੀਂ ਹੈ। ਮਨੁੱਖੀ ਦੁਨਿਆਦਾਰੀ ਵਿੱਚ ਕਿੰਨਾ ਵੀ ਸਿਆਣਾ ਹੋਵੇ ਪਰ ਆਤਮਕ ਮੰਡਲ ਦੇ ਪ੍ਰਗਟਾਵੇ ਅਤੇ ਇਸਦੇ ਝਲਕਾਰਿਆਂ ਨੂੰ ਸਮਝਣ ਤੋਂ ਅਸਮਰੱਥ ਹੁੰਦਾ ਹੈ। ਮਾਇਆ ਦੇ ਕੁੱਪ ਹਨੇਰੇ ਵਿੱਚ ਬੇਨਿਸ਼ਾਨਾ ਇੱਧਰ ਉੱਧਰ ਹੱਥ ਮਾਰਨ ਵਾਲੇ ਲੋਕ ਵਾਹਿਗੁਰੂ ਜੀ ਦੇ ਦੇਸ਼ ਦੀਆਂ ਗੱਲਾਂ ਨਹੀਂ ਜਾਣ ਸਕਦੇ। ਜੇ ਕੋਈ ਸੂਖਮ ਝਲਕਾਰਾ ਕਦੇ ਕਿਸੇ ਤੋਂ ਸੁਣ ਵੀ ਲੈਣ ਤਾਂ ਵਹਿਮਾਂ ਦਾ ਸ਼ਬਦ ਵਰਤ ਕੇ ਸੰਤੁਸ਼ਟ ਹੋ ਜਾਂਦੇ ਹਨ। ਹਰ ਇੱਕ ਅਭਿਆਸੀ ਜੋ ਸਤਿਗੁਰੂ ਜੀ ਦੇ ਦਰ ਪਰ ਪਹੁੰਚਣ ਲਈ ਤਰੀਖੇ ਪਰ ਆਨੰਦਮਈ ਰਸਤੇ ਪਰ ਸੱਚੇ ਦਿਲੋਂ ਚੱਲਦਾ ਹੈ, ਗੁਰੂ ਮਹਾਰਾਜ ਦਾ ਧਿਆਨ ਵੀ ਉਸ ਵੱਲ ਹੋ ਜਾਂਦਾ ਹੈ ਅਤੇ ਆਪਣੇ ਪ੍ਰੇਮੀ ਦੀ ਕਈ ਪ੍ਰਕਾਰ ਦੇ ਰੱਖਿਆ ਕਰਦੇ ਹਨ। ਇਹ ਅਕਸਰ ਦੇਖਿਆ ਗਿਆ ਕਿ ਬਖਸ਼ੇ ਹੋਏ ਸੁਭਾਗੇ ਜੀਵਾਂ ਨਾਲ ਕਲਗੀਆਂ ਵਾਲੇ ਪਿਤਾ ਜੀ ਦਾ ਸ਼ਹੀਦੀ ਪਹਿਰਾ ਰਹਿੰਦਾ ਹੈ। ਇਹ ਔਕੜ ਵੇਲੇ ਸਹਾਇਤਾ ਕਰਦੇ ਨੇ ਤੇ ਪੁੱਠੇ ਚੱਲਣ ਵੇਲੇ ਤਾੜਨਾ ਵੀ ਕਰਦੇ ਨੇ। ਜਿਸ ਵੇਲੇ ਗੁਰੂ ਦਾ ਸਿੱਖ ਉੱਚੀਆਂ ਆਤਮਕ ਉਡਾਰੀਆਂ ਲੈਣ ਲੱਗ ਪੈਂਦਾ ਹੈ ਤਾਂ ਉਹਦਾ ਸੰਬੰਧ ਗੁਪਤ ਦੁਨੀਆ ਨਾਲ ਹੋ ਜਾਂਦਾ ਹੈ। ਸੰਤ ਅਤਰ ਸਿੰਘ ਜੀ ਅਜਿਹੇ ਸੁਭਾਗੇ ਮਹਾਂਪੁਰਸ਼ਾਂ ਵਿੱਚੋਂ ਸਨ। ਸੰਗਤਾਂ ਨੇ ਕਈ ਵਾਰ ਆਪਣੀਆਂ ਅੱਖਾਂ ਨਾਲ ਸ਼ਹੀਦੀ ਫੌਜਾਂ ਨੂੰ ਸੰਤ ਜੀ ਦੇ ਨਾਲ ਦੇਖਿਆ। ਗੁਰਸਾਗਰ ਸਾਹਿਬ ਵਿਖੇ ਕਦੀ ਕਦੀ ਇਹ ਵੀ ਦੇਖਿਆ ਗਿਆ ਕਿ ਗੁਪਤ ਵਿਅਕਤੀਆਂ ਸਧਾਰਨ ਸਿੰਘਾਂ ਦੇ ਰੂਪ ਵਿੱਚ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਧਿ ਸਥਿਤ ਹੋ ਕੇ ਕੀਰਤਨ ਦਾ ਰਸ ਮਾਣਦੀਆਂ ਅਤੇ ਮਗਰੋਂ ਅਲੋਪ ਹੋ ਜਾਂਦੀਆਂ ਸਨ। ਇਸ ਤਰ੍ਹਾਂ ਦੇ ਕਈ ਹੋਰ ਵੀ ਵਾਕਿਆ ਸੁਣਨ ਵਿੱਚ ਆਉਂਦੇ ਹਨ। ਮਹੰਤਾਂ ਦੇ ਸਮੇਂ ਪੰਥ ਵਿੱਚ ਕਈ ਕੁਰੀਤੀਆਂ ਚੱਲ ਪਈਆਂ ਸਨ। ਸੰਤ ਜੀ ਨੇ ਆਪਣਾ ਧਿਆਨ ਇਸ ਪਾਸੇ ਵੀ ਦਿੱਤਾ ਅਤੇ ਕੁਝ ਪੁਰਾਤਨ ਰਿਵਾਜ ਫਿਰ ਪ੍ਰਚਲਿਤ ਕੀਤੇ। ਮਹੰਤਾਂ ਦੇ ਸਮੇਂ ਇਸਤਰੀਆਂ ਲਈ ਅੰਮ੍ਰਿਤ ਕਰਦ ਨਾਲ ਹੀ ਤਿਆਰ ਕੀਤਾ ਜਾਂਦਾ ਸੀ। ਸੰਤ ਜੀ ਨੇ ਬੀਬੀਆਂ ਨੂੰ ਵੀ ਖੰਡੇ ਦਾ ਅੰਮ੍ਰਿਤ ਛਕਾਉਣਾ ਸ਼ੁਰੂ ਕੀਤਾ। ਬੇਦੀਆਂ ਦੇ ਵਿੱਚ ਪੈਰ ਧੋ ਕੇ ਜਲ ਪਿਲਾਉਣ ਦਾ ਰਿਵਾਜ ਚੱਲ ਪਿਆ। ਸੰਤ ਜੀ ਨੇ ਮੁੱਖ ਬੇਦੀਆਂ ਨੂੰ ਇਸ ਗੱਲੋਂ ਵਰਜ ਦਿੱਤਾ ਅਤੇ ਬਚਨ ਕੀਤਾ ਕਿ ਪੂਜਾ ਕੇਵਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾ ਸਕਦੀ ਹੈ। ਦਸਾਂ ਪਾਤਸ਼ਾਹੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕੋਈ ਗੁਰੂ ਬਣਨ ਦਾ ਅਧਿਕਾਰੀ ਨਹੀਂ ਹੈ। ਜੇ ਸਿੱਖ ਨੇ ਗੁਰੂ ਧਾਰਨ ਕਰਨਾ ਤਾਂ ਦਸ਼ਮੇਸ਼ ਜੀ ਦਾ ਅੰਮ੍ਰਿਤ ਪਾਨ ਕਰੇ। ਇਸ ਤੋਂ ਬਿਨਾਂ ਕਈ ਜਗ੍ਹਾ ਸਿੰਘ ਅਰਦਾਸ ਕਰਨ ਸਮੇਂ ਤਲਵਾਰ ਨੰਗੀ ਕਰਕੇ ਖੜੇ ਹੁੰਦੇ ਸਨ। ਸੰਤ ਜੀ ਇਸ ਗੱਲ ਤੋਂ ਵੀ ਵਰਜ ਦਿੰਦੇ ਸਨ। ਆਪ ਜੀ ਦਾ ਵਚਨ ਸੀ ਕਿ ਗੁਰੂ ਅੱਗੇ ਅਰਦਾਸ ਕਰਨ ਸਮੇਂ ਹੱਥ ਜੋੜਨੇ ਚਾਹੀਦੇ ਹਨ, ਤਲਵਾਰ ਨਹੀਂ ਦਿਖਾਈ ਦੀ। ਤਲਵਾਰ ਤਾਂ ਯੁੱਧ ਸਮੇਂ ਨੰਗੀ ਕੀਤੀ ਜਾਂਦੀ ਹੈ। ਸੰਤ ਜੀ ਦੇ ਕੁਝ ਹੋਰ ਵਿਚਾਰ ਜੋ ਆਪ ਜੀ ਨੇ ਸਮੇਂ ਸਮੇਂ ਪ੍ਰਗਟ ਕੀਤੇ ਉਹਨਾਂ ਵਿੱਚ ਕੁਝ ਅਸੀਂ ਲਿਖਦੇ ਹਾਂ ਕਿ ਪੁਰਾਤਨ ਸਮੇਂ ਵਿੱਚ ਸਿੰਘ ਸ਼ਬਦ ਨੂੰ ਲੜਾਈ ਯੁੱਧਾਂ ਦੇ ਸਮੇਂ ਵਰਤਦੇ ਸਨ। ਖੱਬਾ ਪੈਰ ਅੱਗੇ ਰੱਖਣ ਲੱਗੇ ਵਾਹਿਗੁਰੂ ਤੇ ਸੱਜਾ ਪੈਰ ਚੁੱਕਦੇ ਸਮੇਂ ਗੁਰੂ, ਉਚਾਰਨ ਕਰਦੇ ਹੋਏ ਸ਼ਬਦ ਦੀ ਸੁਰਤ ਨੂੰ ਕਦਮਾਂ ਦੇ ਨਾਲ ਜੋੜ ਕੇ ਸਿੰਘ ਰਾਤੋ ਰਾਤ ਸੌ ਸੌ ਕੋਹ ਨਿਕਲ ਜਾਂਦੇ ਸਨ। ਸ਼ਬਦ ਦੀ ਤਾਕਤ ਇਸ ਤਰ੍ਹਾਂ ਲੜਾਈ ਦੇ ਮੈਦਾਨ ਵਿੱਚ ਵੀ ਵਰਤੀ ਜਾਂਦੀ ਸੀ। ਗੁਰੂ ਦੇ ਪਿਆਰੇ ਸਿੱਖ ਸੰਤਾਂ ਨੂੰ
ਹੁਣ ਹਰ ਸੰਤਾਂ ਨੂੰ ਹੁਣ ਹਰ ਜਾਣਦੇ ਹੋਏ ਵੀ ਹੁਕਮ ਪਾਣੇ ਵਿੱਚ ਚੱਲਦੇ ਹਨ। ਹੁਣ ਹਰ ਨੂੰ ਟਾਲਣ ਦਾ ਯਤਨ ਕਰਨ ਦੀ ਥਾਂ ਮਿੱਠਾ ਕਰਕੇ ਸਹਾਰਦੇ ਹਨ। ਦੇਹਧਾਰੀ ਗੁਰੂ ਸੰਬੰਧੀ ਆਪ ਦੱਸਿਆ ਕਰਦੇ ਸਨ ਕਿ ਦੇਹਧਾਰੀ ਗੁਰੂ ਤਾਂ ਕਦੇ ਹੋਇਆ ਹੀ ਨਹੀਂ। ਜਦ ਗੁਰੂ ਮਹਾਰਾਜ ਦੇਹ ਵਿੱਚ ਪ੍ਰਗਟੇ ਸਨ ਤਾਂ ਵਰਤੋਂ ਸ਼ਬਦ ਹੀ ਕਰਦੇ ਸਨ। ਇਸ ਕਰਕੇ ਗੁਰੂ ਸ਼ਬਦ ਹੀ ਹੈ, ਦੇਹ ਨਹੀਂ। ਗੁਰਸਿੱਖੀ ਦੀ ਪ੍ਰਾਪਤੀ ਦੀ ਨਿਸ਼ਾਨੀ ਇਹ ਹੈ ਕਿ ਦੇਹ ਅਭਿਮਾਨ ਦਾ ਪੂਰਾ ਤਿਆਗ ਹੋ ਜਾਵੇ, ਬਨਾਵਟ ਲੇਸ ਮਾਤਰ ਵੀ ਨਾ ਰਹੇ। ਦੇਹ ਅਭਿਮਾਨ ਸਾਰੇ ਪਾਪਾਂ ਦਾ ਮੂਲ ਹੈ। ਅਭਿਆਸ ਕਰਦਿਆਂ ਧਿਆਨ ਸਦਾ ਗੁਰਮੰਤਰ ਦੇ ਸਰੂਪ ਜਾਂ ਗੁਰੂ ਨਾਨਕ ਦੇ ਚਰਨਾਂ ਨਾਲ ਜੋੜੀਦਾ ਹੈ। ਜਾਪ ਪਹਿਲੇ ਉੱਚੀ, ਫਿਰ ਹੌਲੀ, ਫਿਰ ਸਵਾਸਾਂ ਦੁਆਰਾ ਕਰਦਿਆਂ ਜਦ ਪਰਾਂ ਵਿੱਚ ਕਰੀਦਾ ਤਾਂ ਸੁਰਤ ਸ਼ਬਦ ਵਿੱਚ ਲੀਨ ਹੋ ਜਾਂਦੀ ਹੈ। ਜਾਪ ਕਰਦਿਆਂ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝਣਾ ਚਾਹੀਦਾ। ਜਦ ਸੁਰਤ ਸ਼ਬਦ ਵਿੱਚ ਲੀਨ ਹੋ ਜਾਏ ਤਾਂ ਦੇਹ ਭੁੱਲ ਜਾਂਦੀ ਹੈ। ਅੰਮ੍ਰਿਤ ਵੇਲੇ ਜਾਗੋ, ਨੀਂਦ ਆਵੇ ਤਾਂ ਮੂੰਹ ਪਰ ਜਲ ਦੇ ਛਿੱਟੇ ਮਾਰੋ। ਜੇ ਫਿਰ ਵੀ ਨੀਂਦ ਆਵੇ ਤਾਂ ਫਿਰ ਬਾਣੀ ਉੱਚੀ ਪੜੋ। ਬਚਨ ਮੰਨਣ ਦਾ ਦਰਜਾ ਦਰਸ਼ਨ ਨਾਲੋਂ ਵੱਡਾ ਹੈ। ਬਚਨ ਮੰਨਣ ਦਾ ਦਰਜਾ ਦਰਸ਼ਨ ਕਰਨ ਦੇ ਨਾਲੋਂ ਵੱਡਾ ਹੈ। ਜੋ ਬਚਨ ਨਹੀਂ ਮੰਨ ਸਕਦਾ ਉਸਨੂੰ ਦਰਸ਼ਨ ਦਾ ਵੀ ਕੋਈ ਲਾਭ ਨਹੀਂ ਹੁੰਦਾ। ਆਤਮਾ ਇੱਕ ਹੈ, ਸਭ ਵਿੱਚ ਇੱਕੋ ਜਿਹਾ ਹੈ, ਕੇਵਲ ਦੇਹ ਦੀ ਮੰਨਣਾ ਕਰਕੇ ਵੱਖਰਾਪਣ ਹੈ। ਤੁਸੀਂ ਨਿਸ਼ਚਾ ਪਰਪੱਕ ਕਰ ਲਵੋ ਕਿ ਤੁਸੀਂ ਦੇਹ ਨਹੀਂ ਹੋ ਤਾਂ ਤੁਸੀਂ ਵੀ ਸੰਤ ਅਤਰ ਸਿੰਘ ਜੀ ਬਣ ਜਾਵੋਗੇ। ਦੇਹ ਅਭਿਮਾਨ ਦੇ ਅਧੀਨ ਬਾਸ਼ਨਾਵਾਂ ਤੇ ਆਦਤਾਂ ਦਾ ਬੰਨਿਆ ਹੋਇਆ ਮਨੁੱਖ ਗੁਲਾਮ ਹੈ। ਜਦੋਂ ਜੀਵ ਸੰਤੋਖ ਧਾਰਨ ਕਰਕੇ ਆਪਣੀਆਂ ਮਾੜੀਆਂ ਆਦਤਾਂ ਦੇ ਇੰਦਰੀਆਂ ਦੇ ਸਵਾਦਾਂ ਨੂੰ ਤਿਆਗਦਾ ਹੈ ਤਾਂ ਫਿਰ ਉੱਚਾ ਹੋ ਜਾਂਦਾ ਹੈ। ਗੁਰਮੰਤਰ ਜਪਦਿਆਂ ਪਹਿਲਾਂ ਇਹ ਪ੍ਰਤੀਤ ਹੁੰਦਾ ਹੈ ਕਿ ਦੇਹ ਹੈ ਨਹੀਂ, ਆਤਮਾ ਹੈ। ਹੋਰ ਅਭਿਆਸ ਕਰਦਿਆਂ ਰੋਮ ਰੋਮ ਵਿੱਚ ਅਤੇ ਹਰ ਥਾਂ ਹਰੀ ਭਸਦਾ ਹੈ। ਅੱਗੇ ਚੱਲ ਕੇ ਆਪਣੀ ਆਤਮਾ ਵਿੱਚ ਲੀਨ ਹੋ ਜਾਂਦਾ ਅਤੇ ਆਪਣੇ ਆਪ ਵਿੱਚ ਮਸਤ ਹੋ ਜਾਂਦਾ ਹੈ। ਜਿਸ ਤਰ੍ਹਾਂ ਇੱਕ ਅਡੋਲ ਜਲ ਵਿੱਚ ਅਕਸ ਪੈ ਕੇ ਨਜ਼ਰ ਆਉਂਦਾ ਹੈ ਪਰ ਹੈ ਨਹੀਂ, ਇਸੇ ਤਰ੍ਹਾਂ ਮਹਾਂ ਅਕਸ ਦੇ ਅਡੋਲ ਅਤੇ ਅਥਾਹ ਸਮੁੰਦਰ ਵਿੱਚ ਦੁਨੀਆਂ ਇੱਕ ਅਕਸ ਹੈ ਪਰ ਦਰ ਅਸਲ ਇਹ ਹੈ ਨਹੀਂ। ਧਾਰਮਿਕ ਕੰਮ ਉਹ ਹੁੰਦਾ ਜਿਸ ਨਾਲ ਆਤਮਕ ਪਦ ਦੀ ਪ੍ਰਾਪਤੀ ਹੋਵੇ। ਇਸ ਨਿਸ਼ਾਨੇ ਪਰ ਪਹੁੰਚਣ ਲਈ ਨਾਮ ਅਤੇ ਗੁਰਬਾਣੀ ਜ਼ਰੀਏ ਹਨ। ਪੰਥਕ ਦੇ ਦੇਸ਼ ਸੇਵਾ ਕਰਨੀ ਅਤੇ ਜੇਲ੍ਹਾਂ ਵਿੱਚ ਜਾਣਾ ਇਹ ਧਾਰਮਿਕ ਕੰਮ ਨਹੀਂ। ਵਾਹਿਗੁਰੂ ਜੀ ਨੂੰ ਉਹ ਭਗਤ ਪਿਆਰੇ ਹਨ ਜੋ ਉਸਨੂੰ ਘੱਟ ਘੱਟ ਵਿੱਚ ਪ੍ਰਕਾਸ਼ ਜਿਹਾ ਸਮਝਦੇ ਹਨ ਅਤੇ ਪਤੰਗੇ ਬਣ ਕੇ ਅਜਿਹੇ ਵਾਹਿਗੁਰੂ ਸੰਗ ਵਸਦੇ ਹਨ। ਬੜੇਵਾ ਬੀਜ ਬਣ ਕੇ ਬੂਟਾ ਬਣਦਾ ਹੈ, ਬੜੇਵਾ ਬੀਜ ਬਣ ਕੇ ਬੂਟਾ ਬਣਦਾ ਤੇ ਨਾਲ ਰੂਹ ਲਿਆਉਂਦਾ ਹੈ, ਮਗਰੋਂ ਬੜੇਵਾ ਵੱਖਰਾ ਹੋ ਜਾਂਦਾ ਤੇ ਰੂਹ ਪਸਾਰਾ ਕਰਦੀ ਹੈ। ਬੜੇਵੇਂ ਵਾਂਗ ਵਾਹਿਗੁਰੂ ਨਿਰਾਲਮ ਤੇ ਦੁਨੀਆਂ ਧੰਦੇ ਵਿੱਚ ਹੈ। ਵਾਹਿਗੁਰੂ ਨੇ ਆਪਣਾ ਆਪ ਸਾਜ ਕੇ ਦੂਜੀ ਕੁਦਰਤ ਸਾਜੀ। ਸਮੁੰਦਰ ਵਿੱਚ ਅਨੇਕ ਜੀਵ ਜੰਤੂ ਹਨ, ਇਹ ਸਮੁੰਦਰ ਵਿੱਚ ਹੀ ਜੰਮਦੇ ਮਰਦੇ ਤੇ ਹਮੇਸ਼ਾ ਰਹਿੰਦੇ ਹਨ, ਇੱਕ ਦੂਜੇ ਨੂੰ ਮਾਰਦੇ ਤੇ ਖਾਂਦੇ ਹਨ। ਵਾਹਿਗੁਰੂ ਸਮੁੰਦਰ ਵਾਂਗ ਸਰਵ ਵਿਆਪੀ ਹੈ, ਦੁਨੀਆਂ ਉਸਦੇ ਅੰਦਰ ਹੈ, ਉਹ ਕਲੰਦਰ ਵਾਂਗ ਸਭ ਨੂੰ ਨਚਾਉਂਦਾ ਟਪਾਉਂਦਾ ਹੈ। ਵਾਹਿਗੁਰੂ ਸਰਵ ਵਿਆਪੀ ਹੈ ਪਰ ਜੀਵ ਭਰਮ ਕਰਕੇ ਪਿਛੜਿਆ ਪ੍ਰਤੀਤ ਕਰਦਾ ਹੈ। ਕੁੱਤਾ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦਾ ਹੈ ਪਰ ਦੂਜਾ ਸਮਝ ਕੇ ਭੌਂਕਦਾ ਹੈ। ਦਸਵਾਂ ਦੁਆਰ ਖੁੱਲ੍ਹੇ, ਜੋਤ ਦਾ ਪ੍ਰਕਾਸ਼ ਹੋਵੇ ਤਾਂ ਭਰਮ ਦਾ ਅੰਧੇਰਾ ਮਿਟਦਾ ਹੈ। ਫਿਰ ਭਗਤ ਕਹਿ ਦਿੰਦੇ ਨੇ ਕਿ ਹੁਣ ਤੂੰ ਹੀ ਹੈ, ਮੈਂ ਨਹੀਂ। ਗੁਰੂ ਦਸ਼ਮੇਸ਼ ਪਿਤਾ ਜੀ ਸਮਰੱਥ ਸਨ ਪਰ ਫਿਰ ਵੀ ਯੁੱਧ ਕੀਤੇ। ਆਪ ਦਾ ਆਪਣਾ ਬਚਨ ਹੈ ਕਿ ਅਸੀਂ ਜਗਤ ਤਮਾਸ਼ਾ ਦੇਖਣ ਆਏ ਹਾਂ, ਭਾਣੇ ਦੇ ਮਾਲਕ ਹਨ, ਆਪੇ ਚਿਤਵੇ, ਆਪੇ ਹੱਸੇ, ਆਪੇ ਸਭ ਕਟਵਾਸਾ, ਸ਼ਰਨਾਗਤ ਤਾਰੇ
ਦੰਗੇ ਨਾਲ ਦੰਗਾ, ਗੁਰਾਂ ਕਦੇ ਮਾਲਾ ਪਕੜਾਈ ਕਦੇ ਖੰਡਾ। ਅੰਮ੍ਰਿਤ ਪਾਨ ਕੀਤਾ ਹੋਇਆ ਵਿਅਰਥ ਨਹੀਂ ਜਾਂਦਾ, ਜੇਕਰ ਕੋਈ ਗੁਰੂ ਚਰਨਾਂ ਦੇ ਨਾਲ ਧਿਆਨ ਲਾ ਕੇ ਗੁਰਮੰਤਰ ਜਪੇ, ਆਪਾ ਗਵਾਏ ਆਪਾ ਨਾ ਜਣਾਏ, ਮਾਣ ਛੱਡੇ ਅਤੇ ਸਾਧਨ ਕਰ ਕਰਕੇ ਜੋਤ ਜਗਾਵੇ, ਤਾਂ ਇੱਕੋ ਜਨਮ ਵਿੱਚ ਗਤੀ ਪਾ ਲੈਂਦਾ ਹੈ। ਜੇ ਸਾਧਨ ਥੋੜਾ ਹੋਵੇ ਤਾਂ ਅਗਲੇ ਜਨਮ ਵਿੱਚ ਗਤੀ ਪਾ ਲੈਂਦਾ ਹੈ। ਜੋਤ ਵਿੱਚ ਜੋਤ ਮਿਲ ਜਾਂਦੀ ਹੈ, ਗੁਰੂ ਦਾ ਸ਼ਬਦ ਹਿਰਦੇ ਵਿੱਚ ਆਪਣਾ ਰੰਗ ਵਿਖਾਉਂਦਾ ਹੈ, ਇਹ ਪਿੱਛੇ ਨਹੀਂ ਮੁੜਦਾ। ਸੈਂਕੜੇ ਕੰਮ ਛੱਡ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰੋ, ਹਜ਼ਾਰ ਕੰਮ ਵਿਗੜ ਜਾਣ ਅਦਬ ਦੇ ਨਾਲ ਭੋਜਨ ਛਕੋ, ਲੱਖ ਕੰਮ ਵਿਗੜਨ ਪਰ ਫਿਰ ਵੀ ਭਜਨ ਦੀ ਆਦਤ ਨਾ ਛੱਡੋ। ਦੁਖੀ ਜੀਵ ਨੂੰ ਸੁਖੀ ਬਣਾਉਣ ਲਈ ਕਰੋੜ ਕੰਮ ਵੀ ਛੱਡੋ, ਪਰ ਉਪਕਾਰ ਆਤਮ ਪੂਜਾ ਹੈ। ਨਿਰਧਨ ਨੂੰ ਆਦਰ ਨਾ ਦੇਵੋ ਤਾਂ ਗੁਰੂ ਵੀ ਮੂੰਹ ਨਹੀਂ ਲਾਉਂਦਾ। ਨਿਰਧਨ ਨੂੰ ਗਰੀਬ ਨੂੰ ਆਦਰ ਨਾ ਦੇਵੇ ਤਾਂ ਗੁਰੂ ਵੀ ਮੂੰਹ ਨਹੀਂ ਲਾਉਂਦਾ। ਸਾਰੇ ਜੀਵ ਪਰਦੇਸੀ ਹਨ, ਇਹ ਆਪਣਾ ਦੇਸ਼ ਨਹੀਂ। ਇੱਕ ਵਾਰ ਸੰਤ ਜੀ ਨੇ ਰਾਏ ਬੁਲਾਰ ਦੀ ਸਾਖੀ ਸੰਗਤ ਨੂੰ ਸੁਣਾਉਂਦੇ ਹੋਏ ਬਚਨ ਕੀਤਾ ਸੀ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਰਾਏ ਬੁਲਾਰ ਨੂੰ ਇਹ ਉਪਦੇਸ਼ ਦਿੱਤਾ ਸੀ ਕਿ ਤੂੰ ਰਾਏ ਬੁਲਾਰ ਨਹੀਂ, ਤੂੰ ਸਰੀਰ ਨਹੀਂ ਜੋ ਵਿਲਸਦਾ ਹੈ, ਤੂੰ ਮਨ ਨਹੀਂ ਜੋ ਦੌੜਦਾ ਜਾਂਦਾ ਤੇ ਆਉਂਦਾ ਹੈ, ਤੂੰ ਮਨ ਨੂੰ ਸਮਝਣ ਵਾਲੇ ਵੇਖਣ ਵਾਲੇ ਨੂੰ ਵੇਖ, ਤੂੰ ਤਨ ਤੇ ਮਨ ਦਾ ਸਾਥੀ ਹੈ। ਸਿੱਖ ਅਤੇ ਗੁਰੂ ਮਾਈ ਬੱਚੇ ਨੂੰ ਲੈ ਕੇ ਜਲ ਭਰਨ ਜਾਂਦੀ ਹੈ, ਘੜਾ ਭਰ ਕੇ ਸਿਰ ਪਰ ਰੱਖ ਕੇ ਬੱਚੇ ਨੂੰ ਕਹਿੰਦੀ ਹੈ ਕਿ ਉਂਗਲੀ ਫੜ। ਜੇ ਬੱਚਾ ਉਂਗਲੀ ਨਾ ਫੜੇ ਅਤੇ ਰੁੱਸ ਕੇ ਲਿਟੇ ਤਾਂ ਉਸਨੂੰ ਛੱਡ ਦਿੰਦੀ ਹੈ ਤੇ ਕਹਿੰਦੀ ਹੈ ਕਿ ਦੂਜੀ ਵਾਰ ਲੈ ਜਾਊਂਗੀ। ਜੇ ਬੱਚਾ ਉਂਗਲੀ ਫੜੇ ਤਾਂ ਫਿਰ ਗੋਦੀ ਵੀ ਚੱਕ ਲੈਂਦੀ ਹੈ। ਇਸੇ ਤਰ੍ਹਾਂ ਸਿੱਖ ਗੁਰੂ ਵੱਲ ਉਦਮ ਕਰਕੇ ਆਵੇ ਤਾਂ ਸਤਿਗੁਰੂ ਉਸਦੀ ਸਹਾਇਤਾ ਕਰਦਾ ਹੈ ਤੇ ਗੋਦੀ ਵਿੱਚ ਬਿਠਾਉਂਦਾ ਹੈ। ਮਹਾਂ ਸਿੰਘ ਨੇ ਸਤਿਗੁਰਾਂ ਤੋਂ ਬੇਦਾਵਾ ਫੜਵਾਇਆ, ਪਰ ਤਦ ਹੀ ਫੜਵਾਇਆ ਜਦੋਂ ਉਹਨਾਂ ਪਿੱਛੇ ਉਦਮ ਕੀਤਾ। ਜੋ ਗੁਰੂ ਦੀ ਸ਼ਰਨ ਨਹੀਂ ਜਾਂਦਾ ਤੇ ਬੱਚੇ ਵਾਂਗ ਰੁੱਠ ਬੈਠਦਾ ਹੈ ਤਾਂ ਉਦਮ ਨਹੀਂ ਕਰਦਾ, ਗੁਰੂ ਵੀ ਛੱਡ ਦਿੰਦੇ ਹਨ। ਸਿੱਖ ਸ਼ਰਧਾ ਰੱਖੇ, ਮਨ ਵਿੱਚ ਜਾਪ ਕਰੇ, ਜੋਤ ਜਗੇ, ਪ੍ਰਕਾਸ਼ ਹੋਵੇ ਤਾਂ ਵੀ ਸ਼ਬਦ ਅਰਾਧੇ, ਪਰ ਉਪਕਾਰੀ ਦੇ ਦ੍ਰਿੜ ਵਿਸ਼ਵਾਸੀ ਹੋਵੇ, ਭਗਤੀ ਸਦਾ ਕਮਾਵੇ, ਸਭ ਕੁਝ ਸਤਿਗੁਰੂ ਜੀ ਦਾ ਜਾਣ ਕੇ ਨਿਰਦਾਵੇ ਰਹੇ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਆਦਿਕ ਵਾਂਗ ਨਿਸ਼ਚਾ ਦ੍ਰਿੜ ਰੱਖੇ। ਐਸਾ ਸਿੱਖ ਗੁਰੂ ਜੀ ਦੇ ਮਨ ਨੂੰ ਭਾਉਂਦਾ ਹੈ, ਜੋ ਇੱਛੇ ਸੋ ਪਾਉਂਦਾ ਹੈ, ਜੋ ਸਤਿਗੁਰੂ ਜੀ ਨੂੰ ਹਾਜ਼ਰ ਜਾਣੇ, ਸਤਿਗੁਰੂ ਉਸਦੇ ਨੇੜੇ ਹੈ ਤੇ ਨਦਰੀ ਨਦਰ ਨਿਹਾਲ ਕਰਦਾ ਹੈ। ਅੰਗਰੇਜ਼ੀ ਸ਼ਬਦ ਸੀ ਸੰਤਾਂ ਦੇ। ਜਿਵੇਂ ਪਹਿਲੇ ਲਿਖੇ ਹਾਲਾਤ ਤੋਂ ਸਪਸ਼ਟ ਹੈ ਕਿ ਅੰਤਰਜਾਮ ਤਾਂ ਆਪ ਨੂੰ ਪੂਰੀ ਸੀ, ਇਸ ਤੋਂ ਬਿਨਾਂ ਆਪ ਦੀ ਦ੍ਰਿਸ਼ਟੀ ਭੂਤ ਤੇ ਭਵਿੱਖਤ ਕਾਲ ਵਿੱਚ ਖੁੱਲ ਚੁੱਕੀ ਸੀ। ਆਉਣ ਵਾਲੇ ਸਮੇਂ ਦਾ ਤੇ ਬੀਤ ਚੁੱਕੇ ਸਮੇਂ ਦਾ ਨਕਸ਼ਾ ਆਪ ਦੇ ਸਾਹਮਣੇ ਆ ਜਾਂਦਾ ਸੀ। ਜੋ ਕੁੱਝ ਵੀ ਕਦੀ ਆਪ ਨੇ ਹੋਣ ਹਾਰ ਸੰਬੰਧੀ ਦੱਸਿਆ ਹਮੇਸ਼ਾ ਠੀਕ ਹੀ ਹੋਇਆ। ਨਨਕਾਣਾ ਸਾਹਿਬ ਦੇ ਦਰਦਨਾਕ ਸਾਕੇ ਤੋਂ 2 ਦਿਨ ਪਹਿਲਾਂ ਆਪ ਜੀ ਨੇ ਬਚਨ ਕੀਤੇ ਸਨ ਕਿ ਨਰੈਣੂ ਦੇ ਮਨ ਵਿੱਚ ਬੁਰਾਈ ਹੈ, ਪੰਥ ਧੋਖਾ ਖਾ ਜਾਵੇਗਾ। ਆਪ ਉਸ ਵੇਲੇ ਮਾਲਵੇ ਦੇਸ਼ ਦਾ ਦੌਰਾ ਕਰ ਰਹੇ ਸਨ, ਕਈ ਪ੍ਰੇਮੀਆਂ ਦੀ ਮ੍ਰਿਤੂ ਹੋਣ ਦੇ ਬਾਅਦ ਦੀ ਗਤੀ ਵੀ ਦੱਸ ਦਿੰਦੇ ਸਨ। ਪਿਛਲੇ ਸਮੇਂ ਦੀਆਂ ਵੀ ਕਈ ਘਟਨਾਵਾਂ ਆਪ ਨੇ ਪ੍ਰਗਟ ਕੀਤੀਆਂ, ਕਈਆਂ ਨੂੰ ਉਹਨਾਂ ਦੇ ਪਿਛਲੇ ਜਨਮ ਸੰਬੰਧੀ ਇਸ਼ਾਰੇ ਕਰ ਦਿੰਦੇ ਸਨ। ਸੰਤ ਜੀ ਨੇ ਕਈ ਅਜਿਹੇ ਸਥਾਨ ਪ੍ਰਗਟ ਕੀਤੇ ਜਿੱਥੇ ਕਿ ਗੁਰੂ ਸਾਹਿਬਾਨ ਨੇ ਚਰਨ ਪਾਏ ਸਨ, ਪਰ ਲੋਕਾਂ ਦੇ ਗਿਆਨ ਤੋਂ ਓਹਲੇ ਹੋ ਚੁੱਕੇ ਸਨ। ਆਪ ਜੀ ਨੇ ਇਹਨਾਂ ਸਥਾਨਾਂ ਪਰ ਗੁਰਦੁਆਰੇ ਵੀ ਬਣਵਾਏ, ਮਸਤੂਆਣਾ ਵੀ ਇਹਨਾਂ ਵਿੱਚ ਸ਼ਾਮਲ ਹੈ। ਗੁਜਰਾਂ ਵਾਲਾ ਵਿਖੇ ਜਿੱਥੇ ਆਪ ਜੀ ਨੇ ਗੁਰਦੁਆਰਾ ਬਣਵਾਇਆ, ਉੱਥੇ ਵੀ ਆਪ ਜੀ ਨੇ ਬਚਨ ਕੀਤੇ ਸਨ ਕਿ ਗੁਰੂ ਨਾਨਕ ਸਾਹਿਬ ਕੁਰਮ ਦੇਸ਼ ਨੂੰ ਜਾਂਦੇ ਹੋਏ ਇੱਥੇ ਠਹਿਰੇ ਸਨ।
ਮਹਾਰਾਜ ਰਣਜੀਤ ਸਾਹਿਬ, ਮਹਾਰਾਜਾ ਰਣਜੀਤ ਸਿੰਘ ਸੰਬੰਧੀ ਆਪ ਜੀ ਨੇ ਬਚਨ ਕੀਤਾ ਸੀ, ਕਹਿੰਦੇ ਇਹ ਕੇਸ਼ਵ ਪੰਡਿਤ ਦਾ ਤੀਸਰਾ ਜਾਮਾ ਸੀ, ਜੱਗ ਮਗਰੋਂ ਇਹ ਨਸਿਆ ਨਹੀਂ, ਸਤਿਗੁਰਾਂ ਦੀ ਸ਼ਰਨ ਰਿਹਾ, ਇਸ ਕਰਕੇ ਦਸ਼ਮੇਸ਼ ਜੀ ਨੇ ਖੁਸ਼ ਹੋ ਕੇ ਉਹਦੀ ਮਨੋਕਾਮਨਾ ਅਨੁਸਾਰ ਰਾਜ ਬਖਸ਼ਿਆ ਸੀ। ਪਿਛਲੇ ਸੰਸਕਾਰ ਕਰਕੇ ਹੀ ਇਸਨੇ ਜਿੱਥੇ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ, ਉੱਥੇ ਬਨਾਰਸ ਵੀ ਕਾਫੀ ਪੈਸਾ ਖਰਚਿਆ। ਇਹ ਆਦਿਕ ਹੋਰ ਕਈ ਮਿਸਾਲਾਂ ਮਿਲਦੀਆਂ ਨੇ ਜਿਨ੍ਹਾਂ ਤੋਂ ਆਪ ਜੀ ਨੂੰ ਭੂਤਕਾਲ ਦਾ ਗਿਆਨ ਹੋਣਾ ਸਹੀ ਹੁੰਦਾ ਹੈ। ਆਪ ਜੀ ਦੇ ਮਨ ਵਿੱਚ ਪਰਉਪਕਾਰ ਲਈ ਉਤਸ਼ਾਹ ਠਾਠਾਂ ਮਾਰਦਾ ਸੀ। ਆਪ ਜੀ ਨੇ ਜਿੱਥੇ ਤੱਕ ਹੋ ਸਕਿਆ ਆਪਣੇ ਸੇਵਕਾਂ ਪ੍ਰੇਮੀਆਂ ਦੇ ਦੁੱਖ ਨਿਵਰਤ ਕਰਨ ਦਾ ਯਤਨ ਕੀਤਾ। ਕਈਆਂ ਨੂੰ ਆਪ ਨੇ ਗੁਰਸ਼ਬਦ ਨਾਲ ਜੋੜ ਕੇ ਉਹਨਾਂ ਦੇ ਕਸ਼ਟਾਂ ਨੂੰ ਦੂਰ ਕੀਤਾ। ਦੂਰ ਬੈਠਿਆਂ ਨੂੰ ਸੁਖੀ ਕਰਨ ਲਈ ਆਪ ਜੀ ਨੇ ਆਤਮਕ ਸ਼ਕਤੀ ਵੀ ਵਰਤੀ। ਮਾਲਵੇ ਦਾ ਇੱਕ ਪ੍ਰੇਮੀ ਦੱਸਦਾ ਸੀ, ਕਹਿੰਦੇ ਉਹ ਪਹਿਲੀ ਵੱਡੀ ਲੜਾਈ ਵਿੱਚ ਜਰਮਨੀ ਦੇ ਵਿੱਚ ਘਾਇਲ ਹੋ ਗਿਆ ਸੀ, ਜ਼ਖਮੀ ਹੋ ਗਿਆ ਸੀ, ਅਤੇ ਉਸਨੇ ਸੰਤ ਜੀ ਪਾਸ ਆਪਣੇ ਦਿਲ ਵਿੱਚ ਹੀ ਬੇਨਤੀ ਕੀਤੀ, ਜਿਸ ਤੋਂ ਉਸਨੂੰ ਸਹਾਇਤਾ ਮਿਲੀ ਅਤੇ ਹੌਸਲਾ ਹੋਇਆ। ਅਜਿਹੀਆਂ ਹੋਰ ਵੀ ਮਿਸਾਲਾਂ ਮਿਲਦੀਆਂ ਨੇ, ਕੁਝ ਅਜਿਹੀਆਂ ਘਟਨਾਵਾਂ ਵੀ ਸੁਣੀਆਂ ਜਾਂਦੀਆਂ ਸਨ ਕਿ ਦੂਰ ਬੈਠੇ ਪ੍ਰੇਮੀ ਅੰਨ ਪਾਣੀ ਛੱਡ ਕੇ ਆਪ ਜੀ ਦੇ ਦਰਸ਼ਨ ਦੀ ਇੱਛਾ ਕਰਦੇ ਸਨ। ਸੰਤ ਜੀ ਦੁਰੇਡੇ ਕਿਸੇ ਥਾਂ ਵੀ ਹੁੰਦੇ ਸਨ, ਪਰ ਪ੍ਰੇਮੀ ਦੀ ਤਾਂਘ ਦੇ ਅਧੀਨ ਉੱਥੇ ਉਸਦੇ ਪਾਸ ਆ ਜਾਂਦੇ ਸਨ। ਪਰ ਇੱਕ ਗੱਲ ਉਚੇਚੀ ਆਪ ਜੀ ਦੀ ਦੇਖੀ ਗਈ ਕਿ ਆਤਮਕ ਸ਼ਕਤੀ ਰੱਖਦੇ ਹੋਏ ਵੀ ਆਪ ਬਹੁਤ ਸਾਰੇ ਸ਼ਰਧਾਵਾਨਾਂ ਦੇ ਸਰੀਰਕ ਕਸ਼ਟ ਆਪਣੇ ਸਰੀਰ ਉੱਪਰ ਲੈ ਕੇ ਉਹਨਾਂ ਦਾ ਦੁੱਖ ਦੂਰ ਕਰਦੇ ਰਹੇ ਹਨ। ਆਪ ਜੀ ਇਸ ਗੱਲ ਨੂੰ ਪ੍ਰਗਟ ਕਰਨ ਤੋਂ ਬਹੁਤ ਸੰਕੋਚ ਕਰਦੇ ਸਨ, ਪਰ ਫਿਰ ਵੀ ਕਈ ਘਟਨਾਵਾਂ ਸੰਗਤ ਦੇ ਗਿਆਨ ਵਿੱਚ ਆ ਜਾਂਦੀਆਂ ਸਨ। ਇੱਕ ਦਿਨ ਦਿੱਲੀ ਵਿੱਚ ਸੰਤ ਜੀ ਪਲੰਘ ਤੇ ਬੈਠੇ ਸਨ, ਪਾਸ ਰਾਗੀ ਭਾਗ ਸਿੰਘ ਬੈਠਾ ਸੀ। ਰਾਗੀ ਸਿੰਘ ਦੇ ਪੇਟ ਵਿੱਚ ਇੱਕ ਦਮ ਹੀ ਜ਼ੋਰਦਾਰ ਸੂਲ ਉੱਠਿਆ ਜੋ ਉਹਦੇ ਬਰਦਾਸ਼ਤ ਤੋਂ ਬਾਹਰ ਹੋ ਗਿਆ, ਤੇ ਸੰਤ ਜੀ ਪਾਸ ਆਪਣਾ ਹਾਲ ਦੱਸਿਆ। ਸੰਤ ਜੀ ਨੇ ਉਸਦੀ ਪੀੜ ਆਪਣੇ ਉੱਪਰ ਲੈ ਲਈ ਅਤੇ ਉਹ ਠੀਕ ਹੋ ਗਿਆ। ਸੰਤ ਜੀ ਚਾਦਰ ਤਾਣ ਕੇ ਪਲੰਘ ਪਰ ਵਿਰਾਜ ਗਏ ਅਤੇ ਕੁਝ ਦੇਰ ਬਾਅਦ ਪੀੜ ਹਟ ਜਾਣ ਪਰ ਉੱਠੇ। ਇੱਕ ਵਾਰ ਆਪ ਸੇਵਕਾਂ ਦੇ ਨਾਲ ਮੋਟਰ ਕਾਰ ਵਿੱਚ ਸਫ਼ਰ ਕਰ ਰਹੇ ਸਨ। ਮੋਟਰ ਇੱਕ ਗੱਡੇ ਵਿੱਚ ਪੈ ਕੇ ਉਛਲੀ, ਜਿਸ ਨਾਲ ਇੱਕ ਸੇਵਕ ਨੂੰ ਸਖ਼ਤ ਚੋਟ ਲੱਗੀ ਅਤੇ ਉਹ ਨਿਟਾਲ ਹੋ ਗਿਆ। ਉਸਦੀ ਦਸ਼ਾ ਨਾ ਸਹਾਰ ਕੇ ਸੰਤ ਜੀ ਨੇ ਉਸ ਦੇ ਸਰੀਰ ਦਾ ਕਸ਼ਟ ਆਪਣੇ ਉੱਪਰ ਲੈ ਕੇ ਉਹਨੂੰ ਨਵਾਂ ਨਰੋਆ ਕਰ ਦਿੱਤਾ। ਇਹ ਛੋਟੀਆਂ ਛੋਟੀਆਂ ਮਿਸਾਲਾਂ ਨੇ ਸੰਗਤ ਜੀ, ਆਪ ਨੇ ਕਈ ਪ੍ਰੇਮੀਆਂ ਦੇ ਪੁਰਾਣੇ ਦੀਰਘ ਰੋਗ ਵੀ ਇਸੇ ਤਰ੍ਹਾਂ ਠੀਕ ਦੂਰ ਕੀਤੇ ਨੇ। ਅੰਤਲੇ ਦਿਨਾਂ ਵਿੱਚ ਜਦ ਆਪ ਜੀ ਦੇ ਪੈਰ ਦਾ ਜ਼ਖਮ ਕਈ ਦਿਨ ਠੀਕ ਨਹੀਂ ਹੋਇਆ ਤਾਂ ਸ਼ਰਧਾਲੂਆਂ ਨੇ ਬੇਨਤੀ ਕੀਤੀ ਕਿ ਆਪ ਇਸ ਕਸ਼ਟ ਨੂੰ ਨਿਵਿਰਤ ਕਿਉਂ ਨਹੀਂ ਕਰਦੇ, ਤਾਂ ਆਪ ਜੀ ਨੇ ਬਚਨ ਕੀਤਾ ਸੀ ਕਿ ਜੋ ਜੋ ਸਾਡੀ ਸ਼ਰਨ ਪਏ ਤੇ ਬਚਨ ਮੰਨਦੇ ਰਹੇ ਅਸੀਂ ਉਹਨਾਂ ਦੇ ਦੁੱਖ ਸਹਾਰ ਨਹੀਂ ਸਕਦੇ, ਉਹਨਾਂ ਦੇ ਦੁੱਖ ਅਸੀਂ ਆਪਣੇ ਸਰੀਰ ਪਰ ਲੈ ਕੇ ਦੂਰ ਕੀਤੇ ਹਨ। ਇਹ ਇੱਕ ਕੁਰਬਾਨੀ ਹੈ, ਇਸ ਨੂੰ ਬਹੁਤ ਜਤਲਾਉਣਾ ਅੱਛਾ ਨਹੀਂ। ਤੁਸੀਂ ਸਾਡੀ ਸਰੀਰਕ ਪੀੜਾ ਦੀ ਕੋਈ ਚਿੰਤਾ ਨਾ ਕਰੋ, ਅਸੀਂ ਦੇਹ ਨਹੀਂ, ਸਾਨੂੰ ਕੋਈ ਦੁੱਖ ਨਹੀਂ। ਸੰਮਤ 1983 ਸਨ 1926 ਵਿਸਾਖੀ ਵਾਲੇ ਦਿਨ ਦੀ ਗੱਲ ਹੈ ਕਿ ਦਮਦਮਾ ਸਾਹਿਬ ਦੀਵਾਨ ਦੀ ਸਮਾਪਤੀ ਦੇ ਮਗਰੋਂ ਸੰਤ ਜੀ ਨੇ ਕੁਝ ਸ਼ਬਦ ਬੈਰਾਗ ਭਰੇ ਉਚਾਰਨ ਕੀਤੇ। ਦੂਜੇ ਦਿਨ ਉੱਥੋਂ ਚੱਲਣ ਸਮੇਂ ਆਪ ਜੀ ਨੇ ਇਹ ਸ਼ਬਦ ਪੜ੍ਹਿਆ, ਨਦੀਆਂ ਵਾਹ ਵਿਛੁੰਨਿਆ। ਦਮਦਮਾ ਸਾਹਿਬ ਤੋਂ ਚੱਲ ਕੇ ਗੁਜਰਾਂ ਵਾਲੇ, ਸਿਆਲਕੋਟ, ਜੰਮੂ, ਪਹਿਲਗਾਮ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਆਪ ਸ੍ਰੀਨਗਰ ਪਹੁੰਚੇ। ਨਿੱਤ ਵਾਂਗ ਹਰ ਥਾਂ ਦੀਵਾਨ ਸਜਦਾ ਰਿਹਾ, ਕੀਰਤਨ ਹੁੰਦਾ ਤੇ ਅੰਮ੍ਰਿਤ ਪ੍ਰਚਾਰ ਵੀ ਹੋਇਆ। ਸ੍ਰੀਨਗਰ ਕੁਝ ਦਿਨ ਠਹਿਰ ਕੇ ਆਪ ਕਈ ਥਾਵਾਂ ਤੋਂ ਹੁੰਦੇ ਦਿੱਲੀ ਪਹੁੰਚੇ। ਹਰ ਥਾਂ ਤੋਂ ਚੱਲਣ ਵੇਲੇ ਆਪ ਅਕਸਰ ਨਦੀਆਂ ਵਾਹ ਵਿਛੁੰਨਿਆ ਵਾਲਾ ਸ਼ਬਦ ਹੀ ਉਚਾਰਨ ਕਰਦੇ ਸਨ। ਇਹ ਸਾਉਣ ਦਾ ਮਹੀਨਾ ਸੀ। ਸੰਤ ਜੀ ਇੱਕ ਦਿਨ ਦਿੱਲੀ ਵਿੱਚ ਬਾਲਾ ਸਾਹਿਬ ਗੁਰਦੁਆਰੇ ਦੀਵਾਨ ਸਜਾ ਕੇ ਰਾਗੀ ਸਿੰਘਾਂ ਪਾਸ ਬੈਠੇ ਸਨ ਕਿ ਇੱਕ ਸਰਪ, ਜਿਹਨੂੰ ਆਪਾਂ ਸੱਪ ਕਹਿੰਦੇ ਹਾਂ,
ਉਹ ਬਾਹਰੋਂ ਸਿੱਧਾ ਸੰਤ ਜੀ ਵੱਲ ਆਇਆ। ਸੰਗਤ ਕੁਝ ਡਰੀ, ਪਰ ਸੰਤ ਜੀ ਨੇ ਬਚਨ ਕੀਤਾ ਕਿ ਇਸ ਨੂੰ ਆਉਣ ਦੇ, ਕੁਝ ਨਾ ਆਖੋ, ਇਹ ਆਪਣਾ ਪਿਛਲਾ ਬਦਲਾ ਲੈਣ ਆਇਆ। ਜਦੋਂ ਸਰਪ ਸੰਤ ਜੀ ਦੇ ਨੇੜੇ ਪਹੁੰਚਾ ਤਾਂ ਆਪ ਨੇ ਇੱਕ ਪੈਰ ਅੱਗੇ ਕਰ ਦਿੱਤਾ ਅਤੇ ਉਹ ਡੱਸ ਕੇ ਵਾਪਸ ਚਲਾ ਗਿਆ। ਸੰਤ ਜੀ ਪਰ ਸਰਪ ਦੀ ਜ਼ਹਿਰ ਦਾ ਕੋਈ ਅਸਰ ਨਹੀਂ ਹੋਇਆ, ਕੇਵਲ ਪੈਰ ਦੇ ਅੰਗੂਠੇ ਹੇਠਾਂ ਇੱਕ ਨਿਸ਼ਾਨ ਪੈ ਗਿਆ। ਸੰਤ ਜੀ ਨੇ ਬਚਨ ਕੀਤਾ ਕਿ ਇਹਦੇ ਇਲਾਜ ਦੀ ਕੋਈ ਲੋੜ ਨਹੀਂ, ਪਰ ਸੰਗਤ ਦਿੱਲੀ ਦਾ ਇੱਕ ਪ੍ਰਸਿੱਧ ਡਾਕਟਰ ਬੁਲਾ ਲਿਆ ਜਿਸ ਨੇ ਚੀਰਾ ਦੇ ਕੇ ਪੱਟੀ ਬੰਨ੍ਹ ਦਿੱਤੀ। ਪਹਿਲਾਂ ਤਾਂ ਕੋਈ ਖਾਸ ਦਰਦ ਨਹੀਂ ਸੀ, ਪਰ ਚੀਰਾ ਦੇਣ ਦੇ ਮਗਰੋਂ ਦਰਦ ਵੱਧ ਗਈ। ਆਪ ਜੀ ਦੀ ਇੱਛਾ ਦੇ ਵਿਰੁੱਧ ਫਿਰ ਇੱਕ ਹੋਰ ਡਾਕਟਰ ਬੁਲਾਇਆ ਗਿਆ। ਉਹਨੇ ਮਾਸ ਖੋਦ ਖੋਦ ਕੇ ਜ਼ਖਮ ਕਾਫੀ ਡੂੰਘਾ ਕਰ ਦਿੱਤਾ ਅਤੇ ਪੱਟੀ ਬੰਨ੍ਹ ਦਿੱਤੀ। ਆਪ ਜੀ ਨੂੰ ਦਰਦ ਕਾਫੀ ਹੋਈ, ਪਰ ਆਪ ਜੀ ਨੇ ਨਾ ਤਾਂ ਬੇਹੋਸ਼ ਹੋਣ ਕਰਨ ਵਾਲੀ ਦਵਾ ਸੁੰਘੀ ਅਤੇ ਨਾ ਹੀ ਮੁੱਖ ਤੋਂ ਸੀ ਤੱਕ ਉਚਾਰਿਆ। ਆਪ ਦਾ ਚਿਹਰਾ ਉਂਝ ਹੀ ਖਿੜਿਆ ਰਿਹਾ। ਸੰਤ ਜੀ ਦਿੱਲੀ ਤੋਂ ਫਿਰ ਮਾਲਵੇ ਦੇ ਪਿੰਡ ਬਾਲੇ ਵਾਲਾ ਆ ਗਏ। ਇੱਥੇ 2-2.5 ਮਹੀਨੇ ਠਹਿਰੇ ਅਤੇ ਹਮੇਸ਼ਾ ਵਾਂਗ ਸਵੇਰੇ ਸ਼ਾਮ ਦੀਵਾਨ ਸਜਦਾ ਤੇ ਕਥਾ ਕੀਰਤਨ ਹੁੰਦਾ ਰਿਹਾ। ਬਾਲੇ ਵਾਲਾ ਤੋਂ ਆਪ ਰਾਜਾ ਸੰਗਰੂਰ ਦੀ ਬੇਨਤੀ ਪਰ ਸੰਗਰੂਰ ਆ ਗਏ ਅਤੇ ਕੁਝ ਦਿਨਾਂ ਮਗਰੋਂ ਗੁਰਸਾਗਰ ਸਾਹਿਬ ਮਸਤੂਆਣੇ ਪਹੁੰਚੇ। ਇਹਨਾਂ ਦਿਨਾਂ ਵਿੱਚ ਆਪ ਦੇ ਪੈਰ ਪਰ ਜ਼ਖਮ ਨੂੰ ਦੇਖ ਕੇ ਕਈ ਡਾਕਟਰ ਵੈਦ ਆਉਂਦੇ ਅਤੇ ਸੇਵਾ ਕਰਨ ਦੀ ਇੱਛਾ ਪ੍ਰਗਟ ਕਰਦੇ। ਸੰਤ ਜੀ ਉਹਨਾਂ ਦੇ ਪ੍ਰੇਮ ਤੇ ਸ਼ਰਧਾ ਨੂੰ ਵੇਖ ਕੇ ਪੈਰ ਅੱਗੇ ਕਰ ਦਿੰਦੇ। ਕੋਈ ਥੋੜਾ ਹੋਰ ਚੀਰਾ ਦੇ ਜਾਵੇ, ਕੋਈ ਦਵਾ ਲਾ ਜਾਵੇ, ਆਪ ਚੁੱਪ ਕਰ ਰਹਿੰਦੇ। ਭਾਵੇਂ ਉਸ ਇਲਾਜ ਨਾਲ ਤਕਲੀਫ਼ ਵੱਧ ਹੀ ਜਾਵੇ, ਇਹ ਬਚਨ ਜ਼ਰੂਰ ਕਈ ਵੇਰ ਕਰ ਦਿੰਦੇ ਕਿ ਇਹ ਜ਼ਖਮ ਹੁਣ ਠੀਕ ਨਹੀਂ ਹੋਣਾ। ਆਪ ਜੀ ਦੇ ਪੈਰ ਦੇ ਜ਼ਖਮ ਨੂੰ ਕਾਫ਼ੀ ਦਿਨ ਹੋ ਗਏ ਸਨ ਅਤੇ ਵੱਧਦਾ ਹੀ ਜਾ ਰਿਹਾ ਸੀ। ਤਕਲੀਫ਼ ਵੀ ਕਾਫ਼ੀ ਮਾਲੂਮ ਹੁੰਦੀ ਸੀ, ਪਰ ਦੇਖਣ ਵਾਲੇ ਲਈ ਆਪ ਦੇ ਚਿਹਰੇ ਵਿੱਚ ਕੋਈ ਫਰਕ ਨਹੀਂ ਆਇਆ। ਦਰਦ ਦਾ ਕੋਈ ਅਹਿਸਾਸ ਮਾਲੂਮ ਨਹੀਂ ਸੀ ਹੁੰਦਾ, ਮੂੰਹ ਤੋਂ ਕਦੇ ਸੀ ਦੀ ਆਵਾਜ਼ ਨਹੀਂ ਸੁਣੀ ਗਈ, ਮਸਤਕ ਪਰ ਵੱਟ ਨਹੀਂ ਪਿਆ ਅਤੇ ਨਾ ਸੁਭਾਅ ਵਿੱਚ ਕੋਈ ਚਿੜਚਿੜਾਪਣ ਆਇਆ। ਹਮੇਸ਼ਾ ਵਾਂਗ ਚਿਹਰੇ ਪਰ ਜਲਾਲ ਸੀ ਅਤੇ ਸਾਰਿਆਂ ਦੇ ਨਾਲ ਪੂਰਨ ਆਨੰਦ ਵਿੱਚ ਪ੍ਰੇਮ ਭਰੇ ਬਚਨ ਕਰਦੇ ਸਨ। ਆਪ ਜੀ ਦੀ ਨਿਰਤ ਕਿਰਿਆ ਦੋਨੋਂ ਵੇਲੇ ਦੀਵਾਨ ਸਜਣ ਤੇ ਕੀਰਤਨ ਆਦਿਕ ਦਾ ਪ੍ਰੋਗਰਾਮ ਵੈਸੇ ਹੀ ਚੱਲਦਾ ਰਿਹਾ। ਜੇ ਕੋਈ ਪੁੱਛੇ ਤਾਂ ਆਖ ਦਿੰਦੇ ਸਨ ਕਿ ਇਹ ਦੇਹ ਸਾਡੀ ਨਹੀਂ, ਨਾ ਸਾਨੂੰ ਕੋਈ ਦੁੱਖ ਹੈ। ਗੁਰਸਾਗਰ ਸਾਹਿਬ ਵਿਖੇ ਮਾਘੀ ਦੇ ਦੀਵਾਨ ਸਮਾਪਤ ਹੋ ਗਏ। ਇਹਦੇ ਮਗਰੋਂ ਆਪ ਇੱਕ ਕੁਟੀਆ ਦੇ ਦਰਵਾਜ਼ੇ ਬੰਦ ਕਰਕੇ ਉਸ ਵਿੱਚ ਹੀ ਬਿਰਾਜਣ ਲੱਗੇ। ਆਪ ਜੀ ਨੇ ਆਪਣਾ ਅੰਤ ਸਪਸ਼ਟ ਹੀ ਪ੍ਰਗਟ ਕਰ ਦਿੱਤਾ ਅਤੇ ਦਰਸ਼ਨ ਕਰਨ ਲਈ ਕਿਸੇ ਕਿਸੇ ਨੂੰ ਆਗਿਆ ਮਿਲਦੀ ਸੀ। ਉਂਝ ਆਪ ਨੇ ਵਿਸਾਖੀ ਤੇ ਨਦੀਆਂ ਵਾਹ ਵਿਛੁੰਨਿਆਂ ਵਾਲਾ ਸ਼ਬਦ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਆਪ ਦਾ ਇਸ਼ਾਰਾ ਆਪਣੇ ਅੰਤ ਸਮੇਂ ਵੱਲ ਸੀ। ਕੁਟੀਆ ਵਿੱਚ ਮਿਲਣ ਲਈ ਜੇ ਕੋਈ ਖਾਸ ਪ੍ਰੇਮੀ ਆਉਣ ਤਾਂ ਬਹੁਤ ਬਚਨ ਨਹੀਂ ਸਨ ਕਰਦੇ ਅਤੇ ਉਹਨਾਂ ਵਿੱਚੋਂ ਜੇ ਕੋਈ ਆਪਣੀ ਇੱਛਾ ਪ੍ਰਗਟ ਕਰੇ ਤਾਂ ਭਲਾ ਭਲਾ ਜਾਂ ਚੰਗਾ ਚੰਗਾ ਜਾਂ ਇਸੇ ਤਰ੍ਹਾਂ ਹੋ ਜਾਏਗਾ ਆਖ ਕੇ ਵਰ ਦੇ ਦਿੰਦੇ ਸਨ। ਇੱਕ ਦਿਨ ਕੁਝ ਸਰਕਾਰੀ ਅਹਿਲਕਾਰ ਸੰਗਰੂਰ ਤੋਂ ਆਏ ਅਤੇ ਬਹੁਤ ਜ਼ੋਰ ਦਿੱਤਾ ਕਿ ਅਸੀਂ ਤੁਹਾਡਾ ਇਲਾਜ ਸੰਗਰੂਰ ਕਰਾਉਣਾ ਹੈ। ਆਪ ਉਹਨਾਂ ਦੇ ਨਾਲ ਮੋਟਰ ਵਿੱਚ ਬੈਠ ਕੇ ਸੰਗਰੂਰ ਲਈ ਚੱਲ ਪਏ। ਇੱਕ ਦੋ ਸੇਵਾਦਾਰ ਨਾਲ ਲਏ, ਬਾਕੀ ਸਭ ਨੂੰ ਵਰ ਦਿੱਤਾ ਕਿ ਉੱਥੇ ਕੋਈ ਨਾ ਆਵੇ। ਸੰਗਰੂਰ ਪਹੁੰਚਣ ਪਰ ਉੱਥੇ ਦੇ ਰਾਜੇ ਤੇ ਸਰਕਾਰੀ ਡਾਕਟਰਾਂ ਨੇ ਬਹੁਤ ਵਾਰ ਆਖਿਆ ਕਿ ਆਪਰੇਸ਼ਨ ਕਰਵਾ ਲਵੋ। ਪਰ ਸੰਤ ਜੀ ਨੇ ਉੱਤਰ ਦਿੱਤਾ ਕਿ ਹੁਣ ਆਪਰੇਸ਼ਨ ਦੀ ਕੋਈ ਲੋੜ ਨਹੀਂ, ਸਾਨੂੰ ਕੋਈ ਰੋਗ ਨਹੀਂ। ਪਰ ਉਹ ਲੋਕ ਆਪਣੇ ਹੱਠ ਪਰ ਹੀ ਅੜੇ ਰਹੇ ਅਤੇ ਇੱਕ ਦਿਨ ਸਵੇਰੇ ਆਪਣੇ ਸ਼ਸਤਰ ਲੈ ਕੇ ਆਪ ਦੇ ਪਾਸ ਡਾਕਟਰ ਆ ਪਹੁੰਚੇ ਤੇ ਫਿਰ ਬਾਰ ਬਾਰ ਆਪਰੇਸ਼ਨ ਲਈ ਬੇਨਤੀ ਕੀਤੀ। ਆਖਰ ਸੰਤ ਜੀ ਨੇ ਕਹਿ ਦਿੱਤਾ ਕਿ ਅੱਛਾ, ਜੋ ਤੁਹਾਡੀ ਮਰਜ਼ੀ ਸੋ ਕਰੋ। ਬੇਹੋਸ਼ ਕਰਨ ਲਈ ਡਾਕਟਰ ਨੇ ਦਵਾ ਸੁੰਘਾਉਣੀ ਚਾਹੀ, ਪਰ ਆਪ ਜੀ ਨੇ ਕਿਹਾ ਕਿ ਇਸ ਦੀ ਕੋਈ ਲੋੜ ਨਹੀਂ। ਪਰ ਡਾਕਟਰ ਫਿਰ ਵੀ ਨਾ ਮੰਨਿਆ, ਸਾਰੀ ਸ਼ੀਸ਼ੀ ਸੁੰਘਾ ਦਿੱਤੀ ਗਈ, ਪਰ ਉਸਦਾ ਕੁਝ ਵੀ ਅਸਰ ਨਹੀਂ ਹੋਇਆ। ਸੰਤ ਜੀ ਨੇ ਬਚਨ ਕੀਤਾ ਕਿ ਅਜਿਹੀ ਕੋਈ ਦਵਾ ਨਹੀਂ ਬਣੀ ਜੋ ਸਾਨੂੰ ਬੇਹੋਸ਼ ਕਰ ਦੇਵੇ, ਜੋ ਕੁਝ ਕਰਨਾ ਹੈ ਉਂਝ ਹੀ ਕਰ ਲਵੋ। ਇਹ ਆਖ ਕੇ ਆਪ ਜੀ ਨੇ ਆਪਣਾ ਜਿਹੜਾ ਚਰਨ ਸੀ ਅੱਗੇ ਕਰ ਦਿੱਤਾ
ਅਤੇ ਅਡੋਲ ਬੈਠੇ ਰਹੇ। ਜ਼ਖਮ ਪਹਿਲੇ ਹੀ ਕਾਫੀ ਖੁਰਚਿਆ ਹੋਇਆ ਸੀ, ਹੁਣ ਇਹਨਾਂ ਡਾਕਟਰਾਂ ਨੇ ਹੋਰ ਮਾਸ ਕੱਟਿਆ ਅਤੇ ਉਸ ਵਿੱਚੋਂ ਬਹੁਤ ਸਾਰਾ ਖੂਨ ਵੀ ਨਿਕਲਿਆ। ਫਿਰ ਦਵਾ ਲਾ ਕੇ ਪੱਟੀ ਬੰਨ ਦਿੱਤੀ, ਪਰ ਸੰਤ ਜੀ ਨੇ ਕੋਈ ਦੁੱਖ ਨਹੀਂ ਮੰਨਿਆ। ਇਸ ਦੇ ਮਗਰੋਂ ਆਪ ਜੀ ਨੇ ਆਪਣੇ ਕਮਰੇ ਦੇ ਦਰਵਾਜ਼ੇ ਬੰਦ ਕਰ ਲਏ ਅਤੇ ਬਚਨ ਕੀਤਾ ਕਿ ਹੁਣ ਸਾਡੇ ਪਾਸ ਕੋਈ ਨਾ ਆਵੇ ਅਤੇ ਨਾ ਹੀ ਸਾਨੂੰ ਕੋਈ ਬੁਲਾਵੇ। ਕਮਰੇ ਦੇ ਅੰਦਰ ਆਪ ਸਮਾਧ ਸਥਿਤ ਹੋ ਗਏ ਅਤੇ ਦੂਸਰੇ ਦਿਨ ਦੀ ਰਾਤ ਨੂੰ ਚੋਲਾ ਛੱਡ ਕੇ ਗੁਰੂ ਦਰਬਾਰ ਵਿੱਚ ਜਾ ਪਹੁੰਚੇ। ਇਹ ਸਾਨੂੰ 1927 ਸੰਮਤ 1983 ਮਾਘ ਦੀ 19 ਤਰੀਕ ਦੀ ਗੱਲ ਹੈ। ਉਸ ਸਮੇਂ ਸੰਤਾਂ ਦੀ ਆਯੂ ਲਗਭਗ 61 ਸਾਲ ਦੀ ਸੀ। ਆਪ ਜੀ ਦੇ ਸਰੀਰ ਨੂੰ ਗੁਰਸਾਗਰ ਸਾਹਿਬ ਲਿਆਂਦਾ ਗਿਆ। ਦੂਰ ਨੇੜੇ ਤੋਂ ਆਈਆਂ ਸੰਗਤਾਂ ਦਾ ਕਾਫੀ ਇਕੱਠ ਹੋ ਚੁੱਕਾ ਸੀ। ਬੜੀ ਧੂਮ ਧਾਮ ਦੇ ਨਾਲ ਸੰਸਕਾਰ ਕੀਤਾ ਗਿਆ। ਗੁਰਸਾਗਰ ਸਾਹਿਬ 101 ਅਖੰਡ ਪਾਠ ਕੀਤੇ ਗਏ ਅਤੇ ਹੋਰ ਕਈ ਸ਼ਹਿਰਾਂ ਤੇ ਪਿੰਡਾਂ ਵਿੱਚ ਜਿੱਥੇ ਜਿੱਥੇ ਵੀ ਆਪ ਜੀ ਦੇ ਪ੍ਰਲੋਕ ਗਮਨ ਦੀ ਖਬਰ ਪਹੁੰਚੀ ਉੱਥੇ ਉੱਥੇ ਅਖੰਡ ਪਾਠ ਕੀਤੇ ਗਏ। ਜਿਸ ਥਾਂ ਆਪ ਜੀ ਦਾ ਅੰਗੀਠਾ ਸਾਜਿਆ ਗਿਆ ਸੀ ਉੱਥੇ ਸੰਗਤਾਂ ਨੇ ਇੱਕ ਵੱਡਾ ਹਾਲ ਤੇ ਗੁਰਦੁਆਰਾ ਬਣਾਇਆ। ਆਪ ਜੀ ਦੀ ਯਾਦ ਵਿੱਚ ਆਪ ਜੀ ਦੇ ਜਨਮ ਸਥਾਨ ਪਿੰਡ ਚੀਮਾ ਵਿੱਚ ਵੀ ਗੁਰਦੁਆਰਾ ਬਣਾਇਆ ਗਿਆ। ਕਨੂਹਾ ਪੋਠੋਹਰ ਜਿੱਥੇ ਕਿ ਆਪ ਜੀ ਨੇ ਕਠਨ ਤਪ ਸਾਧਿਆ ਸੀ ਉੱਥੇ ਵੀ ਗੁਰਦੁਆਰਾ ਪਹਿਲੇ ਬਣ ਚੁੱਕਾ ਸੀ। ਆਪ ਜੀ ਦੇ ਸਰੀਰ ਤਿਆਗਣ ਦਾ ਚਲਕਾਰਾ ਕਈ ਪ੍ਰੇਮੀਆਂ ਨੂੰ ਉਸ ਸਮੇਂ ਹੋਇਆ। ਇਹ ਸੁਣਿਆ ਜਾਂਦਾ ਕਿ ਜਿਹਨਾਂ 3 ਪ੍ਰੇਮੀਆਂ ਨੂੰ ਆਪ ਜੀ ਨੇ ਬਚਨ ਦਿੱਤਾ ਸੀ ਕਿ ਨਾਲ ਲੈ ਕੇ ਚੱਲਾਂਗੇ, ਉਹਨਾਂ ਨੇ ਵੀ ਉਸੇ ਸਮੇਂ ਸਰੀਰ ਤਿਆਗਿਆ ਸੀ। ਸੰਤ ਜੀ ਦੇ ਪ੍ਰਲੋਕ ਗਮਨ ਮਗਰੋਂ ਵੀ ਉਹਨਾਂ ਦੇ ਪ੍ਰੇਮੀਆਂ ਨੂੰ ਦਰਸ਼ਨ ਦੇਣ ਅਤੇ ਸਹਾਇਤਾ ਕਰਨ ਦੇ ਵੀ ਕਈ ਸਮਾਚਾਰ ਮਿਲਦੇ ਸਨ। ਸੰਗਤ ਜੀ, ਗੁਰਬਾਣੀ ਦਾ ਫਰਮਾਨ ਹੈ, ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਨੋ, ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਧੂਰ ਸੰਤਨ ਕੀ ਨਾਨਕ ਦੀਜੈ। ਸੰਗਤ ਜੀ, ਇਹਦੇ ਨਾਲ ਹੀ ਸੰਤਾਂ ਦੀ ਜੀਵਨੀ ਸੰਪੂਰਨ ਹੋਈ ਜੀ। ਸੰਗਤ ਜੀ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।